ਸ਼ਤਸ੍ਰੀ ਅਕਾਲ ਜੀ ਸਾਰਿਆਂ ਨੂੰ ਇਹ ਹੈ ਜੀ ਆਪਣਾ ਐਪੀਸੋਡ ਨੰਬਰ 6 ਤੇ ਅੱਜ ਆਪਣੇ ਨਾਲ ਨੇ ਹਰਵਾਰ ਦੀ ਤਰ੍ਹਾਂ ਇਟਲੀ ਵਾਲਾ ਬਾਈ ਤੇ ਅੱਜ ਕੁਝ ਪੰਜਾਬ ਚ ਨਵੀਆਂ ਕੁਝ ਘਟਨਾਵਾਂ ਦੋ ਤਿੰਨ ਹੋਈਆਂ ਨੇ ਉਹਦੇ ਬਾਰੇ ਗੱਲ ਕਰਾਂਗੇ ਤੇ ਇਹ ਐਪੀਸੋਡ ਵੈਸੇ ਆਪਾਂ ਸੋਚਿਆ ਸੀ ਕਿ ਦੋ ਤਿੰਨ ਦਿਨ ਬਾਅਦ ਰਿਕਾਰਡ ਕਰਾਂਗੇ ਕਿਸੇ ਨਵੇਂ ਗੈਸਟ ਦੇ ਨਾਲ ਬਟ ਉਹ ਵਾਲਾ ਐਪੀਸੋਡ ਹੋਣਾ 4-5 ਦਿਨਾਂ ਬਾਅਦ ਆਵੇਗਾ ਇਸ ਐਪੀਸੋਡ ਚ ਤੁਹਾਨੂੰ ਮੈਨੂੰ ਤੇ ਇਟਲੀ ਵਾਲੇ ਬਾਈ ਨੂੰ ਚੱਲਣਾ ਪਵੇਗਾ ਤੇ ਹੁਣ ਮੈਂ ਕਹਾਂਗਾ ਇਟਲੀ ਵਾਲੇ ਬਾਈ ਨੂੰ ਕਿ ਉਹ ਵੀ ਸ਼ਤਸ੍ਰੀ ਅਕਾਲ ਬੁਲਾਦਣੇ ਕਰੀ ਸ਼ਤਸ੍ਰੀ ਅਕਾਲ ਬੁਲਾਦਣੇ ਕਰੀ ਤੇ ਫਿਰ ਆਪਾਂ ਸਾਰਿਆਂ ਨੂੰ ਪਿਆਰ ਭਰੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਨੈ ਨਹੀਂ ਪ੍ਰੈਸ਼ੀ ਸਭ ਲੋ ਮੈਂ ਕਹਣਾ ਤੁਸੀਂ ਪ੍ਰੋਗਰਾਮ ਪੂਰਾ ਵੇਖਿਓ ਤੁਹਾਨੂੰ ਮੈਂ ਕਹਾਣੀਆਂ ਅੱਜ ਕਹਾਣੀ ਬਹੁਤ ਵਧੀਆ ਸੁਣਾਵਾਂਗਾ ਬਹੁਤ ਵਧੀਆ ਕਹਾਣੀ ਸੁਣਾਵਾਂਗਾ ਕਿਉਂਕਿ ਪਿਛਲੇ ਪੋਡਕਾਸਟ ਚ ਨਾ ਇਹ ਇੱਕ ਨਾ ਮੈਂ ਕਮੈਂਟ ਪੜਿਆ ਤੇ ਮੈਨੂੰ ਨਾ ਇਹ ਪਤਾ ਨਹੀਂ ਕੁੜੀ ਦਾ ਹੀ ਕਿ ਮੁੰਡੇ ਦਾ ਕਮੈਂਟ ਸੀ ਤੇ ਕਹਿੰਦੇ ਤੁਸੀਂ ਐਨਾਂ ਤੇ ਵਲੌਗਰਾਂ ਦੇ ਟਾਈਮ ਕਿਉਂ ਵੇਸਟ ਕਰਦੇ ਹਨ ਉਹਨਾਂ ਨੇ ਥੰਬਨੇਲ ਥੰਬਨੇਲ ਵੀ ਕਿਨਾਂ ਕਰਤੀ ਇਹ ਸਾਡਾ ਪਤਾ ਕੀ ਮਿਸ਼ਨ ਹੈ ਕਈ ਵਾਰੀ ਨਾ ehm ਲੋਕ ઓਰੀਐਂਸ ਆਈ ਰੋਸਟਿੰਗ ਚੈਨਲ ਤੋਂ ਹਨਾ ਇੱਧਰ ਟ੍ਰਾਂਸਫਰ ਕਈ ਹੋਏ ਨੇ ਤੇ ਉਹਨਾਂ ਨੂੰ ਉਹ ਬੜੇ ਐਕਸਪੈਕਟ ਕਰਦੇ ਨੇ ਹਨਾ ਕਿ ਇੱਥੇ ਵੀ ਕੋਈ ਫਨੀਸ਼ ਨਹੀਂ ਗੱਲ ਹੋਵੇਗੀ ਤੇ ਅਸੀਂ ਕਈ ਵਾਰੀ ਕਰੀਦਾ ਅੱਜ ਵੀ ਇਸੇ ਪੋਡਕਾਸਟ ਨਾਲ ਵੀ ਇਹ ਕਰਨਾ ਹੈ ਕਿ ਥੋੜੀ ਬਹੁਤੀ ਗੱਲ ਇਹਨਾਂ ਦੀ ਕਰਨੀ ਤਾਂ ਜੋ ਲੋਕੀ ਬਹਿ ਜਾਣ ਸਹੀ ਹੋ ਕੇ ਪਿਛਲਾ ਪੋਡਕਾਸਟ ਕਰਨਾ ਸਾਡਾ ਸਿਰਫ ਇੱਕ ਹੀ ਮਕਸਦ ਦੀ ਮਾਸਾ ਮੀਨੀ ਈਰਾਨ ਦਾ ਜਿਹੜਾ ਹੋਇਆ ਉਹ ਦੱਸਣਾ ਸੀ ਸਾਡਾ ਮਕਸਦ ਹੋਰ ਕੋਈ ਵਲੌਗਰਾਂ ਸ਼ਲੌਗਰਾਂ ਦੀ ਗੱਲ ਵਾਸਤੇ ਦੂਸਰੇ ਚੈਨਲ ਹੈ ਪਰ ਅਸੀਂ ਕਿਹਾ ਵੀ ਇਦਾਂ ਕਈ ਨਾ ਬੀਬੀਆਂ ਬੈਠੀਆਂ ਆਣੀਆਂ ਐ ਉਹ ਜਦੋਂ ਕੋਈ ਗੱਲ ਕਰੋ ਚੱਜ ਦੀ ਤੇ ਉੱਠੇ ਚੈਨਲ ਬਦਲ ਦਿੰਦੀਆਂ ਨੇ ਉਹ ਕਹਿੰਦੀਆਂ ਐ ਇਹ ਤਾਂ ਕੀ ਵਲੌਗਰਾਂ ਦੀ ਗੱਲ ਹੀ ਨਹੀਂ ਕੀਤੀ ਇਹਨਾਂ ਨੇ ਸਮਝੇ ਗੱਲ ਇਸ ਕਰਕੇ ਫਿਰ ਸਾਰੇ ਟੱਚ ਦੇਣੇ ਪੈਂਦੇ ਨੇ ਕਿ ਬੰਦੇ ਜਿਹੜੇ ਨਾ ਬੈਠੇ ਰਹਿਣ ਤੇ ਕੋਈ ਨੌਲੇਜ ਦੀ ਗੱਲ ਵੀ ਕਰ ਲਈ ਪਿਛਲੇ ਪਿਛਲੇ ਪੋਡਕਾਸਟ ਜਿਹੜੇ ਨੌਲੇਜ ਦੀ ਗੱਲ ਸੀ ਉਹ ਈਰਾਨ ਦੀ ਕਿ ਇਦਾਂ ਹੋ ਰਿਹਾ ਹੈ ਰਾਣ ਦੇ ਵਿੱਚ ਤੇ ਪਹਿਲਾਂ ਕਰਦੇ ਅੱਜ ਵੀ ਕੋਈ ਫੰਕਸ਼ਨ ਕਰਦੇ ਪਹਿਲਾਂ ਤੇ ਮੁੜ ਕੇ ਕੋਈ ਚੱਜ ਦੀ ਗੱਲ ਐਨੇ ਤੱਕ ਤੁਸੀਂ ਪੋਡਕਾਸਟ ਵੇਖਿਓ ਤੁਸੀਂ ਪੋਡਕਾਸਟ ਵੇਖਿਆ ਕਰੋ ਬਸ ਥੰਬਨੇਲ ਤੋਂ ਨਾ ਨਾ ਟਾਈਟਲ ਤੋਂ ਜੱਜ ਕਰ ਲਿਆ ਕਰੋ ਕਿਵੇਂ ਕੀ ਹੋਵੇਗਾ ਕਈ ਵਾਰੀ ਬੰਦੇ ਖਿੱਚਣ ਵਾਸਤੇ ਥੰਬਨੇਲ ਲਾਇਆ ਹੁੰਦਾ ਥੋੜਾ ਜਿਹਾ ਮਸਾਲੇਦਾਰ ਤੇ ਐਸੀ ਕੋਈ ਗੱਲ ਨਹੀਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਸਾਰੇ ਭੈਣ ਭਰਾਵਾਂ ਦਾ ਸਵਾਗਤ ਹੈ ਤੇ ਫਰੈਸ਼ੀ ਸਾਹਿਬ ਕ੍ਰਿਤਿਕਾ ਭਾਬੀ ਨੂੰ ਦੋ ਮੁਬਾਰਕਾ ਕ੍ਰਿਤਿਕਾ ਭਾਬੀ ਨੂੰ ਕ੍ਰਿਤਿਕਾ ਮਹਲਕੇ ਵੀ ਪ੍ਰੈਗਨੈਂਟ ਹੋ ਗਈ ਤੇ ਦੋਵਾਂ ਨੂੰ ਮੁਬਾਰਕਾਂ ਵੈਸੇ ਤੇ ਕਿਉਂਕਿ ਦੋਵੇਂ ਹੀ ਇਕੱਠੇ ਹੀ ਜਰ ਕਹਿੰਦੇ ਇਕੱਠੀ ਦੋ ਵਧਾਈ ਬਣੀਆਂ ਨੇ ਉਹਨਾਂ ਵੱਲ ਤੇ ਬਹੁਤ ਬਹੁਤ ਮੁਬਾਰਕ ਬਿਲਾਂ ਦਾ ਸਾਡੇ ਵੱਲੋਂ ਤੇ ਸਭ ਤੋਂ ਪਹਿਲਾਂ ਤਾਂ ਵੀਰ ਜੀ ਨੂੰ ਮੁਬਾਰਕ ਭਾਬੀ ਨੂੰ ਬਾਅਦ ਚ ਪਹਿਲਾਂ ਵੀਰ ਜੀ ਨੂੰ ਮੁਬਾਰਕ ਆ ਵੀਰ ਜੀ ਨੂੰ ਮੁਬਾਰਕ ਕੀ ਆ ਡਰਾਮਾ ਉਹਨਾਂ ਦਾ ਵੀ ਹੈ ਫਿਰ ਇਹ ਦੇਖ ਰਿਹਾ ਪਹਿਲੇ ਤੈਨੂੰ ਕੀ ਪਸੰਦ ਹੈ ਫਿਰ ਤੈਨੂੰ ਪਸੰਦ ਫਿਟਨੈਸ ਫੈਮਿਲੀ ਪਾਜੀ ਪਿਛਲੇ 4-5 ਮਹੀਨੇ ਤੇ ਉਹਨਾਂ ਨੇ ਇਹੀ ਚੀਜ਼ ਚ ਕਰਦੇ ਕੀ ਪ੍ਰੈਗਨੈਂਟ ਹੋ ਰਹੇ ਆ ਨਹੀਂ ਹੋ ਰਹੇ ਹੋ ਰਹੇ ਆ ਨਹੀਂ ਹੋ ਰਹੇ ਮਤਲਬ ਕਿ ਉਹੀ ਆ ਪਿਛੇ ਜੇ ਕਿਸੇ ਨੇ ਰੋਸਟ ਵੀ ਕੀਤਾ ਸੀ ਉਹਨਾਂ ਨੂੰ ਕਿ ਤੁਸੀਂ ਮਤਲਬ ਕਿ ਕੀ ਐਚੀਜੀ ਨੂੰ ਕੀ ਦਿਖਾ ਰਹੇ ਹੋ ਬਾਅਦ ਚ ਕਹਣਗੇ ਆਪਾਂ ਨੌਲੇਜ ਦੰਨੇ ਆ ਜਿਹੜਾ ਤੁਸੀਂ ਵੀ ਇੱਕ ਵਾਰੀ ਗੱਲ ਕੀਤੀ ਕਿ ਨੌਲੇਜ ਸਾਰਿਆਂ ਨੂੰ ਨਹੀਂ ਚਾਹੀਦੀ ਪਰ ਆ ਇਹੋ ਜੀ ਇਹੋ ਜੀ ਨੌਲੇਜ ਇਸ ਤੇ ਹੋਰ ਚੈਨਲ ਬਹੁਤ ਨੇ ਜਿੱਥੇ ਲੋਕੀ ਜਾ ਕੇ ਦੇਖ ਸਕਦੇ ਨੇ ਪਰ ਇਹ ਤਾਂ ਫੈਮਿਲੀ ਚੈਨਲ ਨੇ ਤੁਹਾਡੇ ਹਿਸਾਬ ਨਾਲ ਤੁਹਾਡੇ ਤੇ ਤੇ ਜੇ ਇੱਥੇ ਵੀ ਤੁਸੀਂ ਇਹੋ ਜੀ ਗੱਲਾਂ ਕਰੋਗੇ ਤੇ ਬੱਚੇ ਤਾਂ ਪੁੱਛਣਗੇ ਕਿ ਆ ਕੀ ਹੋ ਰਿ ਪਰ ਬੱਚਿਆਂ ਨੂੰ ਘਰ ਦੇ ਕੀ ਜਵਾਬ ਦੇਣਗੇ ਲੱਗੀਆਂ ਸਮਝ ਤੇ ਇਹ ਨਾਲੇ ਇਹ ਤਾਂ ਇਹ ਇਦਾਂ ਦੀ ਗੱਲ ਨਹੀਂ ਕਿ ਜਾਂ ਸਿਰਫ ਇਹਨਾਂ ਦੇ ਜਿਹੜੇ ਵਲੌਗ ਨੇ ਸਿਰਫ YouTube ਤੇ ਕੋਈ ਖੋਲ ਕੇ ਦੇਖਦਾ ਹੈ ਅ ਰੀਲਾਂ ਤੇ ਵੀ ਰੀਲਾਂ ਤੇ ਵੀ ਸਾਰੇ ਪਾਸੇ ਕੋਈ ਵੀ ਕਲਿੱਪ ਕੱਟ ਕੇ ਪਾ ਦਿੰਦਾ ਹੈ ਉੱਥੇ ਤਾਂ ਪਤਾ ਨਹੀਂ ਨਾ ਕਿ ਰੀਲ ਕੋਣ ਦੇਖ ਰਿਹਾ ਹੈ ਬੱਚਾ ਜਵਾਨ ਜਾਂ ਕੋਈ ਹੋਰ ਤੇ ਸਰ ਹਰ ਕਿਸ ਨੂੰ ਇਹ ਨੌਲੇਜ ਨਹੀਂ ਚਾਹੀਦੀ ਤੇ ਬਾਅਦ ਵਿੱਚ ਕਹਣਗੇ ਸਾਡੇ ਜੀ ਫੈਮਿਲੀ ਚੈਨਲ ਨੇ ਅਸੀਂ ਤਾਂ ਫੈਮਲੀਆਂ ਚ ਦਿਖਾਉਨੇ ਆ ਸਿਰਫ ਗਾਲਾਂ ਨਾ ਕੱਢਣੀਆਂ ਫੈਮਿਲੀ ਚੈਨਲ ਨਹੀਂ ਹੁੰਦਾ ਕਿ ਅਸੀਂ ਆਪਣੇ ਵਲੌਗਾਂ ਚ ਗਾਲਾਂ ਨਹੀਂ ਕੱਢਦੇ ਅਸੀਂ ਅਡਲਟ ਲੈਂਗੁਏਜ ਯੂਜ਼ ਨਹੀਂ ਕਰਦੇ ਤਾਂ ਸਾਡਾ ਫੈਮਿਲੀ ਚੈਨਲ ਹੈ ਨਾ 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 ਕੰਟੈਂਟ ਵੀ ਦੇਖੋ ਕਿ ਤੁਸੀਂ ਕਿਦਾਂ ਦਾ ਪਾ ਰਹੇ ਹੋ ਤਾਂ ਇਹਨਾਂ ਦੀਆਂ ਕਰਤੂਤਾ ਜਿਹੜੀਆਂ ਨੇ ਉਹ ਬਲਗੇਰਿਟੀ ਵਾਲੀਆਂ ਨੇ ਮੂੰਹ ਚ ਨਹੀਂ ਬਲਗੇਰਿਟੀ ਕੱਢਦੇ ਬੋਡੀ ਲੈਂਗੁਏਜ ਬਲਗੇਰਿਟੀ ਵਾਲੀ ਇਹਨਾਂ ਦੀ ਬਿਲਕੁਲ 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 ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈ ਤੇ ਨਾਲੇ ਕੋਈ ਤੇ ਨਾਲੇ ਫ੍ਰੈਸ਼ੀ ਕੋਈ ਐਜੂਕੇਟਰ ਨਹੀਂ ਕਰਦੇ ਐਵੇਂ ਹੀ ਨੇ ਐਜੂਕੇਟ ਦੇ ਨਾਂ ਤੇ ਨਾ ਜਨਤਾ ਨੂੰ ਇਹ ਨਾ ਬੇਵਕੂਫ ਬਣਾਉਂਦੇ ਨੇ ਕੋਈ ਐਜੂਕੇਟ ਨਹੀਂ ਤੇ ਕਈ ਵਾਰੀ ਰਮਾਨ ਮਲਕ ਨਾਲ ਜਿਮ ਚ ਵੀਡੀਓ ਬਣਾਏਗਾ ਕ੍ਰਿਤਿਕਾ ਮਲਕ ਨਾਲ ਬਸ ਇਹੀ ਚੂਰਨ ਕੇ ਮੈਂ ਮੋਟੀਵੇਟ ਕਰ ਰਿਆ ਤੇ ਕੈਮਰਾ ਤੂੰ ਵੇਖਿਆ ਹੀ ਇਹ ਕਿੱਥੇ ਹੁੰਦਾ ਕੀ ਦੱਸਦਾ ਕਦੀ ਉਹਨੇ ਟ੍ਰੇਨਿੰਗ ਦਿੱਤੀ ਵੀ ਤੂੰ ਇਦਾਂ ਲਾਓ ਇਹ ਜਿਹੜਾ ਹਨਾ ਐਕਸਰਸਾਈਜ਼ ਇਹਨੂੰ 10 ਵਾਰੀ ਲਾਓ ਜਾਂ 15 ਵਾਰੀ ਲਾਓ ਕਦੀ ਕਿਹਾ ਇਹਦਾ ਉਹਨੇ ਕਦੀ ਵੀ ਨਹੀਂ ਬਸ ਜਾਂਦਾ ਜੇ ਮੇਂ ਚ ਕਦੀ ਕਦੀ ਪਾਇਲ ਨਾਲ ਹੈਨਾ ਉਹਨੂੰ ਦਿਖਾਈ ਜਾਂਦਾ ਕਦੀ ਕ੍ਰਿਤਿਕਾ ਨੂੰ ਦਿਖਾਈ ਜਾਂਦਾ ਕੋਈ ਐਜੂਕੇਸ਼ਨ ਨਹੀਂ ਚਲ ਜੇ ਤੂੰ ਜਿਮ ਦੀ ਵੀਡੀਓ ਬਣਾਣੀ ਵੀ ਦੱਸ ਨਾ ਫਿਰ ਕੀ ਕਰਦੇ ਪਿਓ ਕਿਹੜੇ ਲਾਂਦੇ ਪਿਓ ਹੈਨਾ ਸੈਟ-ਸੈਟ ਦੱਸੋ ਜਨਤਾ ਨੂੰ ਉਹ ਦੱਸਣਾ ਨਹੀਂ ਤੁਸੀਂ ਤੇ ਇਹ ਵੀ ਜਿਹੜਾ ਨਾ ਪ੍ਰੈਗਨੈਂਸੀ ਵਾਲਾ ਇਹ ਵੀ 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 ਬਟੌਰਨੇ ਨੇ ਨਾ ਇਹਦੇ ਤੂੰ ਕੋਈ ਐਜੂਕੇਟ ਨਹੀਂ ਤੇ ਨਾਲੇ ਚੈਨਲ ਦਾ ਐਜੂਕੇਟ ਚੈਨਲ ਦਾ ਨਾਮ ਰੱਖਿਆ ਹੋਇਆ ਨੇ ਫੈਮਿਲੀ ਫਿਟਨੈਸ ਜਿੱਦੇ ਚ ਫਿਟਨੈਸ ਵਾਲਾ ਤਾਂ ਮੈਨੂੰ ਕੁਝ ਨਹੀਂ ਲੱਗਦਾ ਕਿ ਕੋਈ ਗੱਲ ਹੈਗੀ ਫਿਟਨੈਸ ਵਾਲੀ ਜਾਂ ਨਹੀਂ ਹੈਗੀ ਤੇ ਨਾ ਕਿਤੇ ਗੱਲ ਕੋਈ ਕੀਤੀ ਹੈ ਫਿਟਨੈਸ ਵਾਲੀ ਕਿ ਆਪਸ ਸਵੇਰ ਉੱਠ ਕੇ ਜੇ ਰੂਟੀਨ ਫੋਲੋ ਕਰੋ ਜਾਂ ਫਿਰ ਆਪਕੋ ਡਾਈਟ ਮੇਂ ਕਿਆ-ਕਿਆ ਖਾਣਾ ਚਾਹੀਏ ਇਦਾਂ ਦੀ ਕੋਈ ਗੱਲ ਨਹੀਂ ਜੋ ਫਿਟਨੈਸ ਦੇ ਰਿਲੇਟਡ ਹੋਵੇ ਤੇ ਫਿਰ ਉਹ ਚੈਨਲ ਦਾ ਨਾਮ ਚੇਂਜ ਕਰਕੇ ਕੋਈ ਹੋਰ ਹੀ ਰੱਖ ਲਓ ਫੈਮਿਲੀ ਫਿਟਨੈਸ ਦੀ ਜਗ੍ਹਾ ਤੇ ਕੋਈ ਹੋਰ ਵੀ ਸੋਚ ਲਓ ਨਾਮ ਮਤਲਬ ਕਿ ਉਹ ਜਿਮ ਵਾਲੀ ਜਿਹੜੀ ਦੀ ਗੱਲ ਕੀਤੀ ਕਿ ਜਿਮ ਚ ਕੁਝ ਨਹੀਂ ਭਾਈ ਜਾ ਕੇ ਉਹ ਵੱਖ-ਵੱਖ ਐਂਗਲਾਂ ਤੋਂ ਦਿਖਾਉਣਾ ਹੈ ਵੱਖ-ਵੱਖ ਗਾਣਾ ਲਾ ਕੇ ਤੇ ਇੱਕ ਵੀਡੀਓ ਬਣਾ ਲੈਂਦਾ ਹੈ ਤੇ ਉਹਨੂੰ ਤਿੰਨ ਚਾਰ ਦਿਨ ਅਪਲੋਡ ਕਰਦਾ ਹੈ ਵੱਖ-ਵੱਖ ਗਾਣੇ ਲਾ ਕੇ ਲੱਗੀ ਸਮਝ ਜੇ ਕੋਈ ਟ੍ਰੈਂਡਿੰਗ ਟ੍ਰੈਂਡਿੰਗ ਗੱਲ ਆ ਉਹ ਮਲਿਕ ਇੱਕ ਚੈਨਲ ਇੱਕ ਇੱਕ ਰੀਲ ਤੋਂ ਨਹੀਂ ਤਿੰਨ ਚੈਨਲ ਤਿੰਨ ਪੇਜ ਨੇ ਉਹਨਾਂ ਦੇ ਸ਼ਾਇਦ ਹਨਾ ਇੱਕ ਖੁੱਦ ਦਾ ਰਮਨ ਮਲਿਕ ਦਾ ਖੁੱਦ ਹੈ ਦੋ ਉਹਦੀ ਘਰ ਵਾਲਿਆਂ ਦਾ ਵੱਖ-ਵੱਖ ਹੈ ਤੂੰ ਸੇਮ ਜਿਹਾ ਕੰਟੈਂਟ ਸਾਰੇ ਪਾਸੇ ਪੋਸਟ ਕਰੂਗਾ ਇਧਰੋਂ ਰੀਲ ਨਹੀਂ ਚੱਲੀ ਤਾਂ ਪਰਲੇ ਪਾਸੇ ਚੱਲੇਗੀ ਪਿੱਛੇ ਰਹੋਂਦੀ ਨਹੀਂ ਸੀਗੀ ਹਾਏ ਮੇਰਾ ਇੰਸਟਾਗ੍ਰam ਅਕਾਊਂਟ ਡਿਲੀਟ ਹੋ ਗਿਆ 2 ਮਿਲੀਅਨ ਉਹ ਬੜਾ ਰਾਤੀ 2 ਵਜੇ ਬਟਕੇ ਡਰਾਮੇ ਕਰਨੀਆ ਅੱਛਾ ਇਹ ਤਾਂ ਵਾਊਚਰ ਹੋ ਗਿਆ ਭਾਜੀ ਅੱਜ ਦੀ ਗੱਲ ਨਹੀਂ ਹੋ ਗਿਆ 6-7 ਮਹੀਨੇ ਪਹਿਲਾਂ ਜਦੋਂ ਇੰਸਟਾਗ੍ਰam ਤੇ ਪਿੱਛੇ ਜੋ ਚੱਲ ਨਹੀਂ ਰਿਹਾ ਸੀ ਸਕੀਮ ਜੀ ਕਿ ਲਿੰਕ ਹੁੰਦਾ ਹੈ ਉਹਨੂੰ ਓਪਨ ਕਰੋ ਤੇ ਬਾਅਦ ਵਿੱਚ ਆਪਣਾ ਹੈਕ ਹੋ ਜਾਂਦਾ ਹੈ ਅਕਾਊਂਟ ਸ਼ਾਇਦ ਤੁਹਾਨੂੰ ਵੀ ਪਤਾ ਹੋਵੇ ਤੇ ਉਹ ਇਦਾਂ ਹੋ ਗਿਆ ਸੀ ਉਹਦਾ ਬਾਕੀ ਉਹ ਵਾਪਸ ਕਰ ਦਿੰਦੇ ਇੰਸਟਾਗ੍ਰam ਵਾਲੇ ਬਾਅਦ ਵਿੱਚ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਆ ਸਕੀਮ ਚੱਲ ਰਹੀ ਹੈ ਬਟ ਉਹ ਰਾਤੀ ਉੱਤੇ 2 ਵਜੇ ਕੱਟ ਕੇ ਉੱਤੇ ਵਲੌਗ ਕੱਢਦਾ ਤੇ ਇੱਕ ਪਿੱਛੇ ਜਦੋਂ ਉਹਦਾ ਵਿਆਹ ਸੀਗਾ ਉਦੋਂ ਵੀ ਰੋ ਕੇ ਵਲੌਗ ਪਾਤਾ ਕਿ ਮੇਰੇ ਜ ਜਦੋਂ ਫੋਨ ਜਫੜ ਕੇ ਰੋਂਦੀ ਸੀ ਐ ਕਰਕੇ ਨਾ ਕਿ ਉਹ ਚਲੇ ਗਿਆ ਮੇਰੀ ਛੱਡ ਕੇ ਤੇ ਬਾਅਦ ਵਿੱਚ ਵਿਆਹ ਤੋਂ ਬਾਅਦ ਘਰਦਿਆਂ ਨੂੰ ਰੋਕੇ ਵਲੌਗ ਪਾਤਾ ਕਿ ਮੇਜੀ ਆਪਣੇ ਘਰ ਵਾਲੋ ਕੀ ਬਹੁਤ ਜਿਆਦਾ ਆ ਰਹੀ ਹੈ ਤੇ ਮਤਲਬ ਕਿ ਜੇ ਰੋ ਰਹੀ ਹੋ ਤਾਂ ਉਹਨੂੰ ਉਸ ਟਾਈਮ ਵਲੌਗ ਬਣਾਉਣ ਦੀ ਆਈਡੀਆ ਕਿੰਨੂੰ ਆਉਂਦਾ ਹੈ ਕਿ ਹਾਂ ਇਸ ਟਾਈਮ ਰੋ ਰਹੀ ਹੈ ਹਨਾ ਪਾਇਲ ਜਾਂ ਕ੍ਰਿਤਿਕਾ ਤੇ ਇਸ ਟਾਈਮ ਵਲੌਗ ਕੰਟੀਨਿਊ ਕਰ ਦੋ ਤੇ ਤੁਹਾਡੇ ਵਿਊ ਆ ਜਾਣਗੇ ਉਸ ਟਾਈਮ ਆਈਡੀਆ ਕਿੰਨੂੰ ਆਉਂਦਾ ਮੈਨੂੰ ਇਹ ਨਹੀਂ ਸਮਝ ਆਉਂਦੀ ਆਹੋ ਅੱਛਾ ਵੈਸੀ ਭਾਜੀ ਤੁਸੀਂ ਰਮਾਨ ਮਲਿਕ ਦੇ ਚੈਨਲ ਤੇ ਵੇਖਿਆ ਵੇ ਸੌਰੀ ਰਮਾਨ ਮਲਿਕ ਦੇ ਚੈਨਲ ਤੇ ਕਹਿਣਾ ਪਿਆ YouTube ਤੇ ਰਮਾਨ ਮਲਿਕ ਤੁਸੀਂ ਭਰ ਰਹਾ ਰਮਾਨ ਮਲਿਕ ਐਕਸਪੋਜ਼ ਜੇ ਉਹ ਹਨਾ ਰਮਾਨ ਮਲਿਕ ਰਿਐਲਿਟੀ ਤੇ ਪਤਾ ਕਿੰਨੀਆਂ ਵੀਡੀਓ ਨਿਕਲ ਕੇ ਆਂਦੀਆਂ ਨੇ ਇੱਕ ਕੁੜੀ ਉਹਨੇ ਬੁਰਕਾ ਜਿਹਾ ਪਾਇਆ ਹੁੰਦਾ ਹਿਜਾਬ ਸੱਚ ਹਾਂ ਹਿਜਾਬ ਪਾਇਆ ਹੁੰਦਾ ਤੇ ਉਹ ਕੁੜੀ ਬੜੀ ਇਨਾਂ ਨੂੰ ਨਾ ਐਕਸਪੋਜ਼ ਕਰਦੀ ਏ ਉਹ ਇਹਦੀਆਂ ਨਾ ਰਮਾਨ ਮਲਿਕ ਦੀਆਂ ਪੁਰਾਣੀਆਂ ਵੀਡੀਓ ਦਿਖਾਉਂਦੀ ਤੇ ਇਹ ਇਹ ਨਾ ਮੈਂ ਵੇਖਿਆ ਉਹ ਵੀਡੀਓ ਚ ਨਾ ਬੜਾ ਪਖੰਡ ਕਰਦਾ ਨਾ ਇੱਕ ਇੱਕ ਵੀਡੀਓ ਵਿਖੀ ਰਮਾਨ ਮਲਿਕ ਦੀ ਉਹ ਸ਼ੋਲੇ ਫਿਲਮ ਚ ਜਿੱਦ ਤੱਕ ਚੜ ਨਹੀਂ ਗਿਆ ਸੀ ਤਰਮਿੰਦਰ ਟੈਂਕੀ ਦੇ ਉੱਤੇ ਉਦਾਂ ਕਿਸੇ ਟੈਂਕੀ ਉੱਤੇ ਚੜਿਆ ਵੇ ਤੇ ਕੋਈ ਪਾਇਲ ਨਾਲ ਨਾਲ ਇਹਦਾ ਝਗੜਾ ਚੱਲਦਾ ਪਿਆ ਵੇ ਅਸਲੀ ਵੇ ਠੀਕ ਹੈ ਅਸਲੀ ਵੀਡੀਓ ਵੇ ਉਹ ਕੁੜੀ ਵੀ ਕਹਿੰਦੀ ਵੀ ਕਹਿੰਦੀ ਮੈਂ ਸਮਝਿਆ ਰਿਫ ਕੋਈ ਫਿਲਮ ਦੀ ਸ਼ੂਟਿੰਗ ਹੈ ਕੋਈ ਫਿਲਮ ਵੀ ਨਾ ਦੀ ਆਈ ਨਹੀਂ ਹੈ ਉਸ ਟਾਈਪ ਦੀ ਜਾਂ ਕੋਈ ਗਾਣਾ ਕੋਈ ਰੀਲ ਵੇਖੀ ਤਾਂ ਨਹੀਂ ਹੈ ਨਾ ਪਰ ਉਹ 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 ਵੀਡੀਓ ਨਾ ਕੋਈ ਅੱਜ ਦੀ ਨਹੀਂ ਹੈ ਉਹ ਦੀ ਚਰਮਾਨ ਮੈਨੂੰ ਲੱਗ ਤੇ ਹੁੰਦਾ ਹੀ ਹੋਰ ਟਾਈਪ ਦਾ ਸੀ ਅੱਜ ਉਹ ਵੀਡੀਓ ਉਹ ਅੱਜ ਤੋਂ ਕੋਈ 5 7 ਸਾਲ ਪੁਰਾਣੀ ਹੋਣੀ ਮੇਰੇ ਹਿਸਾਬ ਨਾਲ ਸ਼ਾਇਦ ਵਾਧੇ ਪੁਰਾਣੀ ਹੋਵੇ ਜਿਹੜੀ ਗੱ ਤੇ ਉਹ ਵੇਖਿਓ ਤੁਸੀਂ ਕਦੀ ਦੀ ਗੱਲ ਕਰ ਰਹੇ ਉਹਦੀ ਪਿੱਛੇ ਨੇ ਵੀਡੀਓ ਡਿਲੀਟ ਵੀ ਕਰਾਈਆਂ ਸੀ ਜਾਂ ਤੇ ਮਲਕੀ ਉਹ ਜਿੱਦਾਂ ਮੈਂ ਦੇਖਿਆ ਸੀ ਕਿ ਕਿਸੇ ਨੇ ਮੈਨੂੰ ਇੱਕ ਲਿੰਕ ਭੇਜਿਆ ਸੀ ਕੁੜੀ ਦਾ ਕਿ ਭਾਈ ਦੇਖੋ ਕਿ ਵਦਗੀ ਉਹਨਾਂ ਟਾਈਟਲ ਤਾਂ ਚਲੋ ਇਦਾਂ ਪਾਥ ਸੀ ਕਿਸੇ ਨੇ ਕਿ ਰਮਾਨ ਮਲਕੀ ਦੀ ਤੀਸਰੀ ਬੀਵੀ ਨੇ ਖੋਲੇ ਉਸਕੇ ਰਾਜ ਤੇ ਉਤ ਤੋਂ ਬਾਅਦ ਜਦੋਂ ਉਹ ਵੀਡੀਓ ਦੋ ਤਿੰਨ ਦਿਨਾਂ ਬਾਅਦ ਮੈਂ ਸੋਚਿਆ ਸੀ ਮੈਂ ਸ਼ੇਅਰ ਕਰੂੰਗਾ ਸਾਰੇ ਹਨਾ ਗੱਲ ਕਿਸੇ ਨਾ ਵੀਡੀਓ ਚ ਉਸ ਤੋਂ ਪਹਿਲਾਂ ਉਹ ਵੀਡੀਓ ਡਿਲੀਟ ਹੋ ਗਈਆਂ ਕਿਸੇ ਨੇ ਕਿ ਵੀਡੀਓ ਇਜ਼ ਰਿਮੂਵਡ ਬਾਈ ਪ੍ਰਾਈਵੇਸੀ ਕੰਪਲੇਂਟ ਇਹ ਇਦਾਂ ਰਿਸ਼ ਕਰਕੇ ਉਹ ਵੀਡੀਓ ਰਿਮੂਵ ਕਰਾਤੀਆਂ ਆਣਾ ਤੇ ਉਹ ਆਹੋ ਆਹੋ ਹੂੰ ਨਹੀਂ ਨਹੀਂ ਪਿੱਛੇ ਇਹ ਬੜੀਆਂ ਵੀਡੀਓ ਇਹਨੇ ਪਿੱਛੇ ਜਿਹੜਾ ਬੜੀਆਂ ਵੀਡੀਓ ਡਿਲੀਟ ਕਰਾਈਆਂ ਜਿਹੜੀ ਹੈ ਨਾ ਇਹਦੇ ਖਿਲਾਫ ਬਣੀਆਂ ਸੀ ਕਿਉਂਕਿ ਉਹ ਕੁੜੀ ਨੇ ਨਾ ਉਹੀ ਜਿਹੜੀ ਹਿਜਾਬ ਵਾਲੀ ਕੁੜੀ ਦੀ ਮੈਂ ਗੱਲ ਕਰਦਾ ਪਿਆ ਉਹਨੇ ਇਹਨੂੰ ਐਕਸਪੋਜ਼ ਕੀਤਾ ਤੇ ਹੌਲੀ ਹੌਲੀ ਨਾ ਅਰਮਾਨ ਮਲਕ ਦੇ ਪਤਾ ਨਹੀਂ ਕੋਈ ਤਾਏ ਚਾਚੀ ਦੀਆਂ ਕੁੜੀਆਂ ਵੀ ਨਾ ਉਹਨੇ ਲਾਈਵ ਕਾਲ ਤੇ ਲੈ ਆਣੀਆਂ ਸੀ ਕਿਉਂਕਿ ਇਹ ਕਰਦੀ ਹੁੰਨੀ ਹੈ ਨਾ ਉਹਨੂੰ ਫੋਨ ਜਿੱਦਾਂ ਸਾਨੂੰ ਕਈ ਵਲੋਗਰ ਨਹੀਂ ਕਰਦੇ ਹੁੰਦੇ ਉਹਨਾਂ ਦੇ ਪਤਾ ਕਈ ਇਹਨਾਂ ਦੇ ਸੱਜੇ ਖੱਬੇ ਰਿਸ਼ਤੇਦਾਰ ਕਰਦੇ ਹੁੰਦੇ ਨੇ ਵਲੋਗਰਾਂ ਦੇ ਪੀਪਾ ਜੀ ਸਾਨੂੰ ਪਤਾ ਇਹ ਐ ਇਦਾਂ ਕਰਦੇ ਰਹੇ ਨੇ ਪਾਜੀ ਸਾਨੂੰ ਪਤਾ ਇਹ ਇਦਾਂ ਕਰਦੇ ਰਹੇ ਨੇ ਹਨਾ ਤੇ ਉਹਨੂੰ ਵੀ ਕਰ ਦਿੱਤਾ ਹਨਾ ਵੀ ਸਾਨੂੰ ਵੀ ਪਤਾ ਰਮਾਨ ਮਲਕ ਦੀ ਰਿਐਲਿਟੀ ਦਾ ਸਾਡੇ ਕੋਲ ਪੁੱਛੋ ਤੇ ਉਹ ਕੁੜੀ ਨੇ ਚੱਕ ਕੇ ਨਾ ਦੀ ਵੀਡੀਓ ਰਿਕਾਰਡਿੰਗ ਕਰਕੇ ਨਾ ਉਹਨੂੰ ਕਾਲ ਕਰਦੀ ਵੀ ਕੋਈ ਰਮਾਨ ਮਲਕ ਦੀ ਰਿਸ਼ਤੇਦਾਰ ਸੀ ਸਮਝ ਗਿਆ ਸਮਝ ਤੇ ਕੁੜੀ ਨੇ ਪਾਤੀ ਤੇ ਉਹ ਵੀ ਦੱਸੇ ਇਦਾਂ ਹੀ ਕਿ ਤੇ ਰਮਾਨ ਮਲਕ ਤੇ ਕੇਸ ਹੋਏ ਨੇ ਦੀ ਪਹਿਲਾਂ ਵੀ ਇਹਦੇ ਪਾਇਲ ਨਾਲ ਤਲਾਕ ਹੋ ਗਿਆ ਪਾਇਲ ਦੀ بیوی ਨਹੀਂ ਹੈ ਵਿਆਹ ਹੋਇਆ ਸੀ ਪਹਿਲਾਂ ਪਰ ਹੁਣ ਇਹਨਾਂ ਦਾ ਤਲਾਕ ਹੋ ਗਿਆ ਵੇ ਤੇਰ ਮਾ ਪਾエル ਦਾ ਅਸਲ ਚਾਰ ਵਾਲਾ ਹੋਰ ਹੀ ਕੋਈ ਨਾ ਉਹ ਸਲੂਨ ਚਲਾਉਂਦਾ ਕੋਈ ਠੀਕ ਹੈ ਠੀਕ ਹੈ ਠੀਕ ਤੇ ਪਰ ਸਿਰਫ ਇਹ ਨਾ ਇਹ ਦੁਨੀਆ ਦੇ ਸਾਹਮਣੇ ਉਹ ਜਿਹਦਾ ਕੁੜੀ ਦਾ ਕਹਿਣਾ ਕੁੜੀ ਦੇ ਅਸੀਂ ਦੱਸ ਰਹੇ ਆ ਅਸੀਂ ਆਪਣੇ ਕੋਲ ਨਹੀਂ ਲਾ ਰਹੇ ਮਤਲਬ ਕਿ ਕੁੜੀ ਦਾ ਕਹਿਣਾ ਇਦਾਂ ਹੈ ਕਿ ਉਹ ਕਾਫੀ ਸਬੂਤ ਵੀ ਪੇਸ਼ ਕਰਦੀ ਨਾਲ ਵੀਡੀਓ ਛਿੜੀ ਵੀ ਦਿਖਾਉਂਦੀ ਇਦਣਿਓ ਕੱਲੀ ਬੋਲਦੀ ਤੇ ਅਸੀਂ ਯਕੀਨ ਕਰ ਲਏ ਜਾਂ ਹਨਾ ਵਿਚੂ ਬੜਿਆਂ ਨੇ ਵੇਖੀ ਹੋਣੀ ਹੈ ਸਾਨੂੰ ਇਹਨਾਂ ਨੇ ਦੱਸੀ ਕਈਆਂ ਨੇ ਨਾ ਵਿਚੂ ਸਾਨੂੰ ਵੀ ਦੱਸੇ WhatsApp ਜਿਹੜੇ ਸਾਡੇ ਭੈਣ ਭਰਾਣੇ ਸਬਸਕ੍ਰਾਈਬਰ ਆਤਵਾਤ ਜਾਣਕਾਰੀ ਸਾਨੂੰ ਆਪਣੇ ਸਬਸਕ੍ਰਾਈਬਰ ਹੀ ਦਿੰਦੇ ਨੇ ਜੋ ਵੀ ਗੱਲ ਹੁੰਦੀ ਹੈ ਭਾਜੀ ਆ ਦੇਖੋ ਭਾਜੀ ਆ ਦੇਖੋ ਹਰੇ ਨੀ ਰਿਸਰਚ ਤਾਂ ਪਾ ਨਹੀਂ ਕਰੀਦੀ ਹਰ ਜਗ੍ਹਾ ਤੇ ਤੇ ਬਾਕੀ ਤੁਹਾਨੂੰ ਕਾਫੀ ਨੋਲਿਜ ਲੱਗਦੀ ਹੈ ਇਹ ਚੀਜ਼ਾਂ ਦੀ ਨਾ ਤੁਸੀਂ ਕਾਫੀ ਜਿਆਦਾ ਨਾ ਉਹ ਦੇਖਦੇ ਪਏ ਹੋ ਇੰਟਰਸਟ ਲੈ ਲੈ ਕੇ ਅਰਮਾਨ ਮਲੇਕ ਨੂੰ ਮੈਨੂੰ ਲੱਗਦਾ ਪਿਛਲੇ ਕੁਝ ਆ ਮੈਂ ਤੈਨੂੰ ਪਤਾ ਤੇਰਾ ਭਰਾ ਪੂਰੀ ਤਫਤੀਸ਼ ਕਰਦਾ ਫਿਰ ਬੰਦਿਆਂ ਦੀ ਕੀ ਕੀ ਕਰ ਰਹੇ ਐ ਤਕੀ ਨਹੀਂ ਤੇ ਇਹ ਹੈ ਲੱਗਦਾ ਤੇ ਮੈਨੂੰ ਫਰੋਡੀ ਜੈ ਅਰਮਾਨ ਰਮਾਨ ਮਲਿਕ ਲੱਗਦਾ ਤੇ ਮੈਨੂੰ ਫਰੋਡੀ ਏ ਮੈਨੂੰ ਲੱਗਦਾ ਜਲਦੀ ਰੋਸਟ ਆਊਗਾ ਕਿਉਂਕਿ ਇਹ ਹਰ ਜਲਦੀ ਦਾ ਨਹੀਂ ਨੇ ਉੱਧਰ ਰਮਾਨ ਮਲਿਕ ਦਾ ਉਧਰ ਨੂੰ ਜਾ ਰਿਹਾ ਭਾਈ ਅੱਜਕੱਲ ਰਮਾਨ ਮਲਿਕ ਤੇ ਲੱਗਦਾ ਕਰਦੇ 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 ਰੋਸਟ ਅੱਛਾ ਮੈਂ ਸੱਚ ਤੈਨੂੰ ਰੋਸਟ ਦੀ ਗੱਲ ਦੱਸ ਪਰਾਵਾ ਪਿੱਛੇ ਜੇ ਨਾ ਮੈਂ ਫਲਾਈਂਗ ਬੀਸਟ ਨੂੰ ਰੋਸਟ ਕੀਤਾ ਰੋਸਟ ਨਹੀਂ ਮੈਂ ਕੀਤਾ ਫਲਾਈਂਗ ਬੀਸਟ ਨੂੰ ਸਿਰਫ ਆਪਣਾ ਆਪੀਨੀਅਨ ਦਿੱਤਾ ਫਲਾਈਂਗ ਬੀਸਟ ਦੇ ਉੱਤੇ ਨਾ ਉਹ ਮੈਂ ਰੋਸਟ ਵੀ ਨਹੀਂ ਕੀਤਾ ਤੇ ਕਲਿੱਪ ਜਾ ਸੀ ਜਿਹੜਾ ਵਿੱਚ ਕਲਿੱਪ ਜਾ ਕੁੱਤੇ ਵਾਲਾ ਤੁਸੀਂ ਪਾਇਆ ਸੀ ਫਲੈਂਗ ਬੀਸਟ ਨੂੰ ਆਪਣੇ ਕੁੱਤੇ ਦਾ ਨਾਮ ਰੱਖਿਆ ਕੁਛ ਇਦਾਂ ਦਾ ਵੀ ਪਾਇਆ ਸੀ ਤੁਸੀਂ ਨਾ ਨਹੀਂ ਨਹੀਂ ਕੁੱਤ ਨਹੀਂ ਨਹੀਂ ਓਨੀ ਸੀ ਆ ਓਨੀ ਸੀ ਮਹੀਨਾਂ ਡੇੜੇ ਪਹਿਲਾਂ ਨਾ ਮੈਂ ਇੱਕ ਵੀਡੀਓ ਬਣਾਈ ਤੇ ਉਹਦੇ ਚ ਫਲਾਈਂਗ ਬੀਸਟ ਬਾਰੇ ਮੈਂ ਗੱਲ ਕੀਤੀ ਪਤਾ ਨਹੀਂ ਕੋਈ ਗੱਲ ਚੱਲਦੀ ਪਈ ਸੀ ਤੇ ਉਹਦੇ ਉਹਦੇ ਬਾਰੇ ਮੈਂ ਗੱਲ ਕੀਤੀ ਤੇ ਕਈ ਨਾ ਮੈਨੂੰ ਥਿਲੇ ਕਮੈਂਟ ਆਏ ਇੱਕ ਦੋ ਬੰਦਿਆਂ ਨੇ ਵੈਸੇ ਆਏ ਖਾਸ ਕਰਕੇ ਤੇ ਮੈਨੂੰ ਨਾ ਕਹਿਣਾ ਵੀ ਤੁਸੀਂ ਪੰਜਾਬ ਦੇ ਬਲੌਗਰਾਂ ਤੱਕ ਹੀ ਸੀਮਤ ਰੋ ਉਹ ਬੋਪੜਿਆ ਲਿਖਿਆ ਆਵੇ ਉਹਦੇ ਲੈ ਮੈਂ ਆ ਗਿਆ ਵੀ ਤੁਸੀਂ ਇੱਥੇ ਪੰਜਾਬੀਆਂ ਦਾ ਸਮਝੇ ਗੱਲ ਉਹਨੇ ਕਿਹੜੀ ਟਿਊਨ ਚ ਗੱਲ ਕੀਤੀ ਕਮੈਂਟ ਚ ਵੀ ਤੁਸੀਂ ਪੰਜਾਬ ਤੱਕ ਸੀਮਤ ਰਹੋ ਤੇ ਮੈਂ ਉਹਨੂੰ ਫਿਰ ਜਵਾਬ ਦਿੱਤਾ ਮੈਂ ਭਰਾ ਤੂੰ ਇੱਥੇ ਤਮਾਸ਼ਾ ਵੇਖਣਾ ਐ ਨਾ ਫਿਰ ਪੰਜਾਬੀਆਂ ਦਾ ਵੀ ਪੰਜਾਬ ਤੱਕ ਸੀਮਤ ਰਹੋ ਤੂੰ ਕਹਿੰਦਾ ਮੈਂ ਤੇਰੀ ਬੜੇ ਚਿਰ ਦੀਆਂ ਵੀਡੀਓ ਵੇਖਦਾ ਮੈਂ ਨਾ ਮੈਂ ਤੇਰਾ ਬੜਾ ਫੈਨ ਸੀ ਪਰ ਅੱਜ ਤੂੰ ਸਹੀ ਨਹੀਂ ਕੀਤਾ ਫਲਾਈਂਗ ਬੀਸਟ ਨੂੰ ਰੋਸਟ ਕਰਕੇ ਮੈਂ ਕਹਾਂ ਹੈ ਭਰਾ ਮੈਂ ਕਿਦੋਂ ਰੋਸਟ ਕੀਤਾ ਪਹਿਲੀ ਗੱਲ ਤਾਂ ਮੱਕਰਾ ਰੋਸਟ ਕਿਉਂ ਨਹੀਂ ਕਰ ਸਕਦਾ ਉਹਦੀ ਮੈਂ ਤਾਂ ਕਰਤੂਤਾ ਉਹੀ ਨਹੀਂ ਜਿਹੜੇ ਬਲੌਗਰ ਕਰਦੇ ਨੇ ਉਹ ਕੀ ਵਾਕ ਕਰਦਾ ਹੈ ਜਿੱਦੂ ਦਾ ਕੋ ਕੰਮ ਸਹੀ ਕਰਦਾ ਸੀ ਨਾ ਜਿੱਦ ਤੱਕ ਵਲੌਗ ਨਹੀਂ ਸੀ ਬਣਾਉਂਦਾ ਤੇ ਮੈਨੂੰ ਵੀ ਵਧੀਆ ਲੱਗਦਾ ਫਲਾਈਂਗ ਬੀਸਟ ਨਾ ਜਿੱਦੂ ਪਾਇਲਟ ਸੀ ਹੈਨਾ ਉਹ ਕਰਦਾ ਸੀ ਪਰ ਜਦੋਂ ਉਹਨੇ ਕੰਮ ਹੀ ਹੋਣਾ ਇਹ ਫੜ ਲਿਆ ਤੁਹਾਨੂੰ ਪਤਾ ਹੀ ਆਪਣਾ ਸੱਜਣ ਸੀਗਾ ਇੱਕ ਜਿਹੜਾ ਕਹਿੰਦਾ ਸੀਗਾ ਕਿ ਭਾਜੀ ਤੁਸੀਂ ਫਲਾਈਂਗ ਬੀਸਟ ਜਾਂ ਟਿੱਕਟਾੜਾ ਕਿਹੜਾ ਵਾ ਨਿੱਖਲ ਜਿਹੜਾ ਹੈਗਾ ਮੁੰਬਈ ਕਰ ਨਿੱਖਲ ਇਹਨਾਂ ਨੂੰ ਤਾਂ ਰੋਸਟ ਕਰਦੇ ਨਹੀਂ ਇਹਨਾਂ ਦੇ ਫੈਮਿਲੀ ਵਲੌਗ ਆ ਤੁਹਾਨੂੰ ਪਤਾ ਹੀ ਕਿਹੜੀ ਗੱਲ ਕਰ ਰਿਹਾ ਮੈਂ ਗਰੁੱਪ 'ਚ ਤੇ ਉਦੋਂ ਵੀ ਆਪਾਂ ਇਹ ਕਹਿ ਗਿਆ ਕਿ ਆਪਾਂ ਤਾਂ ਬੜਿਆਂ ਨੂੰ ਪ੍ਰਾ ਰੋਸਟ ਕਰ ਛੱਡਿਆ ਵਾ ਰਮਾਨ ਮਲਿਕ ਨੂੰ ਬੜੀ ਤੇ ਪਲੈਇੰਗ ਵਿਸ਼ੇ ਜਿਹਦਾ ਤੁਸੀਂ ਗੱਲ ਕੀਤੀ ਵਿੱਚ ਕੀਤੀ ਕੀਤੀ ਹਨਾ ਉਹ ਨਹੀਂ ਆਪਾਂ ਕਰਦੇ ਜੀ ਤਾਂ ਜਦੋਂ ਜਦੋਂ ਹੁਣ ਕੋਈ ਉਹ ਆਵੇ ਤੇ ਉਹਦਾ ਆਪਾਂ ਕਰ ਦਈਦਾ ਤੇ ਇੱਕ ਗੱਲ ਹੋਰ ਹੈ ਕਿ ਜੇ ਆਪਾਂ ਹੁਣ ਵੈਸੇ ਆਪਣਾ ਮੇਨ ਟਾਰਗੇਟ ਤਾਂ ਜਿਹੜੇ ਆ ਪੰਜਾਬੀ ਕੰਟੈਂਟ ਕਿਉਂਕਿ ਸਾਡਾ ਚੈਨਲ ਹੀ ਹੈਗਾ ਪੰਜਾਬੀ ਵਿੱਚ ਆਪਣਾ ਮੇਨ ਕੰਟੈਂਟ ਤੇ ਇਹਨਾਂ ਤੇ ਬੇਸਡ ਹੀ ਹੁੰਦਾ ਕਿਉਂਕਿ ਜੇ ਆਪਾਂ ਕਿਸੇ ਹੋਰ ਨੂੰ ਬਾਹਰੋਂ ਜਾ ਕੇ ਰੋਸਟ ਕਰਦੇ ਆਂ ਜ਼ਿਆਦਾ ਕਰ ਮੰਨ ਲਓ ਹੁਣ ਮੇਰਾ ਚੈਨਲ ਪੰਜਾਬ ਦਾ ਹੈ ਤੇ ਮੈਂ ਬਾਹਰ ਹੀ ਰੋਸਟ ਕਰੀ ਜਾਵਾਂ ਕਿ ਆਹ ਦੇਖੋ ਦਿੱਲੀ ਦੇ ਕਪਲੇੰਦਾ ਕਰਤਾ ਮੁੰਬਈ ਦੇ ਕਪਲੇੰਦਾ ਕਰਤਾ ਤੇ ਉਹਨਾਂ ਦਾ ਮੇਨ ਅੱਗੇ ਕੁਐਸਚਨ ਹੋਊਗਾ ਕਿ ਤੁਹਾਡੇ ਪੰਜਾਬ ਚ ਪਹਿਲਾ ਹੈਗਾ ਤੁਸੀਂ ਉਹ ਤਾਂ ਕਰ ਉਹਨਾਂ ਬਾਰੇ ਤੇ ਗੱਲ ਕਰੋ ਸੋ ਸਾਡਾ ਮੇਨ ਪੰਜਾਬੀ ਹੁੰਦਾ ਬਟ ਇਦਾਂ ਨਹੀਂ ਕਿ ਆਪਾਂ ਸਰ ਪੰਜਾਬੀ ਤੇ ਬੇਸਡ ਆ ਜਦੋਂ ਕਦੇ ਕਦੇ ਕੋਈ ਵੀ ਕੋਈ ਹੋਰ ਕਪਲ ਜਿਹਦਾ ਪਿੱਛੇ ਜ ਮੈਂ ਕੀਤਾ ਸੀਗਾ ਕੋਈ ਉਹ ਆ ਉਹ ਇਕੱਠੇ ਸੌਣ ਦੀ ਕੋਈ ਟਿਊਟੋਰੀਅਲ ਦੇ ਰਿਹਾ ਸੀ ਆਪਣੀ ਘਰ ਵਾਲੀ ਨਾਲ ਕਿ ਮੇਰੀ ਘਰ ਵਾਲੀ ਨਾਲ ਕਿੰਦਾ ਸੌਂਦਾ ਮੈਨੂੰ ਨਾਮ ਭੁੱਲ ਗਿਆ ਔਰ ਮਾਨ ਮਲਿਕ ਦਾ ਯਾਰ ਦੋਸਤ ਹੀ ਹੈ ਜਿਹਨੇ ਆਪਣੀ ਆਹ ਪਾਰਸ ਟਕਰਾਲ ਪਾਰਸ ਟਕਰਾਲ ਤੇ ਉਹਦਾ ਵੀ ਰੋਸਟ ਕੀਤਾ ਸੀ ਆਪਾਂ ਇੱਕ ਉਹ ਹਨੀਮੂਨ ਵਾਲਾ ਵਲੌਗ ਹੈ ਪਾਰਸ ਟਕਰਾਲ ਦਾ ਕਹਿੰਦਾ ਆਪਣੀ ਘਰ ਵਾਲੀ ਨਾਲ ਮੈਂ ਹਨੀਮੂ ਉਦੋਂ ਰੋਸਟ ਕੀਤਾ ਸੀਗਾ ਤੇ ਉਹ ਤਾਂ ਕੰਟੈਂਟ ਜਦੋਂ ਬਣਦਾ ਉਦੋਂ ਆਪਾਂ ਬਣਾਉਂਦਾ ਤੇ ਆ ਫਲਾਂ ਇਦਾਂ ਨਹੀਂ ਹੈ ਕਿ ਆਪਾਂ ਨਾਲ ਰੋਸਟ ਕਰਾਂਗੇ ਭਰਾ ਇਦਾਂ ਤੁਸੀਂ ਪੰਜਾਬੀਆਂ ਦੀ ਥੋੜੀ ਆ ਆਪਾਂ ਹੁਣ ਪੰਜਾਬੀ ਚੈਨਲ ਤੁਸੀਂ ਪੰਜਾਬੀਆਂ ਦਾ ਮਜ਼ਾਕ ਦੇਖਣ ਆਉਂਦੇ ਹੋ ਇਦਾਂ ਦੀ ਗੱਲ ਨਹੀਂ ਕਿ ਜੇ ਤੁਹਾਡੇ ਉੱਥਰ ਕੋਈ ਗਲਤੀ ਹੁੰਦੀ ਹੈ ਤਾਂ ਆਪਾਂ ਰੋਸਟ ਕਰਦੇ ਆਂ ਤੇ ਹਮੇਸ਼ਾ ਹੀ ਕਰਾਂਗੇ ਅੱਗੇ ਜਾ ਕੇ ਵੀ ਸਾਰਿਆਂ ਨੂੰ ਕਰਾਂਗੇ ਸਾਰਿਆਂ ਨੂੰ ਉਹ ਅਸੀਂ ਪਿੱਛੇ ਬਾਬੇ ਨੂੰ ਕੀਤਾ ਨਾ ਤੇ ਇੱਕ ਦੋ ਬੰਦਿਆਂ ਦੇ ਕਮੈਂਟ ਆ ਗਏ ਤੁਸੀਂ ਅਸੀਂ ਤੇ ਢੜਰੀਆਂਲੇ ਨੇ ਵੀ ਕੀਤਾ ਕੋਈ ਪੱਖਪਾਤ ਨਹੀਂ ਕਰੀਦੀ ਜਿਹੜੇ ਕਰਤੂਤਾ ਕਰਨਗੇ ਪਖੰਡਵਾਦ ਕਰਨਗੇ ਜਿਹੜੇ ਵਲੋਗ ਬਣਾਣਗੇ ਕੋਈ ਉਹਦੇ ਨਾਲ ਨਹੀਂ ਵੀ ਇਹ ਉਦਾਂ ਉਧਰ ਇਹ ਪੰਜਾਬੀ ਨਹੀਂ ਐ ਉਹ ਨੌਨ ਪੰਜਾਬੀ ਐ ਸਾਰੇ ਹੁਣ ਕੇ ਸਾਰੇ ਜਿਹੜਾ ਵੀ ਟਿਕਟੌਕ ਨਹੀਂ ਫ੍ਰੈਂਕ ਸਾਬ ਅਬ ਆਹੋ ਬਾਬਾ ਬਾਬਾ ਕ੍ਰੈਡਿਟ ਦੇ ਰਿਹਾ ਨਿੱਕੂ ਨੂੰ ਸਾਰਾ ਨਿੱਕੂ ਨੂੰ ਦੇ ਰਿਹਾ ਬਾਬਾ ਕਹਿੰਦਾ ਕਿ ਮੇਰੇ ਕਰਕੇ ਨਿੱਕੂ ਦੀ ਲਾਈ ਬਣ ਗਈ ਐ ਬਾਬੇ ਨੇ ਉਹ ਬੜੀ ਵਾਇਰਲ ਹੋ ਰਹੀ ਐ ਕਿੰਨਾ ਇੱਕ ਵੀਡੀਓ ਥਾ ਨਿੱਕੂ ਸਰਦਾਰ ਕਾ ਉਸ ਪੇ ਮੇਜ ਟ੍ਰੋਲ ਕੀਆ ਜਾ ਰਹਾ ਥਾ ਉਸ ਟ੍ਰੋਲ ਕੀ ਵੀਡੀਓ ਕੋ ਆਪਨੇ ਦੇਖਾ ਔਰ ਇੱਕ ਪੈਰ ਪਰ ਬੈਠ ਕੇ ਆਪਨੇ ਅਰਜੀ ਲਗਾਈ ਕਿ ਬਾਬਾ ਜੀ ਅਗਰ ਆਪ ਸੱਚੇ ਹੋ ਤੋ ਮੇਜ ਬੁਲਾ ਲੈਨਾ ਤੋ ਆਜ ਆਪ ਜਹਾਂ ਪਰ ਹੋ ਤੇ ਉਹ ਅਗਿਆ ਬੰਦਾ ਉਹ ਸਾਰਾ ਹੀ ਰੋਕ ਇੱਕ ਪੈਰ ਪਰ ਬੈਠ ਕੇ ਭਾਜੀ ਇੱਕ ਪੈਰ ਤੇ ਮੈਂ ਦੇਖਿਆ ਜੇ ਤੋ ਇਮੇਜਿਨੇਸ਼ਨ ਚ ਵੀ ਸੋਚਾਂ ਕਿ ਇੱਕ ਪੈਰ ਤੇ ਬੈਠੂ ਕਿਦਾਂ ਬੰਦਾ ਕਿਸੇ ਨੂੰ ਅਰਜੀ ਲਾ ਰਿਹਾ ਇੱਕ ਪੈਰ ਤੇ ਕਿਦਾਂ ਬੈਠ ਕੇ ਅਰਜੀ ਲਾ ਸਕਦਾ ਉਹ ਡਰਾਮ ਹੈ ਜਿਹੜਾ ਉਹ ਆਪਾਂ ਅਗਲੇ ਪਾਤਰ ਲੈ ਕੇ ਆਵਾਂਗੇ ਉਹ ਮਾਈਂਡ ਰੀਡਰ ਜਿਹੜਾ ਬੰਦਾ ਮਾਈਂਡ ਰੀਡਰ ਬਾਰੇ ਗੱਲ ਕਰਦਾ ਸੀ ਨਾ ਆਪਣਾ ਯਾਰ ਦੋਸਤ ਅਗਲੇ ਐਪੀਸੋਡ ਤੇ ਲੈ ਕੇ ਆਵਾਂਗੇ ਕਿ ਕਿੱਡਾ ਵੱਡਾ ਮਾਈਂਡ ਰੀਡਰ ਹੈ ਬਾਬਾ ਉਹ ਕੋਈ ਇਸ ਸਪਿਰਚੁਅਲ ਪਾਵਰ ਨਹੀਂ ਹੈਗੀ ਬਿਲਕੁਲ ਬਿਲਕੁਲ ਨਹੀਂ ਕੁਝ ਵਰਤਰਾ ਤੇ ਬਾਕੀ ਭਾਜੀ ਮੈਨੂੰ ਲੱਗਦਾ ਅੱਤ ਵਤ ਜਿਹੜੇ ਹੁੰਦੇ ਨੇ 쇼 ਚ ਉਹ ਪਹਿਲਾਂ ਹੀ ਗੇਮ ਗਮ ਹੋਈ ਹੁੰਦੀ ਆ ਤੇ ਮੈਨੂੰ ਲੱਗਦਾ ਨਿੱਕੂ ਦੀ ਵੀ ਨਾ ਹੁਣ ਜਿਹੜੇ ਸਾਹਮਣਾ ਮੈਨੂੰ ਲੱਗਾ ਸੀ ਉਦੋਂ ਵੀ ਤੇ ਨਿੱਕੂ ਵੀ ਸ਼ਾਇਦ ਪੇੜ ਹੀ ਗਿਆ ਹੋਵੇ ਪੰਜਾਬ ਚ ਬਾਬੇ ਦਾ ਉਹ ਕਰਨ ਲਈ ਪ੍ਰਚਾਰ ਕਰਨ ਲਈ ਉਹ ਕੋਈ ਪਤਾ ਨਹੀਂ ਪਰ ਵਾ ਕੋਈ ਸਮਝ ਨਹੀਂ ਆਉਂਦੀ ਗੇਮਾਂ ਕਿੱਥੇ ਨੇ ਤੇ ਨੀ ਪਤਾ ਗੇਮਾਂ ਤੋਂ ਗੇਮਾਂ ਤੋਂ ਇੱਕ ਗੱਲ ਹੋਰ ਜ਼ਿਆਦਾ ਹੀ ਕੱਲ ਪਰਸੋਂ ਇੱਕ ਗਾਣਾ ਆਇਆ ਉਹਦਾ ਜੈਨੀ ਜੋਲ ਦਾ ਹਨਾ ਤੇ ਕੱਲ ਆਇਆ ਸਰਨਾ ਤੇ ਉਹ 12 13 ਘੰਟੇ ਚ ਡਿਲੀਟ ਹੋ ਗਿਆ ਤੇ ਮਰ ਕੀ ਲੱਗ ਬੱਚੋ ਵਿੱਚ ਸਾਰਿਆਂ ਨੂੰ ਪਤਾ ਹੈ ਕਿ ਕਿਧੇ ਕਰਕੇ ਡਿਲੀਟ ਹੋਇਆ ਬਟ ਉਥੇ ਗੇਮ ਦੇਖੋ ਭਾਜੀ ਉਹ ਗਾਣੇ ਤੇ ਲਿਖਿਆ ਪਿਆ ਹੈ ਕਿ ਕੋਪਾਇਰੈਟਡ ਕੰਟੈਂਟਡ ਬਾਈ ਕੰਟੈਂਟ ਬਾਈ ਵਾਈਪੀਜੀ ਕੋਈ ਕੰਪਨੀ ਹੋਣੀ ਹੈ ਕਿ ਉਹਦਾ ਵਿੱਚ ਕੰਟੈਂਟ ਸੀ ਤੇ ਆਪਾਂ ਤਾਂ ਚੱਕ ਤਾ ਗਾਣਾ ਤੇ ਬਟ ਮੈਨੂੰ ਨਹੀਂ ਲੱਗਦਾ ਕਿਉਂਕਿ ਮੈਂ 뮤ਜ਼ਿਕ ਸੁਣਿਆ ਜਾਂ ਕਦੇ ਵੀ ਜਦੋਂ YouTube ਤੁਹਾਨੂੰ ਵਾਦਾ ਕਰ ਪੀ 뮤ਜ਼ਿਕ ਅਪਲੋਡ ਕਰਦੇ ਆ ਉਹਨਾਂ ਨੂੰ ਉਸੇ ਲਈ ਪਤਾ ਲੱਗ ਜਾਂਦਾ ਹੈ ਜੇ ਬਾਅਦ ਵਿੱਚ ਕੋਈ ਮੈਨੂਅਲ ਕੰਪਲੇਂਟ ਕਰਦਾ ਹੈ ਉਹ ਇੰਟੈਂਸ਼ਨਲੀ ਹੁੰਦੀ ਹੈ ਕਿ ਗਾਣਾ ਡਿਲੀਟ ਕਰਨਾ ਤੇ ਮੇਬੀ ਉਹ ਗਾਣਾ ਮੈਨੂੰ ਲੱਗਦਾ ਉਹਨਾਂ ਨੇ ਸਰਕਾਰ ਨੇ ਜਾਂ ਕਿਸੇ ਨੇ ਇੰਟੈਂਸ਼ਨਲੀ ਡਿਲੀਟ ਕਰਾਇਆ ਹੈ ਬਾਕੀ ਤੁਸੀਂ ਕੀ ਸੋਚਦੇ ਹੋ ਇਸ ਬਾਰੇ ਕਿਉਂਕਿ ਪਹਿਲਾਂ ਵੀ ਹੁੰਦੇ ਰਹੇ ਨੇ ਉਹਦੇ ਉਹਦੀ ਜਿਹੜੀ ਨਾ ਫਿਰ ਜੀ ਭਾਜੀ ਤੁਹਾਨੂੰ ਪਤਾ ਹੀ ਹੈ ਕਨਵਰ ਕਰਿਆਲ ਦਾ ਗਾਣਾ ਡਿਲੀਟ ਹੋਇਆ ਸੀ ਬਣਾ ਤੈਨੂੰ ਪਤਾ ਹੀ ਹੈ ਗੇਮਾ ਸਰਕਾਰਾਂ ਨਹੀਂ ਆਣੇ ਮੈਂ ਕਿਹਾ ਕਨਵਰ ਤਾਂ ਘਾਂਟ ਲੀਟ ਹੋਇਆ ਸੀ ਕਨਵਰ ਕਰੇ ਹਾਲ ਦਾ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਮੰਗ ਰਹੇ ਹਾਂ ਸ਼ਾਇਦ ਉਹਦਾ ਰਿਲੀਟ ਹੋਇਆ ਸੀ ਨਾ ਆਹੋ ਤੇ ਉਹਦਾ ਵੀ ਹੋਇਆ ਸੀ ਐਸਵਾਈਐਲ ਵੀ ਹੋਇਆ ਸੀ ਸਹੀ ਹੈ ਸਹੀ ਹੈ ਤੇ ਇਦਾਂ ਦੇ ਗਾਣੇ ਤੇ ਬਾਕੀ ਉਹ ਤਾਂ ਗਾਣ ਚ ਇਹ ਸੀਗਾ ਕਿ ਤੁਸੀਂ ਆਪਣਾ ਵਿਆਹ ਕਰਾ ਲਿਆ ਤੇ ਸਾਡੇ ਘਰੇ ਵੈਨ ਪੈ ਗਏ ਕਿ ਤੁਸੀਂ ਤੁਹਾਡੇ ਘਰ ਤਾਂ ਛਗਣ ਪੈ ਰਹੇ ਨੇ ਤੇ ਸਾਡੇ ਘਰੇ ਵੈਨ ਪੈ ਰਹੇ ਨੇ ਤੇ ਕਈ ਲੋਕ ਕੀ ਕਹਿੰਦੇ ਯਾਰ ਉਹਦੀ ਪਰਸਨਲ ਲਾਈਫ ਤੇ ਕਾਤੋਂ ਜਾਣਦੇ ਭਗਵੰਤ ਮਾਨ ਦੀ ਤੇ ਕਿ ਭਗਵੰਤ ਮਾਨ ਦੀ ਪਰਸਨਲ ਲਾਈਫ ਹੈ ਉਹਨੇ ਵਿਆਹ ਕਰਾ ਲਿਆ ਇਹਦੇ ਵਿੱਚ ਕੀ ਹੈ ਪਰ ਭਗਵੰਤ ਮਾਨ ਵੀ ਜਦੋਂ ਉਹ ਪਤਾ ਨਹੀਂ ਨਹੀਂ ਵਿਆਹ ਦਾ ਤੇ ਨਹੀਂ ਮੈਂ ਕੀ ਕਿਹਾ ਵਿਆਹ ਦਾ ਤੇ ਨਹੀਂ ਮੈਂ ਟੱਪਾ ਸੁਣਿਆ ਮੈਂ ਤੇ ਇਹ ਸੁਣਿਆ ਵੀ ਉਹ ਤੁਸੀਂ ਉੱਥੇ ਗੁਜਰਾਤ ਜਾ ਕੇ ਗੜਬਾ ਕਰਦੇ ਰਹੇ ਮੈਂ ਤੇ ਥੋੜਾ ਜਿਹਾ ਕਹਾਣਾ ਸੁਣਿਆ ਮੈਂ ਪੂਰਾ ਨਹੀਂ ਸੁਣਿਆ ਮੈਂ ਇਹਲੇ ਚੀਏ ਵਿਆਹ ਵਾਲੀ ਗੱਲ ਕਿ ਤੁਸੀਂ ਪੱਗਾਂ ਲਾਲ ਰੰਗਾਈਆਂ ਤੁਸੀਂ ਪੰਗਾ ਪੰਗਾ ਰਾਲ ਮੈਂ ਕਿ ਸਾਡੇ ਘਰੇ ਸੱਥਰ ਪਏ ਤੁਸੀਂ ਪੱਗਾਂ ਲਾਲ ਰੰਗਾਈਆਂ ਇਦਾਂ ਦੀ ਕੋਈ ਲੈਣ ਹੈ ਠੀਕ ਹੈ ਉਹ ਵਿਆਹ ਵਾਲੀ ਹੈ ਤੇ ਆਪਣਾ ਮੇਰੀ ਉਹੀ ਗੱਲ ਹੈ ਕਿ ਉਹਦੀ ਲੋਕੇਂਡ ਦੀ ਪਰਸਨਲ ਲਾਈਫ ਨਾ ਉਹ ਉਹਦੇ ਬਾਰੇ ਗੱਲ ਕਰੋ ਬਟ ਜਦੋਂ ਪੋਲਿਟਿਕਸ ਲੜਦਾ ਸੀ ਭਗਵੰਤ ਮਾਨ ਜਦੋਂ ਵੋਟਾਂ 'ਚ ਸੀਗਾ ਉਹਦੋਂ ਵੀ ਤਾਂ ਉਹ ਸਾਰੇ ਬਾਕੀ ਲੀਡਰਾਂ ਦੀ ਪਰਸਨਲ ਲਾਈਫ ਤੇ ਕਰਦਾ ਸੀ ਟੌਂਟ ਕਿ ਹਰ ਸਿਮਰਤ ਕੋਰ ਬਾਦਲ ਇਹ ਇਹ ਇਦਾਂ ਦੇ ਕਹਿਣੇ ਪਉਂਦੀ ਹੈ ਜਾਂ ਇਹ ਕਰਦੀ ਏ ਜਾਂ ਜਿਹੜਾ ਮਜੀਠੀਆ ਉਹਦੇ ਜਿਹੜਾ ਡੈਡੀ ਸੀਗਾ ਉਹਨਾਂ ਦੇ ਕਿੰਨਾ-ਕਿੰਨਾ ਲਿੰਕ ਸੀਗੇ ਉਹਨਾਂ ਨੇ ਡਿਨਰ ਕੀਤਾ ਸੀ ਡਿਨਰ ਠੀਕ ਹੈ ਤੇ ਉਹ ਉਦੋਂ ਵੀ ਤਾਂ ਕੀਦੀ ਪਰਸਨਲ ਲਾਈਫ ਦੇ ਗੱਲ ਕਰਦਾ ਸੀ ਅੱਜ ਜਦੋਂ ਉਹ ਤੁਹਾਡੀ ਪਰਸਨਲ ਲਾਈਫ ਦੇ ਕੋਈ ਗੱਲ ਕਰਦੇ ਆ ਉਹ ਸਾਰੇ ਕਹਿ ਦਿੰਦੇ ਨੇ ਕਿ ਨਹੀਂ ਯਾਰ ਉਹਨੇ ਵਿਆਹ ਕਰਾ ਲਿਆ ਫਿਰ ਕੀ ਹੈ ਹਨਾ ਇਹੀ ਮੰਨ ਲਓ ਸੁਖਬੀਰ ਬਦਲ ਵਿਆਹ ਕਰਾ ਲੈਂਦਾ ਤਾਂ ਫਿਰ ਇੰਨੀ ਗੱਲ ਕਰਦਾ ਕਿ ਬੁੱਢੀ ਦਾੜੀਆ ਤੂੰ ਵਿਆਹ ਘੱਟ ਕਰਾ ਲਿਆ ਤੇ ਇਹ ਤਾਂ ਗੱਲਾਂ ਹੋਣੀਆਂ ਨੇ ਹੁਣ ਪੋਲਿਟਿਕਸ ਤਾਂ ਤੁਹਾਨੂੰ ਬੜਾ ਕੁੱਤੀ ਖੇੜ ਹੈ ਨੇ ਗਾਣਾ ਤੇ ਬਹੁਤ ਵਧੀਆ ਗਾਇਆ ਜੈਨੀ ਜੋਲ ਨੇ ਹਨਾ ਬੋਲ ਤੇ ਚੰਗੇ ਵਧੀਆ ਨੇ ਜਿੰਨਾ ਕਿ ਮੈਂ ਸੁਣਿਆ ਹੈ ਤੇ ਇੱਕ ਤਾਂ ਮੈਂ ਸੁਣਿਆ ਉਹਦਾ ਟੱਪਾ ਨਾ ਜਿਹੜਾ ਕੰਦੀ ਤੁਸੀਂ ਹੈਨਾ ਇਹ ਇਹ ਵੀ ਟੱਪਾ ਹੈ ਪੂਰਾ ਗਾਣਾ ਸੁਣਿਆ ਵੀ ਵੀਡੀਓ ਬਣਾਉਣ ਤੋਂ ਪਹਿਲਾਂ ਵੀ ਸੁਣ ਕੇ ਹਟਿਆ ਕਿਉਂਕਿ ਉਹ ਕਿਸੇ ਨੇ ਅਪਲੋਡ ਕੀਤਾ ਇੱਕ ਤਾਂ ਮੈਨੂੰ ਉਹਨਾਂ ਤੇ ਬਹੁਤ ਗੁੱਸਾ ਚੜਦਾ ਯਾਰ ਚਲੋ ਗੁੱਸਾ ਵੀ ਕਰ ਲੋ ਪਰ ਚਲੋ ਗਾਣਾ ਡਿਲੀਟ ਹੋ ਗਿਆ ਹੁਣ ਲੋਕਾਂ ਦਾ ਘਰ ਪਹੁੰਚੇ ਵੀ ਜਦੋਂ ਗਾਣਾ ਕੋ ਡਿਲੀਟ ਹੋ ਜਾਂਦਾ ਨਾ ਉਸ ਤੋਂ ਬਾਅਦ YouTube ਤੇ ਜਾਣ ਬੁੱਝ ਕੇ ਉਹਨੂੰ ਅਪਲੋਡ ਕਰੀ ਜਾਣਗੇ ਬਾਕੀ ਚੈਨਲ ਕਿ ਸ਼ਾਇਦ ਉਹ ਡਿਲੀਟ ਹੋ ਗਿਆ ਲੋਕੀ ਸਰਚ ਕਰ ਰਹੇ ਹੋਣਗੇ ਤੇ ਵਿਊ ਆ ਜਾਣਗੇ ਉਹ ਜਿਹੜਾ ਵਿਚਾਰਾ ਸਿੰਗਰ ਜਿੰਨੇ ਮਿਹਨਤ ਕੀਤੀ ਹੈ ਉਹਦਾ ਜਿੰਨੇਰ ਨੂੰ ਉਹਦਾ ਗਾਣਾ ਰਿਲੀਜ਼ ਹੋਣਾ ਦੁਬਾਰਾ ਮੱਕੀ ਜਦੋਂ ਉਹ ਜੋ ਵੀ ਕੰਟੈਂਟ ਪਾਇਆ ਜਾਂ ਕੋਪਾਇਰਾਈਟ ਪਾਇਆ ਉਹ ਲੱਥੂਗਾ ਔਰ ਤਾਂ ਕਰ ਸਾਰੇ ਵੀਊ ਟ ਲੈ ਜਾਣੇ ਇਹਨਾਂ ਨੇ ਫਿਰ ਉਹ ਵਿਚਾਰਾ ਕੀ ਕਰੂ ਨਹੀਂ ਤੁਸੀਂ ਕਿਹੜਾ ਪੈਰਾ ਕਹਿ ਰਹੇ ਸੀ ਹੂੰ ਐਹੀ ਗੜਬਾ ਜਿਹੜਾ ਵੀ ਤੁਸੀਂ ਉੱਥੇ ਜਾ ਕੇ ਗੁਜਰਾਤ ਚ ਪਤਾ ਹੈ ਉਹਨਾਂ ਗੁਜਰਾਤੀਆਂ ਦਾ ਹੈ ਨਾ ਕਿ ਟ੍ਰੈਡੀਸ਼ਨਲ ਡਾਂਸ ਜਿਦਾ ਸਾਡਾ ਭੰਗੜਾ ਹੈ ਉਹਨਾਂ ਦਾ ਗੜਬ ਹੈ ਤੂੰ ਜਾ ਕੇ ਕੀ ਗੜਵਾਏ ਕਹਿੰਦੇ ਨਾਲ ਉਹ ਗਰਬਾ ਹੀ ਕਹਿੰਦੇ ਗਰਬਾ ਹੀ ਕਹਿੰਦੇ ਤੂੰ ਜਾ ਕੇ ਉੱਥੇ ਨੱਚ ਕੇ ਆਇਆ ਉਹ ਕਰਦਾ ਫਿਰਦਾ ਸੀ ਜੂਮਰ ਜੂਮਰ ਤਹੋ ਗੁਜਰਾਤ ਜਾ ਕੇ ਕਰਕੇ ਆਇਆ ਤੇ ਉਹ ਵੀ ਵਿੱਚ ਬੋਲੋ ਸੋਰੀ ਗਲਟ ਟੋਕਤੀ ਬੋਲੋ ਤੇ ਉਹ ਵੀ ਉੱਥੇ ਗੁਜਰਾਤ ਚ ਕਰਕੇ ਆਇਆ ਨਾ ਜਾ ਕੇ ਡਾਂਸ ਤੇ ਉਹ ਵੀ ਟੱਪਾ ਪਾਇਆ ਉਹਨੇ ਵੀ ਤੁਸੀਂ ਜਾ ਕੇ ਉੱਥੇ ਨੱਚਦੇ ਰਹੇ ਗੜਬਾ ਕਰਦੇ ਰਹੇ ਤੇ ਇੱਥੇ ਜਿਹੜਾ ਪੰਜਾਬ ਚ ਵੀ ਸਿੱਧੂ ਦਾ ਪਿਤਾ ਇਨਸਾਫ ਮੰਗਦਾ ਪਰ ਤੁਹਾਨੂੰ ਉਹਦਾ ਕੋਈ ਖਿਆਲ ਨਹੀਂ ਚਲੋ ਵੀ ਕਰੋ ਉਹ ਵੀ ਜ਼ਰੂਰੀ ਹੈ ਤੁਹਾਡਾ ਪਾਰਟੀ ਦਾ ਪ੍ਰਚਾਰ ਕਰਨਾ ਚਾਹੀਦਾ ਹਨ ਤੇ ਇਧਰ ਵੀ ਪੰਜਾਬ ਦੇ ਜਿਹੜੇ ਮਸਲੇ ਨੇ ਬਹੁਤ ਤੁਸੀਂ ਕੁਝ ਕਿਹਾ ਸੀ ਭਗਵੰਤ ਬਾਜੀ ਕਿ ਸਾਡੇ ਰਾਜ ਦੇ ਵਿੱਚ ਡਾਂਗ ਨਹੀਂ ਚੱਲੇਗੀ ਧਰਨਾ ਨਹੀਂ ਲੱਗੇਗਾ ਲੱਲੇ ਭੱਬੇ ਪਤਾ ਨਹੀਂ ਕੀ ਕੀ ਕਿਹਾ ਸੀ ਇਹਨਾਂ ਨੇ ਤੇ ਕੇਜਰੀਵਾਲ ਨੇ ਤੇ ਇੱਕ ਨੂੰ ਭੈਣ ਬਣਾ ਲਿਆ ਸੀ ਕੋਈ ਕੁੜੀ ਗਈ ਸੀ ਧਰਨਾ ਲਾਣ ਟੈਂਕ ਪਾਣੀ ਵਾਲੇ ਟੈਂਕੀ ਤੇ ਕੋਈ ਟੀਚਰ ਸੀ ਹਰੇ ਉਹਨੂੰ ਤੇ ਕੇਜਰੀਵਾਲ ਨੇ ਭੈਣ ਵੀ ਬਣਾ ਲਿਆ ਸੀ ਮਤਲਬ ਕਿ ਝੂਠ ਦੀ ਝੂਠ ਇੰਨਾ ਕਿ ਇਹਨਾਂ ਨੇ ਰੋੜਿਆ ਨਾ ਉਸ ਟਾਈਮ ਤੇ ਇੰਨਾ ਕਿ ਜਨਤਾ ਨਾਲ ਮਾਰੇ ਐਮੋਸ਼ਨਲ ਜਿਹਦੇ ਭੈਣ ਬਣਾਇਆ ਸੀ ਉਹਦਾ ਅੱਜ ਅੱਜ ਕੀ ਕਰਦੀ ਐ ਉਹ ਲੰਬਣੀ ਚਾਹੀਦੀ ਪੰਜਾਬ ਵਿੱਚ ਕਿੱਥੇ ਤੇ ਆਪਣਾ ਅੱਜ ਸਵੇਰੇ ਪਿਓ ਦੀ ਵੀ ਆਈ ਸੀ ਨਾ ਪਤਾ ਜੀ ਦੀ ਉਹ ਇੰਟਰਵਿਊ ਆਈ ਸੀਗੀ ਕਿ ਦੋ ਸਿਰ ਪੰਜਾਬੀ ਇੰਡਸਟਰੀ ਚ ਕੋਈ ਨਹੀਂ ਬੋਲਿਆ ਦੋ ਕੁੜੀਆਂ ਬੋਲੀਆਂ ਨੇ ਇੱਕ ਰਪਿੰਦਰ ਹਾਂਡਾ ਤੇ ਇੱਕ ਜੈਨੀ ਜੋਲ ਤੇ ਜੈਨੀ ਜੋਲ ਨੂੰ ਕਹਿੰਦੇ ਸਵੇਰ ਤੋਂ ਜਦੋਂ ਦਾ ਗਾਣਾ ਛੱਡਿਆ ਉਹਨੇ ਐਸਐਸਪੀ ਦੀ ਧਮਕੀ ਜੰਦੀਆਂ ਨੇ ਕਿ ਤਰਤੇ ਇਹੋ ਜਿਹਾ ਪਰਚਾ ਪਾ ਦਾਂਗੇ 6 ਮਹੀਨੇ ਬੇਲ ਨਹੀਂ ਹੋਊਗੀ ਤੇ ਫਿਰ ਫਰੀडम ਆਫ ਸਪੀਚ ਕਿੱਥੇ ਐ ਜਦੋਂ ਹਰ ਵਾਰੀ ਉਹਦੋਂ ਬੋਲਦੇ ਸੀਗੇ ਕਿ ਇਹ ਸਰਕਾਰਾਂ ਬੋਲਣ ਨਹੀਂ ਦਿੰਦੀਆਂ ਜਿਹੜਿਆ ਆਪਣਾ ਬਾਦਲ ਦੇ ਘਰ ਦਾ ਕੀ ਨਾਮ ਹੈ ਜਿਹੜੇ ਉਹ ਆਪਣਾ ਉਹਨੂੰ ਕਹਿੰਦੇ ਨੇ ਵੀ ਨਾਮ ਰੱਖਿਆ ਉਹਨਾਂ ਨੇ ਇੱਕ ਮੋਤੀ ਮਹਿਲ ਪਤਨੀ ਕੀ ਹਾਂ ਲੰਬੀ ਸੁੱਖ ਵੀ ਆ ਸੁੱਖ ਵਿਲਾਸ ਦੀਆਂ ਕੰਦਾ ਨਹੀਂ ਗਈਆਂ ਕਿ ਲੋਕਾਂ ਦੀ ਆਵਾਜ਼ ਸੁਣੂਗੀ ਨਹੀਂ ਇੱਥੇ ਸਾਡਾ ਰਾਜ ਆਮ ਆਦਮੀ ਪਾਰਟੀ ਦਾ ਰਾਜ ਇੱਥੇ ਆਮ ਲੋਕਾਂ 'ਚ ਜਾਣਾ ਹੈ ਅਸੀਂ ਤਾਂ ਸਾਰਿਆਂ 'ਚ ਉਦੋਂ ਤਾਂ ਇਹ ਗੱਲਾਂ ਕਰਦੇ ਸੀ ਫ੍ਰੀडम ਆਫ ਸਪੀਚ ਦੀਆਂ ਤੇ ਅੱਜ ਦੀ ਡੇਟ 'ਚ ਕੋਈ ਵੀ ਅਜਿਹੀ ਗੱਲ ਹੋਵੇ ਤਾਂ ਫ੍ਰੀडम ਆਫ ਸਪੀਚ ਨੂੰ ਹਮੇਸ਼ਾ ਦਬਾ ਦਿੰਦੇ ਨੇ ਇਦਾਂ ਨਹੀਂ ਗੱਲਾਂ ਕਰਕੇ ਤੇ ਫਿਰ ਉਹਨਾਂ 'ਚ ਤੋਂ ਇੰਨਾ 'ਚ ਫਰਕ ਕੀ ਰਹਿ ਗਿਆ ਉਹ ਸਹੀ ਗੱਲ ਆ ਲੋਗੋ ਹੀ ਚੇਂਜ ਹੋਇਆ ਕੰਮ ਤਾਂ ਉਹੀ ਨੇ ਕਾਮਤੇ ਉਹੀ ਨਹੀਂ ਤੇ ਕੰਮ ਪੰਜਾਬੀ ਵਲੌਗਰ ਦੇ ਵੀ ਉਹੀ ਨਹੀਂ ਤੇਰੇ ਯਾਰ ਬੈਲੀ ਦੀ ਉਹਦੀ ਗੱਲ ਕਰ ਤੂੰ ਛੇੜ ਲੈਂਦੇ ਏ ਤੂੰ ਉਹਦੀ ਗੱਲ ਕਰ ਤੂੰ ਛੜ ਨਹੀਂ ਉਹ ਤੇ ਮੈਂ ਉਹਦੀ ਵੀਡੀਓ ਵੇਖੀ ਉਹਦੀ ਮੈਂ ਲੇਟੈਸਟ ਵੀਡੀਓ ਵੇਖੀ ਬੜੀਆਂ ਸਲਾਹਾਂ ਦਿੰਦਾ ਨਾ ਲੋਕਾਂ ਨੂੰ ਵੀ ਜੋਬ ਕਰ ਲੋ ਸਟੂਡੈਂਟ ਨੂੰ ਇੱਥੇ ਜੋਬ ਆਈ ਉਹ ਭਰਾਵਾ ਤੂੰ ਆਪ ਕਿਉਂ ਨਹੀਂ ਕਰਦਾ ਮੈਂ ਕਹਿੰਦਾ ਮੈਂ ਕੱਲੋ ਜੀ ਉਹ ਜਿਹੜੀ ਤੁਸੀਂ ਵੀਡੀਓ ਕਹਿ ਰਹੇ ਹੋ ਨਾ ਉਹ ਮੈਂ ਮੈਂ ਦੇਖਿਆ ਉੱਤੇ ਹੀ ਕੋਈ ਮੈਨੂੰ ਪਤਾ ਸੀ ਵਿੱਚ ਉਹਨੇ ਕੀ ਗੱਲ ਕਰਨੀ ਹੈ ਜੋ ਟਿਕਟੌਕ ਤੇ ਆਲਰੇਡੀ ਇਨਫੋਰਮੇਸ਼ਨ ਸਾਰਿਆਂ ਨੂੰ ਪਹੁੰਚ ਗਈ ਹੈ ਉਹੀ ਉਹਨੇ ਗੱਲ ਕਰਨੀ ਹੁੰਦੀ ਹੈ ਉਹ ਤਾਂ ਆਪਣੇ ਇੱਕ ਵੀਡੀਓ ਕੱਢ ਲੈਂਦੇ ਨੇ ਕਿ ਆਹ ਚੀਜ਼ ਆਈ ਹੈ ਤਾਂ ਵੀਡੀਓ ਕੱਢ ਲਓ ਤੇ ਉਹ ਆਪਣਾ ਉਹੀ ਜੌਬ ਕਰ ਲਓ ਜੌਬ ਕਰ ਲਓ ਸਟੂਡੈਂਟਾਂ ਨੂੰ ਇੰਨੇ ਘੰਟੇ ਜੌਬ ਅਲੋਅ ਹੋ ਗਈ ਚਲੋ ਵਧੀਆ ਗੱਲ ਹੈ ਸਟੂਡੈਂਟਾਂ ਲਈ ਪਰ ਮੈਂ ਯਾਰ ਉਹਦੇ ਬਾਰੇ ਗੱਲ ਨਹੀਂ ਕਰਨੀ ਯਾਰ ਤੁਸੀਂ ਕਰੋ ਤੁਸੀਂ ਜ਼ਿਆਦਾ ਉਹਦੀ ਗੱਲ ਕਰਦੇ ਮੈਂ ਨਹੀਂ ਕਰਨੀ ਉਹਦੇ ਬਾਰੇ ਗੱਲ ਨਹੀਂ ਨਹੀਂ ਮੈਂ ਕੀ ਗੱਲ ਕਰਨੀ ਉਹਦੇ ਬਾਰੇ ਅੱਛਾ ਉਹਦੇ ਨਾਲ ਹੁਣ ਵਿਊ ਘਟਾਂ ਦੇ ਪਏ ਨੇ ਹੁਣ ਉਹਦੇ ਚੈਨਲ ਤੇ ਹਾਂ ਫਿਰ ਪੁੱਛ ਹੁਣ ਵੇਖੀ ਇੰਡੀਆ ਜਾਣਾ ਲਏ ਹੁਣ ਨਹੀਂ ਹੁਣ 6 ਮਹੀਨੇ ਲਾ ਕੇ ਜਾਊਗਾ 6 ਮਹੀਨੇ ਸੋਚ ਉਹਨੇ 6 ਮਹੀਨੇ ਹੋਰ ਕੋਈ ਟ੍ਰਿਕਸ ਲਾਉਣੀਆਂ ਨੇ ਹੁਣ ਮੈਂ ਉਹ ਕੱਲ ਪਰਸੋਂ ਕੇ ਨਾਲ ਗੱਲ ਕਰਦਾ ਸੀ ਮੈਂ ਕਿ ਹੁਣ ਏਖੀ ਹੈ ਨਾ ਥੰਬਨੇਲ ਇਹਨੇ ਥੰਬਨੇਲ ਚੇਂਜ ਕਰੇ ਕਰਨੇ ਨੇ ਫਿਰ ਇਹਨੇ 3-4 ਦਿਨਾਂ ਬਾਅਦ ਗੱਡੀ ਵਾਲੇ ਕਿਸੇ ਕੋ ਜਾਣਾ ਕਿ ਭਾਜੀ ਗੱਡੀਆਂ ਦਿਖਾ ਦਿਓ ਬਾਇੰਗ ਨਿਊ ਕਰ ਲਿਖ ਕੇ ਠੀਕ ਆ ਉਹਦੀ ਪ੍ਰੋਮੋਸ਼ਨ ਕਰਨੀ ਹੈ ਉਸ ਤੋਂ ਬਾਅਦ 6-7 ਮਹੀਨੇ ਬਾਅਦ ਇਦਾਂ ਦੇ ਟ੍ਰਿਕਸ ਕਰੂਗਾ ਕਿ ਇੱਕ ਇੱਕ ਤਾਂ ਪ੍ਰੋਮੋਸ਼ਨ ਵਾਲਾ ਕੰਮ ਬੜਾ ਫੜਿਆ ਹੋਇਆ ਹੈ ਨਾ ਕਿ ਅੱਜ ਕੱਪੜੇ ਦੀ ਸ਼ਾਪ ਤੇ ਗਏ ਅੱਜ ਪੀਜੀ ਦੀ ਸ਼ ਜਿੱਦਾਂ ਇੱਕ ਵੀਡੀਓ ਪਿੱਛੇ ਜੇ ਸੀਗਾ ਕਿ ਅੱਜ ਪੀਜ਼ਾ ਖਾਣਾ ਦਾ ਮਨ ਨਹੀਂ ਸੀਗਾ ਤੇ ਫਿਰ ਆਪਾਂ ਪੀਜ਼ਾ ਖਾਈ ਲਿਆ ਇਹ ਕੀ ਗੱਲ ਬਣੀ ਪੀਜ਼ਾ ਖਾਣਾ ਦਾ ਮਨ ਨਹੀਂ ਸੀ ਤੇ ਪੀਜ਼ਾ ਖਾਈ ਲਿਆ ਤੁਸੀਂ ਨਾ ਵੈਸੇ ਮੈਨੂੰ ਮਦਲਾ ਸਾਹਿਬ ਲਾਇਆ ਉਹਦੇ ਬਾਰੇ ਮੇਰੇ ਕੋਲ ਜਾਣ ਲਈ ਜਦੋਂ ਮੈਂ ਲ ਕੋਈ ਪੋਡਕਾਸਟ ਹੁੰਦਾ ਹੈ ਜਾਣ ਲਈ ਉਹਦੀ ਗੱਲ ਛੇੜ ਲੈਂਦੇ ਫਿਰ ਮੂੰਹ ਚੋਂ ਗੱਲਾਂ ਨਿਕਲ ਜਾਂਦੀਆਂ ਮੈਂ ਉਹਦੇ ਬਾਰੇ ਗੱਲ ਕਰਨਾ ਨਹੀਂ ਚਾਹੁੰਦਾ ਜੇ ਇਮੈਂ ਕਹ ਤੇਰਾ ੜੀ ਰਿਆੜੀਆਂ ਤੂੰ ਸੋਹਣੇ ਪਲ ਬਿਤਾਏ ਨੇ ਜ਼ਿੰਦਗੀ ਤੇ ਐਮ ਪਲ ਬਤਾਉਣ ਪੰਜਾਬੀ ਬਲੋਗਰ ਕੋਈ ਕੋਈ ਹੋਰ ਦੀ ਗੱਲ ਕਰੋ ਇੰਦਰਕਿਰਤ ਤੇ ਗੱਲ ਕਰਦੇ ਜਾਂ ਕਿਸੇ ਹੋਰ ਤੇ ਗੱਲ ਕਰ ਲਓ ਓ ਯਾਰ ਇੰਦਰਕਿਰਤ ਓ ਹੋ ਕਿਹੜੇ ਬੰਦੇ ਤੂੰ ਯਾਦ ਕਰਾਤੇ ਫਰੈਸ਼ ਪਾਣੀ ਮੇਰੇ ਮੈਂ ਹੁਣੇ ਨਾਲੇ ਯਾਰ ਸੱਚ ਮੈਂ ਨਾ ਇੰਦਰਕਿਰਤ ਸੌਰੀ 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 ਮੈਨੂੰ ਗੱਲ ਜਾਦ ਆ ਗਈ ਇੰਦਰਕਿਰਤ ਦਰਮੈ ਵਲੋਗ ਵੇਖਿਆ ਉਹਦਾ ਡੈਡੀ ਨਾ ਪਾਰਟ ਸੁੰਦਾ ਪਿਆ ਸੀ ਠੀਕ ਹੈ ਠੀਕ ਹੈ ਈ ਵੀਚ ਨਾ ਤੇ ਅਕਸਰ ਪਤਾ ਕਰਦੇ ਸਾਡੇ ਵੀ ਲਾ ਕੇ ਬਹਿ ਜਿੰਦੇ ਨੇ ਵਾਲੇ ਸੀੜੀ ਤੇ ਪਾਠ ਤੇ ਮਹਾਰਾਜ ਦੀਆਂ ਪਤਾ ਗੁਰਗ੍ਰੰਥ ਸਾਹਿਬ ਦੀਆਂ ਤੁੱਕਾਂ ਚਲਦੀ ਹੁੰਦੀਆਂ ਨੇ ਨਾ ਤੇ ਆਂਦੇ ਹੁੰਦੇ ਨੇ ਬਿਲਕੁਲ ਬਿਲਕੁਲ ਤੇਰੇ ਹਿਸਾਬ ਨਾਲ ਫਰੇਚੀ ਉਧਰ ਲੱਤਾਂ ਕਰਕੇ ਬਹਿਣਾ ਸਹੀ ਗੱਲ ਇੱਕ ਨਹੀਂ ਕਿ ਮੈਨੂੰ ਇਸ ਗੱਲ ਤਾਂ ਵੀ ਪੂਰੀ ਸਮਝ ਨਹੀਂ ਜਿੱਦਾਂ ਟੀਵੀ ਟੀਵੀ ਜਿੱਦਾਂ ਟੀਵੀ 'ਚ ਤੁਸੀਂ ਇਹ ਗੁਰਬਾਣੀ ਲਾਈ ਹੋਵੇ ਗੁਰਬਾਣੀ ਚਲਦੀ ਹੋਵੇ ਤੇ ਉੱਤੇ ਤੁਕਾਂ ਚ ਪਤਾ ਅੱਜ ਕੱਲ ਉਹ ਚੱਲਦਾ ਯਾਰ ਜਿੱਦਾਂ ਮੰਨ ਲਈ ਤੁਸੀਂ ਪਾਠ ਲਾਇਆ ਰਹਿ ਰਸਦਾ ਮੰਨ ਲਾਇਆ ਰਹਿ ਰਸਦਾ ਪਾਠ ਲਾਇਆ ਛਾ ਮੰਨੂ ਮੇਰੇ ਖਿਆਲ ਨਾਲ ਨਾਲ ਚੱਲਦਾ ਆਂਦਾ ਰਹਿੰਦਾ ਵੇ ਹਨਾ ਤੇ ਉਹਦੇ ਵੱਲ ਲੱਤਾਂ ਕਰਕੇ ਬਹਿਣਾ ਤੇਰੇ ਹਿਸਾਬ ਨਾਲ ਸਹੀ ਹੈ ਬਈ ਇੱਥੇ ਦੋ ਚੀਜ਼ਾਂ ਜਾਂਦੀਆਂ ਮੈਂ ਦੋ ਚੀਜ਼ਾਂ ਥੋੜਾ ਇਹ ਚੀਜ਼ਾਂ ਦੋ ਚੀਜ਼ਾਂ ਐਕਸਪਲੇਨ ਕਰੂੰਗਾ ਇੱਕ ਜਿੱਦਾਂ ਆਪਾਂ ਪਿੱਛੇ ਆਪਾਂ ਸੁਣਦੇ ਹਮੇਸ਼ਾ ਉਸ ਆਖੇ ਜੀ ਕਿ ਜਿੱਥੇ ਮੱਕਾ ਗੇਸ਼ ਹੈ ਹਨਾ ਗੁਰੂ ਨਾਨਕ ਦੇਵ ਜੀ ਕਿ ਜਿੱਧਰ ਨੂੰ ਪੈਰ ਕੀਤੇ ਉਧਰ ਨੂੰ ਹੋ ਜਿਓ ਨਾ ਹਨਾ ਤੇ ਉਹ ਜੇ ਆਪਾਂ ਸੋਚੀਏ ਕਹਾਂ ਤੇ ਰੱਬ ਤਾਂ ਸਾਰੇ ਪਾਸੇ ਹੈ ਬਟ ਇੱਕ ਬੰਦੇ ਦੇ ਆਪਣੇ ਅੰਦਰਲੀ ਚੀਜ਼ ਹੁੰਦੀ ਹੈ ਨਾ ਕਿ ਯਾਰ ਮੈਨੂੰ ਦੇਖ ਰਹੀ ਹੈ ਸਾਹਮਣੇ ਚੀਜ਼ ਤੇ ਮੈਂ ਕਿਉਂ ਪੈਰ ਕਰਾਂ ਲੱਗੀ ਸਮਝ ਤੇ ਆਪਾਂ ਮੈਨੂੰ ਲੱਗਦਾ ਕਿ ਸਭ ਤੋਂ ਵੱਡਾ ਤਾਂ ਸ਼ਬਦ ਗੁਰੂ ਮੰਨਿਆ ਜਾਂਦਾ ਆਪਣੇ ਧਰਮ ਚ ਤੇ ਜੇ ਆਪਾਂ ਉਹਦੀ ਰਿਸਪੈਕਟ ਨਾ ਕਰਾਂਗੇ ਤਾਂ ਉਹ ਗਲਤ ਗੱਲ ਹੈ ਸੋ ਇਹ ਆਪਣੇ ਅੰਦਰੋਂ ਚਾਹੀਦਾ ਹੈ ਕਿ ਮੰਨ ਲਓ ਮਨਨ ਨੂੰ ਤਾਂ ਜੋ ਵੀ ਗੱਲ ਹੈ ਕਿ ਰੱਬ ਸਾਰੇ ਪਾਸੇ ਹੈ ਪਰ ਮੇਰੇ ਅੰਦਰ ਵੀ ਤਾਂ ਕੋਈ ਹੈਗੀ ਨਾ ਗੱਲ ਕਿ ਯਾਰ ਮੈਂ ਇਸ ਚੀਜ਼ ਨੂੰ ਦੇਖ ਕੇ ਇਦਾਂ ਨਹੀਂ ਕਰਨਾ ਮੈਂ ਇਦਾਂ ਨਹੀਂ ਕਰਨਾ ਉਹ ਬੰਦੇ ਦੀ ਆਪਣੀ ਹੈ ਕਿ ਬੰਦਾ ਆਪਣੇ ਦਿਮਾਗ 'ਚ ਕਿਹੜੀ ਗੱਲ ਨੂੰ ਕਿਦਾਂ ਸੋਚਦਾ ਹੈ ਇਦਾਂ ਦਾ ਕੱਲ ਨੂੰ ਫਿਰ ਆਪਾਂ ਮਲਕੀ ਜਿਹੜੇ ਆ ਬੇਦਬੀ ਬਦਬੀ ਕਰਦੇ ਜਾਂ ਕੁਛ ਵੀ ਕਰਦੇ ਆ ਫਿਰ ਆਪਾਂ ਇਹਨਾਂ ਨੂੰ ਵੀ ਗਲਤ ਨਹੀਂ ਕਹਿ ਸਕਦੇ ਜੇ ਆਪਾਂ ਇਹ ਸੋਚੀਏ ਕਿ ਯਾਰ ਚਲੋ ਰੱਬ ਤਾਂ ਸਾਰੇ ਪਾਸੇ ਹੈ ਜੇ ਉਹ ਹੋ ਗਿਆ ਤੇ ਫਿਰ ਕੀ ਹੈ ਸਮਝਦੇ ਗੱਲ ਨੂੰ ਤੇ ਆਹ ਚੀਜ਼ਾਂ ਨੇ ਇਹ ਤਾਂ ਬੰਦੇ ਦੇ ਆਪਣੀ ਚਾਹੀਦੀ ਹੈ ਕਿ ਬੰਦਾ ਥੋੜੀ ਆਪ ਸੋਚੇ ਕਿ ਯਾਰ ਆ ਮੈਂ ਦੇਖ ਰਿਹਾ ਮੇਰੇ ਸਾਹਮਣੇ ਲੱਗਿਆ ਟੀਵੀ ਤੇ ਤਾਂ ਮੈਂ ਥੋੜਾ ਸੱਦਾ ਹੋ ਕੇ ਬੈਠ ਜਾ ਜਾਂ ਕਿੱਦਾਂ ਬੈਠ ਜਾ ਉਹਨਾਂ ਨੇ ਤਾਂ ਉਹਨਾਂ ਨੇ ਤਾਂ ਹਮ ਚੱਲ ਉਹ ਵੀ ਕੋਈ ਗੱਲ ਨਹੀਂ ਫਰੈਸ਼ ਘਰ ਚ ਨਾ ਜਦੋਂ ਬੰਦਾ ਕਰਦਾ ਹੋਵੇ ਨਾ ਹਨਾ ਸਾਡੇ ਘਰਾਂ ਚ ਵੀ ਹੁਣ ਜਦੋਂ ਬੀਬੀਆਂ ਕਰਦੀਆਂ ਹੁੰਦੀਆਂ ਤੜਕਾ ਕੱਟਦੀਆਂ ਹੁੰਦੀਆਂ ਕੋ ਸਬਜੀ ਹਨਾ ਨਾਲ ਨਾਲ ਬਾਠ ਲਾਇਆ ਹੁੰਦਾ ਵੇ ਤੇ ਉਹ ਚਲੋ ਕੋਈ ਨਹੀਂ ਕਦੀ ਨਾ ਉਹਨਾਂ ਨੇ ਕੜਾ ਸਿਰ ਤੇ ਚੁੰਨੀ ਲਈ ਹੁੰਦੀ ਐਵੇਂ ਮੈਂ ਕਿਹੜਾ ਪੜਦਾ ਪਾਣਾ ਹਾਂ ਸੱਚੀ ਗੱਲ ਹਕੀਕਤ ਐ ਜਿਹੜੀ ਜਦੋਂ ਘਰ ਚ ਬੀਬੀਆਂ ਹੁੰਨ ਹਨਾ ਕਦੀ ਕਿਚਨ ਚ ਜਾਂਦੀ ਹੁੰਦੀਆਂ ਕਦੀ ਫੋਨ ਕੋ ਕੰਨ ਚ ਲਾਏ ਹੁੰਦੇ ਆ ਕਦੀ ਤੇ ਗੁਰਬਾਣੀ ਚਲਦੀ ਹੁੰਦੀ ਇਹ ਆਮ ਸਾਡੇ ਹਰ ਘਰ ਦੀ ਇਹੀ ਗੱਲ ਐ ਕੋਈ ਮਸਲਾ ਨਹੀਂ ਚੱਲਦਾ ਹਨਾ ਤੇ ਪਿੱਠ ਵੀ ਹੋ ਜਾਂਦੀ ਘਰਾਂ ਚ ਸੋ ਗੱਲਾਂ ਹੋ ਜਾਂਦੀਆਂ ਕੋਈ ਚੱਕਰ ਨਹੀਂ ਚਾਰ ਦਿਵਾਰੀ ਦੀ ਗੱਲ ਹੈ ਚਾਰ ਦਿਵਾਰੀ ਦੀ ਗੱਲ ਤੇ ਬਜ਼ੁਰਗ ਨੇ ਹੋ ਸਕਦਾ ਉਹ ਪਾਠ ਸੁਣਦੇ ਸੁਣਦੇ ਉਹਨੇ ਬਜ਼ੁਰਗ ਸੀ ਹੋ ਸਕਦਾ ਸੁਣਦੇ ਸੁਣਦੇ ਹੈਨਾ ਉਹਨਾਂ ਦੀ ਥੱਕ ਗਏ ਹੁਣ ਤੇ ਉਹਨਾਂ ਨੇ ਲੈਤਾ ਉਧਰ ਕਰਕੇ ਕਰਨੀ ਹੁਣ ਬਈ ਚਾਰ ਸਮਝੀ ਗੱਲ ਕੀ ਬਤਾ ਕਦੂ ਤੇ ਬੈਠੇ ਨੇ ਚਾਰ ਦਿਵਾਰੀ ਚ ਗੱਲ ਉਦੋਂ ਰਹਿੰਦੀ ਜਦੋਂ ਗੱਲ ਚਾਰ ਦਿਵਾਰੀ ਚ ਹੋਵੇ ਪਰ ਤੁਹਾਡੇ ਤੇ ਅਗਰ ਪਹੁੰਚੇ ਮਿਲ ਕੇ ਤੁਸੀਂ ਇੰਟਰਨੈਟ ਤੇ ਦੇਖੀ ਗੱਲੋ ਮੈਂ ਕਿਉਂ ਗੱਲ ਇੰਟਰਨੈਟ ਤੇ ਹੈ ਜੋ ਤਾਂ ਜਦੋਂ ਬੰਦਾ ਬੈਠਦਾ ਯਾਰ ਹੁਣ ਆਪਣੀ ਬਾਈ ਕੋਈ ਵੀਡੀਓ ਹੁੰਦੀ ਆ ਆਪਾਂ 10 15 ਮਿੰਟ ਦੀ ਉਹਨਾਂ ਦੀ 10 15 ਮਿੰਟ ਦੀ ਵੀਡੀਓ ਹੁੰਦੀ ਆ ਨਾ ਆਪਾਂ ਕੱਲਾ ਕੱਲਾ ਸੀਨ ਦੇਖੀਦਾ ਕਿ ਯਾਰ ਕਿਦਾਂ ਇਹਨੂੰ ਐਡਿਟ ਕਰਕੇ ਕਿਸੇ ਥਰੂ ਗਲਤ ਮੈਸੇਜ ਨਾ ਚੱਲ ਜੇ ਕਦੇ ਆਪਾਂ ਇੱਕ ਦਿਨ ਇਹੋ ਜਿਹੀ ਗੱਲ ਬੋਲ ਦਈਏ ਇਹੋ ਜਿਹੀ ਗੱਲ ਕਰ ਦਈਏ ਕਿ ਗਲਤ ਮੈਸੇਜ ਨਾ ਚੱਲ ਜੇ ਉਹ ਤਾਂ ਉਹਨਾਂ ਨੂੰ ਦੇਖਣਾ ਚਾਹੀਦਾ ਕਿ ਯਾਰ ਇਦਾਂ ਦੀ ਗੱਲ ਕੋਈ ਕੱਲ ਨੂੰ ਕਰ ਸਕਦਾ ਪਰ ਕਮੈਂਟ ਤਾਂ ਅਗਲੇ ਉਹ ਕਰ ਦਿੰਦੇ ਨਾ ਕਮੈਂਟ ਤਾਂ ਉਹਨਾਂ ਨੂੰ ਦੇਖਣੀ ਨਹੀਂ ਉਹ ਤਾਂ ਅੰਬਰਾਂ ਤੋਂ ਉੱਤੇ ਨੇ ਉਹਨਾਂ ਲਈ ਕਮੈਂਟ ਮੈਟਰ ਨਹੀਂ ਕਰਦੇ ਕਿ ਕ ਇਹ 100 ਗੱਲਾਂ ਹੋ ਜਾਂਦੀਆਂ ਯਾਰ ਘਰ 'ਚ ਹਨਾ ਚਾਰ ਦਵਾਰੀ 'ਚ ਆਪਾਂ ਵੀ ਉਹਨਾਂ ਵਰਗੇ ਹੀ ਯਾਰ ਹਨਾ ਆਪਾਂ ਵੀ ਕਈ ਵਾਰੀ ਇਕੱਲਾ ਤੱਕਰ ਕੇ ਬੈਠੇ ਹੁੰਨੇ ਆ ਕੋਈ ਗੱਲ ਨਹੀਂ ਕਈ ਵਾਰੀ ਪਸੇਰ ਤੇ ਚੁੰਨੀ ਵੀ ਨਹੀਂ ਲਈ ਹੁੰਦੀ ਸਾਡੀ ਮਾਵਾਂ ਨੇ ਵੀ ਅਸੀਂ ਖੁਦ ਨਹੀਂ ਲਈ ਹੁੰਦੀ ਗੁਰਬਾਣੀ ਚੋਂ ਕੋਈ ਚੱਕਰ ਨਹੀਂ ਪਰ ਸ਼ਰਮ ਤੇ ਉਹਨੂੰ ਚਾਹੀਦੀ ਜਿਹੜਾ ਨੈੱਟ ਤੇ ਪਾ ਲਗਾ ਵੀਡੀਓ ਵੀ ਤੂੰ ਵੇਖ ਤੇਰੇ 100 ਲੋਕਾਂ ਦੀਆਂ ਭਾਵਨਾਵਾਂ ਵਿੱਚ ਜੁੜੀਆਂ ਬਿਲਕੁਲ ਰੱਬ ਹਰ ਪਾਸੇ ਵੇ ਕੋਈ ਸ਼ੱਕ ਨਹੀਂ ਪਰ ਇੱਕ ਰਿਸਪੈਕਟ ਵੀ ਹੁੰਦੀ ਏ ਤੇ ਫਿਰ ਕੁਝ ਰੀਤੀ ਰਿਵਾਜ ਵੀ ਹੁੰਦੇ ਨੇ ਹਣਾ ਸੋ ਕਿਸਮ ਦੀਆਂ ਗੱਲਾਂ ਨੇ ਮੈਂ ਤਾਂ ਆਪਣੇ ਨਾਲ ਕਾਰਟੂਨ ਬਣਾਏ ਪਏ ਨੇ ਮੈਨੂੰ ਹੁਣ ਪਿੱਛੇ ਜੋ ਕੋਈ ਬੰਦਾ ਵੀ ਕਹਿੰਦਾ ਸੀ ਕਹਿੰਦਾ ਕਿ ਯਾਰ ਆ ਕੀ ਕਰਦੇ ਪਏ ਨੇ ਕਿ ਆਪਣੇ ਜਦ ਤੁਸੀਂ ਇੱਕ ਵੀਡੀਓ ਬਣਾਈ ਸੀ ਮੰਮੀ ਡਰ ਲੱਗਿਆ ਮੰਮੀ ਡਰ ਲੱਗਿਆ ਤੇ ਉਹ ਡਰ ਮੰਮੀ ਨੂੰ ਭਾਵੇਂ ਲੱਗੇ ਵੀ ਨਾ ਤੇ ਜਾਣ ਬੋਝ ਕੇ ਉਹ ਤੇ ਟਾਈਟਲ 'ਚ ਪਾਉਣਾ ਕਿ ਮੰਮੀ ਡਰ ਲੱਗਿਆ ਤੇ ਉਹ ਤਾਂ ਉਹਨਾਂ ਨੇ ਸੱਚੀ ਅਮਲ ਕੀ ਚਲੋ ਵਧੀਆ ਗੱਲ ਕਰ ਮਾਰੇ ਆਪਣੇ ਘਰ ਦੇ ਨਾਲ ਬਟ ਥੋੜਾ ਜਿਆ ਤਾਂ ਉਹਨਾਂ ਨੇ ਉਹਨੂੰ ਕਾਰਟੂਨਾਈਜ਼ ਕੀਤਾ ਆਪਣੇ ਘਰ ਵਾਲਿਆਂ ਨੇ ਕਿ ਜਿੰਨਾ ਕੋਈ ਚੀਜ਼ ਦਿਖਾ ਗਿਆ ਨਾ ਕੋਈ ਚੀਜ਼ ਦਿਖਾ ਕੇ ਜਿੰਦਾ ਜੰਗਲ ਜਾਨਵਰ ਸਰਕਸ ਸ਼ੇਅਰ ਦਿਖਾ ਕੇ ਨਹੀਂ ਉਹ ਆਡੀਅנס ਇਕੱਠੀ ਕਰਦੇ ਉਦਾਂ ਆਡੀਅנס ਇਕੱਠੀ ਕਰਨ ਉਹ ਹੁਣ ਉਹਦੇ ਘਰ ਦੇਆਂ ਗੱਲ ਵੀ ਸ਼ੁਰੂ ਕਰਤੀ ਹੈ ਕਿ ਹੁਣ 4 ਸਾਲ ਹੋ ਗਏ ਤੇ ਬੱਚਾ ਕਰ ਲਓ ਵਿੱਚ ਵਿੱਚ ਵਲੋਗਾਂ ਚ ਤੇ ਹੁਣ ਬਸ ਜਦੋਂ ਘਰ ਦੇ ਜਾਣਗੇ ਤੇ ਥੋੜੇ ਜਿਹਾ ਵਿਊ ਘਟਣਗੇ ਤੇ ਉਹਨਾਂ ਨੇ ਅਗਲਾ ਟਰਿਕ ਉਹੀ ਹੈ ਬਸ ਕਿ ਕੀ ਕੀ ਗੁਰਕੀਰਤ ਪ੍ਰੈਗਨੈਂਟ ਹੈ ਆਓ ਅੱਛਾ ਅੱਛਾ ਰਸ਼ੀ ਸਾਹਿਬ ਅੱਜ ਧਰਨਾ ਸੀ ਉੱਥੇ ਨਾ ਇਹ ਮਹਾਰਾਜ ਮਹਾਰਾਜ ਰੈਲੀ ਹੋਈ ਅੱਜ ਮਹਾਰਾਜ ਪਿੰਡ ਚ ਕਰੀ ਨਹੀਂ ਤੁਸੀਂ ਦੋ ਇਸ ਚੀਜ਼ ਬਾਰੇ ਜਾਣਕਾਰੀ ਮੈਨੂੰ ਨਹੀਂ ਮੈਨੂੰ ਨਹੀਂ ਪਤਾ ਅੱਜ ਜਿਹੜਾ ਲੱਖਾ ਲੱਖੇ ਸਿਧਾਣੀ ਉੱਤੇ ਜਿਹੜਾ ਪਰਚਾ ਨਹੀਂ ਸੀ ਹੋਇਆ ਚਿੱਟੇ ਦਾ ਪਾਇਆ ਸੀ ਇਹਨਾਂ ਨੇ ਉਹ ਤਾਂ ਵੈਸੇ ਕੱਲ ਦਾ ਕੈਨਸਲ ਇਹਨਾਂ ਨੇ ਕਰਤਾ ਵਾਪਸ ਲੈ ਲਿਆ ਉਹਦੇ ਚੋਂ ਨਾਂ ਨਾਂ ਕੱਢ ਦਿੱਤਾ ਕੱਢਤਾ ਨਾਂ ਤਾਂ ਵਧੀਆ ਗੱਲ ਕੀਤੀ ਤੇ ਮੈਂ ਅੱਜ ਭਗਵੰਤ ਮਾਨ ਦੀ ਸਭ ਕੋ ਤਾਰੀਫ ਵੀ ਕਰਨ ਲੱਗਾ ਹਾਂ ਚਲ ਵਧੀਆ ਕੰਮ ਤੁਸੀਂ ਕੀਤਾ ਹਨਾ ਬਰਨਾਲ ਹੀ ਅਜੈਨੀ ਚੋਲ ਦਾ ਗਾਣਾ ਕਟਾ ਕੇ ਇਹਨਾਂ ਨੇ ਫੇਰ ਉਹੀ ਕੰਮ ਤੇ ਨਾਲੇ ਉਥੇ ਅੱਜ ਧਰਨਾ ਸੀ ਤੇ ਬੜੀ ਬੜਾ ਜੂਥ ਪਹੁੰਚਿਆ ਸੀ ਨਾ ਫੇਰ ਵੀ ਪਹੁੰਚਿਆ ਸੀ ਜੂਥ ਲਖੇ ਸਿਧਾਣੀ ਦੇ ਸਪੋਰਟ ਚ ਤੇ ਬੜਾ ਬੜਾ ਬੜਿਆ ਯਾਰ ਬੜੀ ਸਪੋਰਟ ਲਖੇ ਸਿਧਾਣੀ ਨੂੰ ਅੱਜ ਦਾ ਕੱਟ ਕੇ ਨਾ ਲੱਗਿਆ ਕਿ ਨਹੀਂ ਅੱਗੇ ਤੂੰ ਆਮ ਆਦਮੀ ਪਾਰਟੀ ਵਾਲੇ ਕੋਈ ਵੀ ਸਰਕਾਰ ਹੋਈ ਸੋਚੇਗੀ ਲਖੇ ਸਿਧਾਣੀ ਤੇ ਨਾ ਪਰਚਾ ਪਾਉਣ ਤੋਂ ਪਹਿਲਾਂ ਝੂਠਾ ਪਰਚਾ ਪਾਉਣ ਤੋਂ ਪਹਿਲਾਂ ਜੋ ਸੱਚਾ ਹੋਇਆ ਚਲੋ ਉਹ ਤੇ ਪਾਣਾ ਪਾਣਾ ਉਹ ਕਿਹੜਾ ਡਰਨਾ ਸਰਕਾਰ ਨੇ ਪਰ ਝੂਠਾ ਪਰਚਾ ਪਾਉਣ ਤੂੰ ਅੱਗੇ ਤੂੰ ਸੋਚੇਗੀ ਸਰਕਾਰ ਕਿ ਨਹੀਂ ਯਾਰ ਅਸੀਂ ਦਾ ਨਹੀਂ ਪਾਣਾ ਕਿਉਂਕਿ ਆਵਾਮ ਬਹੁਤ ਹੈ ਲੱਖ ਸਹਾਣੇ ਨਾਲ ਨਾ ਤੇ ਇੱਕ ਬੰਦਾ ਨਾ ਹਮੇਸ਼ਾ ਯਾਰ ਜਦੋਂ ਵੀ ਕੋਈ ਧਰਨਾ ਹੋਵੇ ਨਾ ਚਾਹੇ ਫਾਰਮਰ ਪ੍ਰੋਟੈਸਟ ਸੀ ਚਾਹੇ ਕਿਤੇ ਵੀ ਧਰਨਾ ਹੋਵੇ ਪੰਜਾਬ ਚ ਹਨਾ ਇਹ ਕਾ ਬੰਦਾ ਬਹੁਤ ਨੋਟ ਕਰੀਦਾ ਉਹਨੂੰ ਬਹੁਤ ਘੱਟ ਲੋਕ ਨਾ ਰੈਕਗਨਾਈਜ਼ ਕਰਦੇ ਪਛਾਣਦੇ ਨੇ ਉਹਦੀ ਠੀਕ ਹੈ ਉਹਦਾ ਟੈਲੈਂਟ ਨੂੰ ਅਮਿਤ ਔਜਮਾਨ ਠੀਕ ਹੈ ਪਤਾ ਮੈਨੂੰ ਅਮਿਤ ਔਜਮਾਨ ਦਾ ਬੜਾ ਚੰਗਾ ਬੋਲਦਾ ਬੜੀ ਡੰਗਾਈ ਚ ਬੋਲਦਾ ਬੰਦਾ ਉਹ ਕਈਆਂ ਨੂੰ ਨਹੀਂ ਸਹੀ ਲੱਗਦਾ ਪਤਾ ਨਹੀਂ ਹੁਣ ਕਈ ਕਹਿਣਾ ਉਹ ਕਾਮਰੇਡ ਹੈ ਪਤਾ ਨਹੀਂ ਆ ਮੈਨੂੰ ਨਹੀਂ ਪਤਾ ਕਾਮਰੇਡ ਕਾਮਰੇਡ ਕੋਮਰੇਡ ਦਾ ਪਰ ਮੈਨੂੰ ਉਹ ਵਧੀਆ ਲੱਗਦਾ ਹੈ ਪਰ ਭਾਸ਼ਾ ਹੀ ਨਹੀਂ ਪਤਾ ਹੁੰਦੀ ਇੱਥੇ ਨੂੰ ਕਾਮਰੇਡ ਹੁੰਦਾ ਹੁਣ ਪਤਾ ਨਹੀਂ ਕਾਮਰੇਡ ਕੌਣ ਤੇ ਅਮੀਤ ਉਹ ਜਮਾਨ ਪਾਜੀ ਪੇਲਾ ਉਹਨਾਂ ਚੋਂ ਸੀਗਾ ਜਿਨੇ ਉਸ ਟਾਈਮ ਚ ਬੱਬੂ ਮਾਨ ਉਹ ਫਿਲਮ ਬਣਾਈ ਸੀ ਹਮਾਈ ਤੁਹਾਨੂੰ ਸ਼ਾਇਦ ਤੁਸੀਂ ਦੇਖੀ ਹੋਵੇ ਉਸ ਟਾਈਮ ਚ ਉਹ ਉਹੀ ਗੱਲ ਕਰਦਾ ਹੈ ਹਮੇਸ਼ਾ ਕਿ ਉਦੋਂ ਸਾਡੇ ਤੇ ਪੁਲਿਸ ਦੇ ਰੈਡਾਂ ਵੀ ਪੈਣੀਆਂ ਕਿਉਂਕਿ ਉਸ ਟਾਈਮ ਚ ਗੱਲ ਕਰਨੀ ਮੈਨੂੰ ਲੱਗਾ 1998 ਜਾਂ 99 ਦੀ ਫਿਲਮ ਆ ਜਾਂ 94 95 ਦੀ ਮੈਨੂੰ ਨਹੀਂ ਪਤਾ ਐਗਜ਼ੈਕਟਲੀ ਹੁਣ ਮੈਂ ਦੇਖੀ ਤਾਂ ਗਈ ਐ ਪਰ ਉਸ ਟਾਈਮ ਉਸ ਜਿਹੜੀਆਂ ਗੱਲਾਂ ਕਰਨੀਆਂ ਕਿ ਆਪਣਾ ਜੋ 1984 ਬਾਰੇ ਫਿਲਮ ਬਣਾਉਣੀ ਉਹ ਥੋੜਾ ਜਿਹਾ ਰਿਸਕੀ ਸੀਗਾ ਤੇ ਉਹ ਫਿਲਮ ਵੀ ਬਹੁਤ ਵਧੀਆ ਲੈਵਲ ਤੇ ਆਇਆ ਉਹ ਕੋਈ ਇਦਾਂ ਨਹੀਂ ਕਿ 1984 ਚ ਕੋਈ ਲਵ ਸਟੋਰੀ ਪਾਤੀ ਜਾਂ ਉਹ ਰੀਅਲ ਨਹੀਂ ਦਿਖਾਇਆ ਕੀ ਕੁਛ ਹੋਇਆ ਤੇ ਉਹ ਬੰਦਾ ਉਹ ਸੀਗਾ ਜਿਹਨੇ ਪਿੰਲੀਆਂ ਚੋ ਫਿਲਮ ਬਣਾਈ ਤੇ ਅੱਜ ਤੱਕ ਵੀ ਲੋਕ ਪਛੇ ਉਹਨਾਂ ਨੇ ਜੂਜ ਦਾ ਪੰਜਾਬ ਬਣਾਇਆ ਸੀ ਸ਼ਾਇਦ ਨਾ ਜੂਜ ਦਾ ਪੰਜਾਬ ਕੋਈ ਉਹਨਾਂ ਨੇ ਪਾਰਟੀ ਨਹੀਂ ਬਣਾਈ ਸੀ ਕੋਈ ਆਪਣੇ ਪੁਆਇੰਟ ਰੱਖੇ ਸੀ ਕਿ ਕਿ ਇਦਾਂ ਪੰਜਾਬ ਚ ਸਹੀ ਹੋਣਾ ਚਾਹੀਦਾ ਹੈ ਕੁਝ ਉਹਦੇ ਤੇ ਵੀ ਬੜਿਆਂ ਨੇ ਉਦੋਂ ਕਿੰਤੂ ਪਰਤੂ ਕੀਤੀ ਕਿ ਆਹ ਗੱਲ ਕੀ ਕਿ ਇਹਨਾਂ ਦਾ ਕਿਹੜਾ ਪੰਜਾਬ ਜੂਝੀ ਜਾਂਦਾ ਪ੍ਰੈਸ਼ਰ ਗਰੁੱਪ ਬਿਲਕੁਲ ਬਿਲਕੁਲ ਬਟ ਕਾਮਰੇਡ ਅੱਧੇ ਦਾ ਕਾਮਰੇਡ ਬਣਾ ਦਿੰਦੇ ਨੇ ਜਿੰਨੂੰ ਮਰਜ਼ੀ ਚੱਕ ਕੇ ਕਿ ਇਹ ਕਾਮਰੇਡ ਹੈ ਹੋ ਨ ਹੋ ਉਸਤਾ ਅਜੇ ਕਾਮਰੇਡ ਦਾ ਪਤਾ ਨਹੀਂ ਮੈਨੂੰ ਵੀ ਥੋੜੀ ਜਿਹੀ ਗੱਲ ਕਹਿ ਦੇਣ ਕਿ ਇਹ ਕਾਮਰੇਡ ਨਹੀਂ ਦਮ ਨੂੰ ਇਹ ਕਾਮਰੇਡ ਸੋਚ ਰਹੇ ਨੇ ਕਾਮਰੇਡ ਬਾਰੇ ਜਰੂਰ ਇੱਕ ਵੀਡੀਓ ਅਖਰੀ ਬਣਾਵਾਂਗੇ ਜਿਹੜੇ ਆਪਾਂ ਕਿਦਾਂ ਗੱਲ ਕਰਦੇ ਸੀ ਕੈਪਟਲਿਜ਼ਮ ਤੇ ਕਮਿਊਨਿਜ਼ਮ ਤੇ ਜੋ ਵੀ ਗੱਲ ਕਰਦੇ ਸੀ ਉਹ ਵੀ ਆਪਾਂ ਕਿਸ ਦਿਨ ਜਰੂਰ ਟੌਪਿਕ ਛੜਾਂਗੇ ਕਿਉਂ ਕੀ ਹੁੰਦਾ ਹੈ ਕਾਮਰੇਡਰ ਕੀ ਹੁੰਦਾ ਨਹੀਂ ਨਹੀਂ ਕਰਾਂਗੇ ਉਹ 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 ਹਾਂ ਬਣਾਵਾਂਗੇ ਨਹੀਂ ਆ ਹਮਾਰੀ ਜਿਹੜੀ ਫਿਲਮ ਆਈ ਹੈ 2003-4 ਚ ਆਈ ਫਿਲਮ ਹਣਾ ਠੀਕ ਹੈ ਠੀਕ ਹੈ ਮੈਂ ਦੇਖ ਮੈਂ ਉਹ ਵੀ ਮੈਨੂੰ ਡੇਟ ਯਾਦ ਨਹੀਂ ਸੀ ਕਦੋਂ ਦੀ ਆਈ ਆਹੋ ਤੇ ਜੀ جی ایا ਨੂੰ ਜਦੋਂ ਫਿਲਮ ਨਹੀਂ ਸੀ ਆਈ ਉਸ ਤੋਂ ਬਾਅਦ ਹਮਾਇਂ ਦਾ ਬਹੁਤ ਚਰਚਾ ਸੀ ਕਿ ਬੱਬੂ ਮਾਨ ਦੀ ਵੀ ਫਿਲਮ ਆਣ ਲਗੀ ਉਹ ਚਲੋ ਮੈਨੂੰ ਲੱਗਾ ਉਹਨੂੰ ਬੈਨ ਲੱਗਿਆ ਸੀ ਫਿਲਮ ਤੇ ਤੇ ਬੱਬੂ ਮਾਨ ਜਿਹੜਾ ਨਾ سینਮੇਟਿਕ ਹੋਈ ਸੀ ਆ ਨਹੀਂ ਹੋ ਗਈ ਸੀ ਬੜੇ ਕਟਵਾ ਬਿਲਕੁਲ ਪਹਿਲਾਂ ਬੈਨ ਲੱਗ ਗਿਆ ਸੀ ਫਿਲਮ ਤੇ ਬਾਅਦ ਚ ਫਿਰ ਸਰਕਾਰ ਨੇ ਕਿਹਾ ਵੀ ਕਟੋ ਜੇ ਸੈਂਸਰ ਬੋਰਡ ਜਿਹੜਾ ਹੁੰਦਾ ਉਹਨੇ ਕਿਹਾ ਵੀ ਕਟੋ ਜੇ ਉਹ ਕੱਟਕੁੱਟ ਕੇ ਤੇ ریلیز ਹੋ ਗਈ ਸੀ ਸੈਂਸਰ ਬੋਰਡ ਦਾ ਬਹੁਤ ਪੰਗਾ ਹੈ ਇੰਡੀਆ ਚ ਨਾ ਸੈਂਸਰ ਬੋਰਡ ਦਾ ਕੀ ਆ ਚੀਜ਼ ਚੱਲਣੀ ਆ ਚੀਜ਼ ਨਹੀਂ ਚੱਲਣ ਦੇਣੀ ਆਪਾਂ ਇਹਦਾ ਬਹੁਤ ਜ਼ਿਆਦਾ ਪੰਗਾ ਹੈ ਤੇਰੇ ਹਿਸਾਬ ਨਾਲ ਕਿਦਾਂ ਦਾ ਬੰਦਾ ਮਨਤੋਜ ਮੈਨੂੰ ਤਾਂ ਮੈਂ ਤਾਂ ਯਾਰ ਸਪੀਚਾਂ ਤੋਂ ਸੁਣਿਆ ਮੈਂ ਕਿਹੜਾ ਉਹ ਪਰਸਨਲੀ ਜਾਣਦਾ ਸੋ ਸਪੀਚਾਂ ਦੇ ਹਿਸਾਬ ਨਾਲ ਤਾਂ ਮੈਨੂੰ ਬੰਦਾ ਸਹੀ ਲੱਗਦਾ ਹੈ ਮਤਲਬ ਕਿ ਪੁਆਇੰਟ ਜਿਹੜੀ ਤੇ ਮਾਮਾ ਮੈਂ ਕਿਹੜਾ ਉਹਦੇ ਨਾਲ ਰਜਾਈ 'ਚ ਸੋਣਾ ਮੈਂ ਕਿ ਮੈਂ ਕਿਹੜਾ ਉਹਦੇ ਨਾਲ ਰਜਾਈ 'ਚ ਸੋਣਾ ਜਿਹੜਾ ਮੈਂ ਤੇ ਬਰੇ ਦੱਸਿਆ ਮੈਨੂੰ ਲੱਗਦਾ ਜਿਹੜੀ ਯਾਰ ਇਹ ਗੱਲਾਂ ਜੀ ਸੁਣਦੇ ਜਿਹਦੀ ਗੱਲਾਂ ਕਰਦਾ ਉਹਦੇ ਚ ਵੈਲਿਡ ਪੁਆਇੰਟ ਤਾਂ ਹੁੰਦੇ ਨੇ ਏਦਾਂ ਨਹੀਂ ਕਿ ਜਦੋਂ ਉਹਦਾ ਉਦਾਂ ਹੀ ਹਵਾ ਚ ਗੱਲਾਂ ਕਰਦਾ ਉਹ ਚ ਵੈਲਿਡ ਪੁਆਇੰਟ ਤਾਂ ਹੁੰਦੇ ਨੇ ਕਿ ਆ ਪੁਆਇੰਟ ਜੋ ਗੱਲ ਕਰਦਾ ਉਹ ਗੱਲ ਤਾਂ ਵੈਲਿਡ ਹੁੰਦੀ ਓ ਜੀ ਤੇ ਪਿੱਛੇ ਜਿਹੜਾ ਉਦੋਂ ਵੀ ਮੈਂ ਦੇਖਿਆ ਸੀ ਇੰਟਰਵਿਊ ਜਦੋਂ ਇਹਨਾਂ ਨੇ ਉਹ ਬਣਾਇਆ ਸੀ ਆਪਣਾ ਜੋਬ ਪੋਰਟਫੋਲੀਓ ਬਣਾਇਆ ਸੀ ਜੂਸ ਦਾ ਪੰਜਾਬ ਦਾ ਉਹਦੇ ਚ ਜੋ ਉਹਨਾਂ ਨੇ ਰਿਕਵੈਸਟਾਂ ਕੀਤੀਆਂ ਸੀ ਉਹ ਬਿਲਕੁਲ ਜਾਇਜ਼ ਸੀਗੀਆਂ ਪੰਜਾਬ ਲਈ ਸ਼ਾਇਦ ਹਮ ਆਹੋ ਆ ਮੈਂ ਇੱਕ ਦੇਖੀ ਅੱਛਾ ਆਪਾਂ ਪਤਾ ਕਾਕਾ ਬਲੀ ਨੇ ਪੋਡਕਾਸਟ ਕੀਤਾ ਸੀ ਉਹ ਤਾਂ ਗੱਲ ਤੁਸੀਂ ਚੇਤਾ ਰੱਖਿਓ ਕਾਕਾ ਬਲੀ ਪੋਡਕਾਸਟ ਲਈ ਹੁਣ ਇਸ ਵਾਰ ਨਾ ਮੈਂ ਲਾਸਟ ਆਪਾਂ ਪੋਡਕਾਸਟ ਕੀਤਾ ਤਾਂ ਆਪਾਂ ਇੱਕ ਦੂਜੇ ਨੂੰ ਬਹੁਤ ਟਾਈਮ ਦਿੱਤਾ ਜਦੋਂ ਮਤਲਬ ਕੀ ਗੱਲ ਕਰਕੇ ਰੁਕ ਗਿਆ ਤੁਸੀਂ ਗੱਲ ਕਰਕੇ ਰੁਕ ਗਏ ਕਿ ਇੱਕ ਦੂਜੇ ਦੀ ਗੱਲ ਨਾ ਟੁੱਕੀ ਹੋਵੇ ਥੱਲੇ ਫਿਰ ਵੀ ਕਈ ਕਈ ਕਮੈਂਟ ਹੋ ਜੇ ਕਿ ਭਾਜੀ ਤੁਸੀਂ ਇੱਕ ਦੂਜੇ ਦੇ ਨੂੰ ਟਾਈਮ ਬਹੁਤ ਦੇ ਰਹੇ ਹੋ ਵਿੱਚ ਤੁਹਾਡੇ ਸਪੇਸ ਬਹੁਤ ਜ਼ਿਆਦਾ ਹੁੰਦਾ ਮੈਂ ਕਿਹਾ ਜਾਂ ਤਾਂ ਆਪਾਂ ਇੱਕ ਦੂਜੇ ਨੂੰ ਟੁੱਕੀ ਜਾਈਏ ਉਦੋਂ ਵੀ ਪ੍ਰੋਬਲਮ ਤੇ ਜਦੋਂ ਆਪਾਂ ਇੱਕ ਦੂਜੇ ਨੂੰ ਸਪੇਸ ਦਈਏ ਕਿ ਯਾਰ ਇਹ ਗੱਲ ਭਾਜੀ ਦੀ ਖਤਮ ਹੋਣ ਦਿਓ ਜਦੋਂ ਭਾਈ ਦੀ ਪੂਰੀ ਗੱਲ ਖਤਮ ਹੋ ਗਈਤੋਂ ਬਾਅਦ ਮੈਂ ਗੱਲ ਕਰੂੰਗਾ ਉਦੋਂ ਵੀ ਕਈਆਂ ਨੂੰ ਪ੍ਰੋਬਲਮ ਥੱਲੇ ਕਿ ਤੁਸੀਂ ਬਹੁਤ ਸਲੋ ਐ ਸੋ ਜਿਹੜੇ ਬੰਦੇ ਬਈ ਲੱਗਦਾ ਕਿ ਪੋਡਕਾਸਟ ਸਲੋ ਐ ਉਹ ਹੁੰਦਾ ਨਾ YouTube ਦੀ ਸਪੀਡ ਵਧਾਉਣ ਵਾਲਾ ਉਹ ਕਰਕੇ ਸੁਣ ਲਿਆ ਕਰੋ ਗੱਲਾਂ ਉਦੋਂ ਸਮਝ ਆ ਜਾਣੀ ਸਮਝ ਆ ਜਾਣੀ ਐ ਤੇ ਵਧੀਆ ਲੱਗੂਗਾ ਜ਼ਿਆਦਾ ਤੇਜ਼ੀ ਨਾਲ ਹਾਂਜੀ ਤੁਸੀਂ ਬੋਲੋ ਕਾਕਾ ਕਬਲੀ ਨੇ ਪੋਡਕਾਸਟ ਕੀਤਾ ਹੈ ਕੀਤਾ ਜੀ ਬਿਲਕੁਲ ਬਿਲਕੁਲ ਨੇ ਕਾਕਾ ਬਲੀ ਨਾਲ ਜਿਹੜਾ ਆਪਾਂ ਪੋਡ ਅਛਾ ਮੈਂ ਨਾ ਬਟਨ ਪਤਾ ਕਾ ਤੂੰ ਖੁੱਲਾ ਰੱਖਿਆ ਕਈ ਬੰਦੇ ਕਹਿੰਣ ਪਤਾ ਨਹੀਂ ਫੁਕਰੀ ਹੈ ਫੁਕਰੀ ਹੈ ਫਕਰੀ ਮਬੋ ਘਟ ਮਾਰ ਤਾ ਨਾ ਮੇਰੇ ਇਥੇ ਦਾਗ ਲੱਗਣ ਨੂੰ ਮੈਂ ਕਵਰ ਕਰਨ ਵਾਸਤੇ ਬਟਨ ਖੋਲ ਰੱਖਿਆ ਹੈ ਨਾ ਤੇ ਮੇਰੇ ਦਾਦਾ ਹਨਾ ਕਈ ਕਹਣਗੇ ਵੀ ਫੁਕਰੀ ਇਹ ਲੱਗਦਾ ਬੰਦਾ ਅੱਛਾ ਇਹ ਛਾ ਮੈਂ ਕਹਿ ਰਿਹਾ ਵੀ ਕਾਕਾ ਬਲੀ ਨੇ ਆਪਾਂ ਪੋਡਕਾਸਟ ਕੀਤਾ ਹੈ ਪਤਾ ਸਾਇੰਸ ਦੇ ਵਿਸ਼ਿਆਂ ਤੇ ਆਪਾਂ ਗੱਲਾਂ ਕੀਤੀਆਂ ਸੀ ਤੇ ਬੜੇ ਨਾ ਭੈਣ ਭਰਾਵਾਂ ਨੂੰ ਪਸੰਦ ਆਇਆ ਸਾਡਾ ਬਿਲਕੁਲ ਇਰਾਦਾ ਇਹੀ ਹੈ ਅਸੀਂ ਤੇ ਹਰ ਵੀਡੀਓ ਚ ਗੱਲ ਕਰਨਾ ਚਾਹੁੰਦੇ ਆ ਪਰਾਹੀ ਕੋਈ ਤਰੀਕੇ ਨਾਲ ਚੱਲ ਰਹੇ ਆ ਜਿਹਦੇ ਨਾਲ ਨਾ ਸਾਰੇ ਸਮਝੀਏ ਗੱਲ ਇੱਕ ਸਾਇੰਸ ਹੁੰਦੀ ਸਾਡੀ ਨਾ ਹਰ ਇੱਕ ਚੀਜ਼ ਪਿੱਛੇ ਤੇ ਸਾਇੰਸ ਤੂੰ ਹੁਣ ਆਪਾਂ ਗੱਲ ਸ਼ੁਰੂ ਕਰੀਏ ਕਿ ਸਾਇੰਸਦਾਰਾਂ ਨੇ ਨਾ ਇੱਕ ਟੈਕਨੋਲੋਜੀ ਕੱਢੀ ਟੈਕਨੋਲੋਜੀ ਦੀ ਇੱਕ ਚੀਜ਼ ਕੱਢੀ ਤੂੰ ਦੱਸ ਕਿਹੜੀ ਚੀਜ਼ ਕੱਢੀ ਠੀਕ ਹੈ ਆਪਣੇ ਪ੍ਰਿਥਵੀ ਤੋਂ ਬਾਹਰ ਪਤਾ ਪੱਥਰ ਘੁੰਮਦੇ ਰਹਿੰਦੇ ਨੇ ਤੇ ਜਿਹਨੂੰ ਐਸਟਰੋਇਡ ਕਹਿੰਦੇ ਨੇ ਹਨਾ ਨਹੀਂ ਨਹੀਂ ਮਿਟਰਾਇਡ ਕਹਿੰਦੇ ਨੇ ਪੰਜਾਬੀ ਚ ਪੱਥਰ ਕਹ ਲਓ ਵਟੇ ਕਹ ਲਓ ਟ੍ਰੇਡਸ ਕੀ ਹੁੰਦੇ ਤੁਹਾਨੂੰ ਪਤਾ ਵੀ ਟ੍ਰੇਡਸ ਤੇ ਸਟ੍ਰੇਟਸ ਕੀ ਫਰਕ ਹੈ ਮੈਟੇਰੋਇਡਸ ਵੀ ਕਹਿੰਦੇ ਨੇ ਐਸਟੈਰੋਇਡਸ ਵੀ ਕਹਿੰਦੇ ਨੇ ਮੈਂ ਵੀ ਵੇਖਦਾ ਪਿਆਜ ਚ ਪੜਦਾ ਵੈਸੇ ਮੈਂ ਕਿਹਾ ਕੀ ਹੁੰਦੇ ਕੀ ਨੇ ਦੋਨੇ ਇਹੀ ਨਿਕਲ ਆਏ ਪੱਥਰ ਕਹ ਲਓ ਆਪਣੇ ਪੰਜਾਬੀ ਚ ਕਹ ਲਓ ਪੱਥਰ ਪੱਥਰਾਂ ਦੇ ਵੱਡੇ ਵੱਡੇ ਪੱਥਰ ਮਤਲਬ ਕਿ ਤੁਹਾਨੂੰ ਮੈਂ ਸਮਝਾਵਾ ਹਾਂ ਨੇ ਵੇਖੋ ਜਿਹੜੀ ਸਾਡੀ ਧਰਤੀ ਨਹੀਂ ਹੈ ਸਾਡੀ ਧਰਤੀ ਨੇ ਇੱਕ ਚੁੰਬਕ ਤਰ੍ਹਾਂ ਵਿੱਚ ਚੁੰਬਕ ਤਰ੍ਹਾਂ ਸਾਡੀ ਧਰਤੀ ਦੇ ਆਲੇ ਦੁਆਲੇ ਜਿਹੜੀ ਚੀਜ਼ ਲੰਘਦੀ ਨਾ ਉਹ ਖਿੱਚ ਲੈਂਦੀ ਸਾਡੀ ਧਰਤੀ ਗ੍ਰੈਵਿਟੀ ਖਿੱਚ ਲੈਂਦੀ ਨਾ ਉਹ ਆਪਣੇ ਵੱਲ ਜਿਹੜੀ ਉਹਦੇ ਆਸ-ਪਾਸੇ ਚੀਜ਼ ਲੰਗੇਗੀ ਤੇ ਜੇ ਕੋਈ ਧਰਤੀ ਦੇ ਕੋਲੋਂ ਸਾਡੇ ਕੋਲ ਪੱਥਰ ਜੇ ਲੰਗਦਾ ਨਾ ਉਹ ਧਰਤੀ ਸਾਡੀ ਖਿੱਚ ਲੈਂਦੀ ਏ ਕਿਉਂਕਿ ਗ੍ਰੈਵਿਟੀ ਬਹੁਤ ਸਾਡੀ ਧਰਤੀ ਦੀ ਨਾ ਇਦਾਂ ਹੀ ਬੰਦ ਇਦਾਂ ਹੀ ਇਦਾਂ ਹੀ ਤੇ ਜਦੋਂ ਡਾਇਨਾਸੌਰ ਮਰੇ ਸੀ ਉਹ ਵੀ ਇਦਾਂ ਹੀ ਮਰੇ ਸੀ ਐਕਸਟਰੋਇਡ ਨਾਲ ਹੀ ਮਰੇ ਸੀ ਨਾ ਉਹ ਵੀ ਪੱਥਰ ਹੀ ਆਇਆ ਸੀ ਕੋ ਧਰਤੀ ਤੋਂ ਆਣਾ ਤੇ ਹੁਣ ਅੱਗੇ ਤੋਂ ਕੋ ਪੱਥਰ ਨਾ ਆਵੇ ਕੁ ਧਰਤੀ ਸਾਡੇ ਤੇ ਪੱਥਰ ਨਾ ਆ ਕੇ ਵੱਜੇ ਮੰਨ ਲਓ ਤੁਸੀਂ ਸੁੱਤੇ ਹੋ ਵੇ ਰਾਤ ਨੂੰ ਤੁਹਾਡੇ ਘਰ ਤੇ ਆ ਉੱਤੇ ਆ ਕੇ ਕੋਈ ਪੱਥਰ ਵੱਡਾ ਜਾਂ ਪੱਥਰ ਇਹ ਛੋਟੇ ਵੀ ਨਹੀਂ ਹੁੰਦੇ ਹੁੰਦੇ ਬੜੇ ਬੜੇ ਵੱਡੇ ਪੱਥਰ ਨੇ ਇੱਕ ਪੂਰੇ ਪੂਰੇ ਸ਼ਹਿਰ ਦੇ ਸਾਈਜ਼ ਦੇ ਵੀ ਹੁੰਦੇ ਨੇ ਤੇ ਡਿੱਗ ਜੇ ਕਿਦਾਂ ਦਾ ਹੋਵੇਗਾ ਇਹ ਤੇ ਪੂਰੇ ਪੂਰੇ ਸ਼ਹਿਰ ਤਬਾਹ ਕਰ ਛੱਡਦੇ ਨੇ ਐਡੇ ਐਡੇ ਵੱਡੇ ਪੱਥਰ ਹੁੰਦੇ ਨੇ ਤੇ ਉਹ ਪੱਥਰ ਆ ਕੇ ਸਾਡੇ ਕੋਈ ਧਰਤੀ ਤੇ ਨੁਕਸਾਨ ਨਾ ਕਰੇ ਉਹਦੇ ਵਾਸਤੇ ਨਾ ਸਾਡੇ ਸਾਇੰਸ ਦਾ ਨਾ ਨੇ ਕੀਤਾ ਸੀ ਇੱਕ ਮਿਸ਼ਨ ਡਾਟ ਮੈਂ ਇਹਦੀ ਜਸਵਾਲ ਦੀ ਵੀਡੀਓ ਵੇਖੀ ਉਹਦੇ ਵਿੱਚ ਇਹਦੀ ਭਾਈ ਜੀ ਨੇ ਦੱਸਿਆ ਕਿ ਮਿਸ਼ਨ ਡਾਟ ਕੀਤਾ ਤੁਸੀਂ ਵੀ ਗੂਗਲ ਤੇ ਜਦੋਂ ਸਰਚ ਕਰੋਗੇ ਨਾ ਮਿਸ਼ਨ ਡਾਟ ਲੈ ਕੇ ਤੇ ਸਕਰੀਨ ਤੁਹਾਡੇ ਫੋਨ ਦੀ ਡੇਢੀ ਹੋ ਜਾਣੀ ਕਿਉਂਕਿ ਉਹਨਾਂ ਨੇ ਨਾ ਇੱਕ ਜੰਤਰ ਕੱਢਿਆ ਇੱਕ ਜੰਤਰ ਕੱਢਿਆ ਉਹ ਜੰਤਰ ਨਾ ਹੁਣ ਜੇ ਕੋਈ ਪੱਥਰ ਸਾਡੇ ਆ ਲਾਂਦਾ ਆਇਆ ਨਾ ਤੇ ਇਹਨਾਂ ਨੇ ਨਾ ਆ ਜੰਤਰ ਮਾਰਨਾ ਪੱਥਰ ਦੇ ਵਿੱਚ ਤੋਂ ਦੀ ਡਾਇਰੈਕਸ਼ਨ ਬਦਲਾ ਦੇਣੀ ਯਾਨੀ ਕਿ ਉਹਨੂੰ ਹੋਰ ਪਾਸੇ ਉਹਨੇ ਹੋ ਜਾਣਾ ਵੇ ਸਾਡੀ ਧਰਤੀ ਵੱਲ ਨਹੀਂ ਆਏਗਾ ਫਿਰ ਉਹਦੀ ਡਾਇਰੈਕਸ਼ਨ ਤੇ ਕੀਤਾ ਵੀ ਨੇ ਨਾ ਇੱਕ ਐਕਸਪੈਰੀਮੈਂਟ ਕੀਤਾ ਉਹ ਚ ਕਾਮਯਾਬ ਹੋ ਗਏ ਨੇ ਅਸੀਂ ਮਿਸ਼ਨ ਡਾਟਿਓ ਦਾ ਨਾਮ ਨਾ ਉਹ ਕੀਤਾ ਉਹਨਾਂ ਨੇ ਤੇ ਉਹ ਚ ਕਾਮਯਾਬ ਹੋ ਗਏ ਨੇ ਉਹਨਾਂ ਨੇ ਇੱਥੇ ਬਹਿ ਕੇ ਨਾ ਮਾਰਿਆ ਜੰਤਰ ਜਿਆ ਨਾ ਡਾਟ ਜੀ ਨੂੰ ਕਹਿੰਦੇ ਨੇ ਤੇ ਉਹਦੇ ਚ ਜਾ ਕੇ ਵੱਟੇ ਪੱਥਰ ਚ ਲੱਗਾ ਤੇ ਉਹਦੀ ਡਾਇਰੈਕਸ਼ਨ ਚੇਂਜ ਕਰਤੀ ਤੇ ਇਹ ਜਿਹੜੇ ਪੱਥਰ ਨਹੀਂ ਹੁੰਦੇ ਇੰਨਾ ਦੇ ਉੱਤੇ ਨਾ ਕਈ ਸਾਇੰਸਦਾਨਾਂ ਦਾ ਮੰਨਣਾ ਹੈ ਕਿ ਇੰਨਾ ਦੇ ਉੱਤੇ ਕਈਆਂ ਦੇ ਉੱਤੇ ਸੋਨਾ ਵੀ ਹੋ ਸਕਦਾ ਕਈਆਂ ਦੇ ਉੱਤੇ ਹੀਰੇ ਵੀ ਹੋ ਸਕਦੇ ਨੇ ਕੋਇਲਾ ਵੀ ਹੋ ਸਕਦਾ ਹੈ ਬੜਾ ਕੁਝ ਹੋ ਸਕਦਾ ਹੈ ਇੰਨਾ ਤੇ ਮਾਈਨਿੰਗ ਹੋਵੇ ਨਾ ਜਿਹੜੇ ਪੱਥਰ ਨਹੀਂ ਘੁੰਮਦੇ ਰਹਿੰਦੇ ਸਾਡੇ ਇਹਨਾਂ ਨੂੰ ਫੜ ਕੇ ਨਾ ਸਮਝੇ ਗੱਲ ਕਿਦਾ ਇਹਨਾਂ ਦੇ ਉੱਤੇ ਬੰਦਾ ਚੜ ਜੇ ਬੰਦਾ ਚੜ ਗਏ ਤੇ ਸ਼ਾਹਨੀ ਇਹਨਾਂ ਦੀ ਖਦਾਈ ਕਰੇ ਨਾ ਇਹਨਾਂ ਚੋਂ ਸਮਾਨ ਨਿਕਲਦਾ ਤੇ ਬੜੇ ਬੜੇ ਵੱਡੇ ਹੁੰਦੇ ਨੇ ਇਹ ਜਿਹੜੀ ਤੁਸੀਂ ਫੋਟੋਆਂ ਚ ਵੇਖਦੇ ਹੋ ਨੇ ਤੇ ਛੋਟੇ ਨੇ ਨਾ ਵੈਸੇ ਅਸਲ ਦੇ ਵਿੱਚ ਬੜੇ ਵੱਡੇ ਹੁੰਦੇ ਨੇ ਹਾਂ ਮੈਨੂੰ ਪਤਾ ਨਾ ਮੈਂ ਫੋਟੋਆਂ ਲਾਣੀ ਹੁੰਦੀ ਤਾਂ ਗੱਲ ਕਰਨ ਦੇ ਸੀ ਨਾ ਕਾਕਾ ਬਲੀ ਨਾ ਮੈਂ ਮੈਂ ਹੀ ਪੁੱਛਿਆ ਸੀ ਕੁਐਸਚਨ ਉਹ ਕੀ ਮੈਂ ਕਹਿਆ ਯਾਰ ਆਪਾਂ ਕਰੀ ਤਾਂ ਜਾਣਦੇ ਆ ਕਿ ਆਪਾਂ ਸਪੇਸ ਚ ਜਾਣਾ ਇਹ ਕਰਨਾ ਉਹ ਕਰਨਾ ਇਹ ਚੀਜ਼ ਦਾ ਫਾਇਦਾ ਕੀ ਹੈ ਹਨਾ ਅੱਗੇ ਜਾ ਕੇ ਤੇ ਰਾਤੀ ਉਹ ਮੈਨੂੰ ਉਹ ਆਪਰੇਸ਼ਨ ਵਾਲੀ ਆਪਣੀ ਖਬਰ ਆ ਗਈ ਕਿ ਇੱਕ ਆਪਰੇਸ਼ਨ ਕੀਤਾ ਸਪੇਸ ਚ ਕਿ ਜਿਹੜਾ ਐਸਟਰੋਇਡ ਦੀ ਜਾਂ ਕਿਸੇ ਨੂੰ ਮੈਟੇਰੋਇਡ ਐਸਟਰੋਇਡ ਕਹਿੰਦੇ ਨੇ ਉਹਨੂੰ ਮਿਸਾਈਲ ਜਾਂ ਕੁਛ ਇਹਦਾ ਨਾ ਕੋਈ ਸੈਟੇਲਾਈਟ ਨਾਲ ਛੱਟ ਕੇ ਹਨਾ ਉਹਦੀ ਦਿਸ਼ਾ ਚੇਂਜ ਕਰਤੀ ਤੇ ਉਹ ਸਕਸੈਸਫੁਲੀ ਹੋ ਗਿਆ ਤੇ ਇਹਦੇ ਨਾਲ ਅੱਗੇ ਫਿਊਚਰ ਚ ਜੇ ਕੋਈ ਥ੍ਰੈਟ ਦਿਖਦਾ ਹੈ ਕਿ ਹਾਂ ਉਹ ਥ੍ਰੈਟ ਨਹੀਂ ਸੀ ਵੈਸੇ ਉਹ ਜੋ ਆ ਰਿਹਾ ਸੀ ਪੱਥਰ ਉਹ ਬਸ ਇੱਕ ਟਰਾਈ ਕੀਤਾ ਸੀ ਉਹਨਾਂ ਨੇ ਉਹ ਥ੍ਰੈਟ ਨਹੀਂ ਜੀ ਬਟ ਕਦੇ-ਕਦੇ ਇਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਕੋਈ ਆ ਰਿਹਾ ਹੈ ਤੇ ਉਸ ਚੀਜ਼ ਨਾਲ ਉਹਦੀ ਦਿਸ਼ਾ ਬਦਲੀ ਜਾ ਸਕਦੀ ਹੈ ਤੇ ਮੈਨੂੰ ਉਧਰ ਰਾਤੀ ਕੁਐਸਚਨ ਪਤਾ ਦਾ ਆਪ ਹੀ ਆਨਸਰ ਮਿਲ ਗਿਆ ਕਿ ਇਸ ਲਈ ਸਪੇਸ 'ਚ ਆਪਣੀ ਰਿਸਰਚ ਕਰਨੀ ਜ਼ਰੂਰੀ ਹੈ ਜੋ ਕਰ ਰਹੀਆਂ ਨੇ ਆਪਣੇ ਵੱਡੇ ਵੱਡੇ ਕੰਪਨੀਆਂ ਤੇ ਅਬ ਮਾਰਸ ਵਾਲੀ ਗੱਲ ਵੀ ਭਜਨੇ ਬਹੁਤ ਵੈਲਿਡ ਪੁਆਇੰਟ ਦੱਸਿਆ ਸੀ ਕਿ ਜੇ ਮੰਨ ਲਓ ਕੱਲ ਨੂੰ ਧਰਤੀ ਤੇ ਜਿੱਦਾਂ ਪਹਿਲਾਂ ਧਰਤੀ ਆਲਰੇਡੀ ਦੋ ਵਾਰੀ ਤਬਾਹ ਹੋ ਕੇ ਦੁਬਾਰਾ ਬਣੀ ਹੈ ਦੋ ਵਾਰੀ ਤਬਾਹ ਹੋ ਚੁੱਕੀ ਹੈ ਮਲਕੀ ਅੱਜ ਤੋਂ ਬਿਲੀਅਨ ਆਫ ਯੀਅਰਸ ਪਹਿਲਾਂ ਅੱਜ ਦੀ ਗੱਲ ਨਹੀਂ ਤੇ ਜੇ ਕੱਲ ਨੂੰ ਨੀਅਰ ਫਿਊਚਰ ਚ ਕਦੇ ਇਦਾਂ ਹੁੰਦਾ ਤੇ ਅੱਜ ਜੇ ਆਪਣੇ ਮਾਰਸ ਤੇ ਆਪਣੀ ਕੋਈ ਜਗ੍ਹਾ ਹੋਵੇ ਤਾਂ ਆਪਾਂ ਬੰਦਿਆਂ ਨੂੰ ਉਧਰ ਉਹ ਕਰ ਸਕਦੇ ਆ ਭੇਜ ਸਕਦੇ ਆ ਤੇ ਇੱਕ ਇੱਕ ਹੋਰ ਇੰਟਰਸਟਿੰਗ ਗੱਲ ਮੈਂ ਕੱਲ ਪਰਸੋਂ ਇੰਟਰਨੈਟ ਤੇ ਦੇਖੀ ਕਹਿੰਦੇ ਕਿ ਜਿੱਦ ਦਿਨ ਮਾਰਸ ਤੇ ਅੱਜ ਤੋਂ 100 ਜਾਂ 150 ਸਾਲ ਬਾਅਦ ਬੱਚਾ ਪੈਦਾ ਹੋ ਗਿਆ ਪਹਿਲਾਂ ਮਾਰਸ ਤੇ ਜਨਮ ਲਿਆ ਤੇ ਜਿਹੜਾ ਸਾਡੇ ਪਾਸਪੋਰਟ ਨੇ ਉਹਨਾਂ ਚ ਕੰਟਰੀ ਆਫ ਬਰਥ ਲਿਖਿਆ ਹੁੰਦਾ ਨਾ ਪਹਿਲਾਂ ਉਸ ਤੋਂ ਬਾਅਦ ਪਲੈਨਟ ਆਫ ਬਰਥ ਵੀ ਲਿਖਿਆ ਕਰਨਾ ਕੀ ਮਾਰਸ ਚ ਪੈਦਾ ਹੋਇਆ ਜਾਇੰਟ ਅਰਥ ਤੇ ਪੈਦਾ ਹੋਇਆ ਸੋ ਹੋਰ ਕਿੱਡੀ ਇੰਟਰਸਟਿੰਗ ਚੀਜ਼ ਹੋਊਗੀ ਨਾ ਕਿ ਆ ਮਾਰਸ ਤੇ ਪਹਿਲਾ ਬੰਦਾ ਪੈਦਾ ਹੋਇਆ ਅਚਾਨ ਫਰਤੀਓ ਯਾਰ ਅਮਰੀਕਾ ਦੇ ਵਿੱਚ ਪਤਾ ਤੈਨੂੰ ਉਹ ਫੈਮਿਲੀ ਜਿਹੜੀ ਇੰਡੀਅਨ ਫੈਮਿਲੀ ਮਾਰਤੀ ਵਿਚਾਰੀ ਚਾਰ ਜਿਹੜੇ ਮਾਰੇ ਫੈਮਿਲੀ ਤੇ ਉਹ ਬਹੁਤ ਬੁਰੀ ਚੀਜ਼ ਹੋਈ ਹੈ ਅਮਰੀਕਾ ਚ ਤੇ ਉਹ ਕਿਲਰ ਜਿਹੜਾ ਸੀ ਉਹ ਫੜਿਆ ਗਿਆ ਬਟ ਜਿਹੜੀ ਗੱਲ ਲੱਗਦੀ ਹੈ ਕਿ ਉਹ ਇਦਾਂ ਦਾ ਕੋਈ ਮਸਲਾ ਨਹੀਂ ਲੱਗਦਾ ਜਿੱਦਾਂ ਕਹਿੰਦੇ ਕਿ ਜਦਾਂ ਆਮ ਛਟਕਿਆਂ ਤੇ ਹੋ ਜਾਂਦਾ ਕਿਡਨੈਪਿੰਗ ਜਾਂ ਇਹ ਦੋ ਦ ਉਹ ਕੋਈ ਪਲਾਨਡ ਮਸਲਾ ਲੱਗਦਾ ਕਿਉਂਕਿ ਉਹ ਪిల్లా ਉਹਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਚੱਕਿਆ ਜਾਂਦਾ ਹੈ ਫੈਮਿਲੀ ਦੇ ਦੂਜੇ ਮੈਂਬਰ ਨੂੰ ਦੂਜੀ ਜਗ੍ਹਾ ਤੇ ਚੱਕਿਆ ਜਾਂਦਾ ਤੇ ਉਹ ਬਹੁਤ ਜ਼ਿਆਦਾ ਪਲਾਨਡ ਜਾਂ ਮਸਲਾ ਲੱਗਦਾ ਉਹਦੇ ਪਿੱਛੇ ਗੱਲ ਕੋਈ ਹੋਰ ਨਿਕਲੂਗੀ ਹਜੇ ਤੱਕ ਉਹ ਆਪਣਾ ਸਾਫ਼ ਨਹੀਂ ਹੋਇਆ ਕਿ ਕਿੱਦਾਂ ਹੋਇਆ ਬਟ ਉਹਨਾਂ ਨੇ ਜੋ ਕਿਲਰ ਸੀਗਾ ਮੇਨ ਜਸਟੀਸ ਸੀਟੀਵੀ ਜਿਹਦੀ ਫੁਟੇਜ ਆਈ ਸੀ ਉਹ ਉਹ ਫੜ ਲਿਆ ਆਲਰੀਡੀ ਮੈਂ ਨਾ ਟਿਕਟੋਕ ਤੇ ਕਿਸੇ ਬੰਦੇ ਦੀ ਵੀਡੀਓ ਵੇਖੀ ਦੱਸਦਾ ਬਈ ਅਸੀਂ ਪਿੱਛੇ ਕਾਰਨ ਕੀ ਹੈ ਉਹ ਕਿਤੇ ਇਹਨਾਂ ਦੀ ਹਰੇ ਕੰਪਨੀ ਸੀ ਇਹ ਜਿਹੜੇ ਇੰਡੀਅਨ ਸੀ ਨਾ ਇਹਨਾਂ ਦੀ ਕੰਪਨੀ ਸੀ ਹਰੇ ਤੇ ਉਹ ਪਹਿਲਾ ਸਾਲ ਪਹਿਲਾਂ ਨਾ ਇਹ ਕਿਤੇ ਕੰਮ ਮੰਗਣ ਆਇਆ ਸੀ ਤੇ ਇਹ ਉਹਨੇ ਸਿਰਫ ਇੱਕ ਦਿਨ ਹੀ ਕੰਮ ਕੀਤਾ ਮੈਕਸੀਕ ਜਿਹੜਾ ਗੋਰਾ ਸੀ ਮੈਕਸੀਕ ਮੈਕਸੀਕੋ ਦਾ ਹੀ ਨਾ ਗੋਰਾ ਹੈ ਮੈਨੂੰ ਮੈਨੂੰ ਐਗਜ਼ੈਕਟਲੀ ਯਾਦ ਨਹੀਂ ਪਤਾ ਨਹੀਂ ਭਾਈ ਐਗੈਟਲੀ ਬਲਕਿ ਮੈਨੇ ਸ਼ਕਲ ਦੇਖੀ ਆ ਹੋਤੇ ਤੇ ਉਹ ਹੈ ਸੀ ਕਹਿੰਦੇ ਨੇ ਵੀ ਸਾਲ ਪਹਿਲਾਂ ਦਾ ਜਾਣਦਾ ਸੀ ਉਹ ਕਿਤੇ ਕੰਮ ਮੰਗਣੇ ਰੇ ਨਾਲ ਕੋਲ ਆਇਆ ਮੈਨੂੰ ਗੱਲ ਤਾਂ ਕਲੀਅਰ ਪਤਾ ਨਹੀਂ ਹੈ ਵੈਸੇ ਮੈਂ ਇਦਾਂ ਹੀ ਹਲਕੀ ਜੀ ਗੱਲ ਸੁਣੀ ਕਿਸੇ ਮੁੰਡੇ ਦੇ ਕੋਲੋਂ ਨਾ ਟਿਕਟੋਕ ਤੇ ਦੱਸਦਾ ਪਿਆ ਕੋਈ ਮੁੰਡਾ ਵੀ ਉਹ ਪਹਿਲਾਂ ਹੀ ਇਹਨਾਂ ਨੂੰ ਜਾਣਦਾ ਸੀ ਜਾਨੀ ਕਿ ਉਹਦੇ ਦਿਲ 'ਚ ਖਾਰ ਸੀ ਉਹਨੇ ਇੱਕ ਦਿਨ ਹੀ ਕੰਮ ਕੀਤਾ ਜਿੱਥੇ ਇਹਨਾਂ ਦੀ ਕੋਈ ਟਰਾਂਸਪੋਰਟ ਕੰਪਨੀ ਹੋਏਗੀ ਤੇ ਕੰਮ ਮੰਗਣ ਆਇਆ ਉੱਥੇ ਕੰਮ ਇਹਨੇ ਕੀਤਾ ਇੱਕ ਦਿਨ ਹੀ ਤੇ ਕੱਢ ਦਿੱਤਾ ਜਾਂ ਇਹਨਾਂ ਨੂੰ ਪਸੰਦ ਨਹੀਂ ਆਇਆਗਾ ਤੇ ਉਹਨੇ ਖਾਰ ਰੱਖੀ ਪੇ ਮੈਨੂੰ ਕੰਮ ਤੋਂ ਕੱਟ ਛੜਿਆ ਜੇ ਉਹ ਨਹੀਂ ਰੱਖਦੇ ਨਾ ਬੰਦੇ ਤੇ ਉਹਨੇ ਬਦਲਾ ਲਿਆ ਇਦਾਂ ਮੈਂ ਇੱਕ ਮੁੰਡੇ ਦੇ ਮੂੰਹ ਚ ਸੁਣਿਆ ਹੁਣ ਪਤਾ ਨਹੀਂ ਰੱਬ ਜਾਣੇ ਸੱਚ ਹੈ ਝੂਠ ਹੈ ਪਰ ਉਹਨੇ ਇਦਾਂ ਕਰਕੇ ਸੁਣਾਈ ਤੇ ਇਹ ਮੀਡੀਆ ਸੀਨ ਹੈ ਕਿ ਤੇ ਰਹੀ ਗੱਲ ਇਦਾਂ ਕਿ ਜਦੋਂ ਉਧਰ ਦਾ ਮੀਡੀਆ ਇੰਨੀ ਸਤੀ ਰਿਲੀਜ਼ ਨਹੀਂ ਕਰਦਾ ਕਿ ਕੀ ਕੀ ਸਾਰੀ ਇਨਵੈਸਟੀਗੇਸ਼ਨ ਨਿਕਲਿਆ ਹੋਇਆ ਤੇ ਨਾ ਉਧਰ ਦਾ ਮੀਡੀਆ ਇਦਾਂ ਦਾ ਜਿੱਦਾਂ ਇੰਡੀਆ ਚ ਮੰਨ ਲਓ ਇਹੋ ਜਿਹੀ ਸੀਨ ਹੋਇਆ ਹੁੰਦਾ ਤਾਂ ਹਰ ਚੈਨਲ ਦੀ ਇੱਕ ਵੱਖਰੀ ਸਟੋਰੀ ਹੋਣੀ ਸੀ ਮੰਨ ਲਓ ਅੱਜ ਤੱਕ ਹਲੇ ਵੱਖਰੀ ਸਟੋਰੀ ਦੇ ਰਿਹਾ ਦੂਜੀ ਵੱਖਰੀ ਸਟੋਰੀ ਦੇ ਰਿਹਾ ਪਰ ਉੱਥੇ ਤਾਂ ਨਹੀਂ ਹੈਗਾ ਸੋ ਸਿੱਧਾ ਚੰਗੀ ਤਰ੍ਹਾਂ ਜਾਣਕਾਰੀ ਪੂਰੀ ਪਤਾ ਨਹੀਂ ਲੱਗੀ ਕਿ ਕੀ ਸੀਨ ਹੋਇਆ ਜੇਕਰ ਕਿਲਰ ਅਰੈਸਟ ਹੋਇਆ ਉਹ ਜੋ ਇਨਵੈਸਟੀਗੇਸ਼ਨ ਤੋਂ ਪਤਾ ਲੱਗੂ ਉਹ ਚੋਂ ਬਾਅਦ ਦੱਸਣਗੇ ਕੀ ਆ ਸੀਨ ਹੋਇਆ ਉਹ ਆ ਕੇ ਪ੍ਰੈਸ ਰਿਲੀਜ਼ ਦੇ ਦਿੰਦੇ ਹੁੰਦੇ ਨੇ ਬਾਅਦ ਵਿੱਚ ਉਹ ਹਜੇ ਦਿੱਤੀ ਨਹੀਂ ਉਹਨਾਂ ਨੇ ਚੰਗੀ ਤਰ੍ਹਾਂ ਹੂੰ ਹੂੰ ਤੇ ਦੂਸਰਾ ਆਪਣਾ ਨਾ ਜਿਹੜਾ ਮੁੰਡਾ ਆਪਣਾ ਇੰਡੀਅਨ ਸਟੋਰ ਚ ਨਹੀਂ ਸੀ ਮਾਰਿਆ ਜਿਹੜਾ ਮੁੰਡਾ ਇੰਡੀਅਨ ਆਪਣਾ ਸਟੋਰ ਚ ਨਹੀਂ ਸੀ ਮਾਰਿਆ ਪਿੱਛੇ ਜੇ ਕਾਲੇ ਇੱਕ ਨੇ ਸਟੋਰ ਦੇ ਵਿੱਚ ਮਾਰਿਆ ਹਣਾ ਉਹ ਮੁੰਡੇ ਨੂੰ ਵੀ ਫੜ ਲਿਆ ਵੇ ਤੇ ਉਹਦੇ ਤੇ ਵੀ ਲੱਗੇ ਨੇ ਚਾਰਜ ਨਾ ਤੇ ਪਤਾ ਨਹੀਂ ਹੋਣ ਤੇ ਜੱਜ ਨੇ ਅਜ ਤੱਕ ਪਤਾ ਨਹੀਂ ਜੱਜਮੈਂਟ ਕੋ ਸੁਣਾ ਦਿੱਤੀ ਕਿ ਨਹੀਂ ਇਹਰੇ ਕਿ ਨਹੀਂ ਹਜੇ ਨਹੀਂ ਸੁਣਾਈ ਪਰ ਕਈ ਕਹਿ ਰਹੇ ਨੇ ਕਿ ਸੈਂਟੈਂਸਡ ਫੋਰ ਆਪਣਾ ਜੋ ਕਹਿੰਦੇ ਆ ਹੈਂਗ ਟੂ ਡੈਥ ઓਨ ਟਿਕਟੋਕ ਤੇ ਪਾਜੀ ਹਰ ਬੰਦੇ ਦੀ ਆਪੋ ਆਪਣੇ ਪੁਆਇੰਟ ਜਿਹੜੇ ਹੁੰਦੇ ਰਹਿੰਦੇ ਨੇ ਹਜੇ ਤੱਕ ਨਹੀਂ ਉਸਤੇ ਮੈਨੂੰ ਲੱਗਦਾ ਕੋਈ ਵੀ ਕਾਰਵਾਈ ਮਤਲਬ ਕਿ ਉਹ ਜੇ ਇਦਾਂ ਨਹੀਂ ਨਾ ਕੰਮ ਕਰਦਾ ਕਿ ਜਦੋਂ ਅਰੈਸਟ ਕਰ ਲਿਆ ਪਰ ਵੈਸੇ ਮੈਂ ਵੇਖ ਮਠਾਜੇਪੁਰ ਕੋਰਟ ਡਿਸਾਈਡ ਕਰੂਗਾ ਨਾ ਕਿ ਕਿਦਾਂ ਕੀ ਕੀ ਉਹਨੂੰ ਫੈਸਲਾ ਕਰਨਾ ਅੱਤਵਾਤ ਆਪਾਂ ਜੀ ਇਹ ਬੱਜ ਜਾਂਦੇ ਨੇ ਇੱਥੇ ਆਪਣੀ ਜਿਹੜੇ ਚਲੋ ਆਪਣੀ ਕੰਟਰੀਆਂ ਦੀ ਇਹ ਮਤਲਬ ਕਿ ਇੱਕ ਵੀਕ ਪੁਆਇੰਟ ਵੀ ਹੈਗਾ ਆਪਣਾ ਇੰਡੀਆ ਚ ਤਾਂ ਚੱਕ ਕੇ ਪਹਿਲਾਂ ਪੜਾਈ ਫਿਰਦੇ ਨੇ ਪਰ ਅੱਤਵਾਤ ਅੱਥੇ ਬੱਜ ਜਾਂਦੇ ਨੇ ਮੈਂਟਲ ਸਥਿਤੀ ਕਹਿ ਕੇ ਕਿ ਮੈਂ ਮੈਂਟਲੀ ਠੀਕ ਨਹੀਂਗਾ ਜਾ ਮੇਰੇ ਮੈਂਟਲੀ ਹਾਂ ਮੈਂ ਡਿਸਟਰਬਡ ਹਾਂ ਇਹੋ ਜੀ ਗੱਲਾਂ ਕਰਕੇ ਅਤਵੱਤ ਬਾਜਾਂ ਦੇ ਨੇ ਫਿਰ ਕੋਰਟ ਵੀ ਉਹਨਾਂ ਨੂੰ ਹਸਪੀਟਲ ਸੁਪੇ ਦੇ ਦਿੰਦਾ ਹੈ ਇਹੋ ਜੀ ਸਜ਼ਾ ਦੇਣ ਨਾਲ ਨਹੀਂ ਨਹੀਂ ਇਹ ਨਾ ਜਿਹੜਾ ਨਾ ਇਹ ਬੜਾ ਮੈਟਰ ਸੀਰੀਅਸ ਹੈ ਇਹ ਕੋਈ ਇਹ ਆਮ ਗੱਲ ਨਹੀਂ ਐ ਇਹਨੂੰ ਕੋਈ ਅੰਗੋਲੀ ਕਰਨ ਵਾਲੀ ਗੱਲ ਨਹੀਂ ਐ ਮਨਾਜ ਮੁਲ ਖਣਾ ਪਿਆ ਬੜਾ ਖੱਟਾ ਨਹੀਂ 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 ਕਈ ਕਈ ਲੋਕੀ ਖੇਡ ਕਮੈਂਟ ਕਰਦੇ ਹੁੰਦੇ ਕਹਿੰਦੇ ਕਿ ਯਾਰ ਇਟਲੀ ਵਾਲਾ ਬਾਈ ਆਪਣਾ ਪੋਡਕਾਸਟ ਜੀ ਖਾਂਦਾ ਰਹਿੰਦਾ ਹੈ ਅਨਸੀਰੀਅਸ ਜਿਹਾ ਲੱਗਦਾ ਤੇ ਉਹਨੂੰ ਮੈਂ ਇਹ ਗੱਲ ਕਹਿਣਾ ਚਾਹੁੰਗਾ ਬਈ ਆਪਾਂ ਨੇਚਰਲ ਰੱਖਣ ਦੀ ਕੋਸ਼ਿਸ਼ ਕਰਦੇ ਆਂ ਜੇ ਆਪਾਂ ਉਧਰ ਬੈਠ ਕੇ ਸਿਆਣਿਆਂ ਉਹ ਗੱਲਾਂ ਕਰਨੀਆਂ ਨਾ ਤਾਂ ਫਿਰ ਕਿਸੇ ਨੇ ਸਾਡੀ ਸੁਣਨੀਆਂ ਵੀ ਨਹੀਂ ਫਿਰ ਲੋਕੀ ਕਿਸੇ ਕੋ ਗਿਆਨ ਲੈਣ ਨਹੀਂ ਬੈਠੇ ਉਹਨਾਂ ਨੇ ਕਹਿਣਾ ਐਵੇਂ ਦੋ ਵਿਦਵਾਨ ਬੈਠੇ ਹੋਏ ਗੱਲਾਂ ਕਰੀ ਜਾਂਦੇ ਆਪਾਂ ਰੱਖਦੇ ਜਿੱਦਾਂ ਯਾਰ ਦੋਸਤ ਆਪਸ ਚ ਟਾਕ ਕਰਦੇ ਆ ਤੇ ਉਹ ਆਪਾਂ ਨਿੱਡ ਤੇ ਪਾਰਿਆ ਉਦਾਂ ਰੱਖਦੇ ਆ ਗੱਲ ਨੂੰ ਕਦੇ ਚਲ ਛੱਡੋ ਇਹ ਪੋਡਕਾਸਟ ਦੀ ਗੱ ਅੱਛਾ ਮੈਂ ਪਤਾ ਕੀ ਕਰਦਾ ਬਈ ਗੱਲ ਭਲਾ ਕਿਹੜੀ ਗੱਲ ਕਰਦਾ ਬਈ ਸੀਰੀਅਸ ਮੈਟਰ ਆ ਤੁਸੀਂ ਕਹਿੰਦੇ ਮੈਟਰ ਬਹੁਤ ਸੀਰੀਅਸ ਹੈ ਇਦਾਂ ਦੀ ਮਾੜੀ ਮੋਟੀ ਗੱਲ ਨਹੀਂ ਹੈਗੀ ਜੋ ਹੋਇਆ ਆਹੋ ਇਹ ਮੈਟਰ ਨਾ ਜਿਹੜਾ ਇਹ ਬੜਾ ਸੀਰੀਅਸ ਹੈ ਜਿਹੜਾ ਸਾਡੇ ਨਾਲ ਹੋ ਰਿਹਾ ਹਰ ਪੰਜਾਬੀ ਨਾਲ ਹੈ ਨਾ ਕਦੀ ਕਿਤੇ ਵੇਖ ਲੈਂਦੇ ਸਾਨੂੰ ਮਾਰ ਦਿੰਦੇ ਕਦੀ ਕਿਤੇ ਤੇ ਸਾਡੀ ਕਮਿਊਨਿਟੀ ਕਮਿਊਨਿਟੀ ਨੂੰ ਚਾਹੀਦਾ ਇਕੱਠਾ ਹੋਣਾ ਜਦੋਂ ਵੀ ਕੋਈ ਗੱਲਬਾਤ ਇਦਾਂ ਦੀ ਹੋ ਜਾਈ ਨਾ ਜਿੱਥੇ ਵੀ ਗੱਲਬਾਤ ਹੋਈ ਇਕੱਠੇ ਹੋ ਜੋ ਪ੍ਰਸ਼ਾਸਨ ਨੂੰ ਬਾਹਮ ਪਾਓ ਕਿ ਸਾਡੇ ਹੱਕ ਇੱਥੇ ਰੱਖੋ ਪਰ ਇਹ ਯਾਰ ਸਾਡੇ ਇਕੱਠੇ ਨਹੀਂ ਹੁੰਦੇ ਹੁਣ ਇੱਕ ਮੁੰਡਾ ਮੈਂ ਟਿਕਟੋਕ ਤੇ ਵੇਖਿਆ ਕੁਨਾਲ ਖੀਵਾ ਮੁੰਡੇ ਦਾ ਨਾਮ ਹੈ ਨਾ ਉਹਨੇ ਵੀ ਹਸ਼ਟੈਗ ਕਿਹਾ ਚਲਾਓ ਤੇ ਮੈਂ ਵੀ ਪਾਇਆ ਸੀ ਟਵਿੱਟਰ ਤੇ ਤੇ ਤੁਸੀਂ ਵੀ ਟੈਗ ਕਰਿਆ ਕਰੋ ਕਿਹੜਾ ਕੋ ਸਾਡਾ ਆਪਣਾ ਮਸਲਾ ਆਵੇ ਅਸੀਂ ਵੀ ਅਣਗੋਲੇ ਕਰ ਸਕਦੇ ਆ ਕਹਿ ਸਕਦੇ ਸਾਨੂੰ ਕੀ ਪਰ ਨਹੀਂ ਇਹ ਕੱਲ ਨੂੰ ਕਿਸੇ ਨਾਲ ਹੋਈ ਸਾਡੇ ਨਾਲ ਵੀ ਹੋ ਸਕਦੀ ਅੱਜ ਕਿਸੇ ਨਾਲ ਹੋਈ ਕੱਲ ਨੂੰ ਸਾਡੇ ਨਾਲ ਵੀ ਹੋ ਸਕਦੀ ਪਰ ਉਹ ਤੁਹਾਡੇ ਨਾਲ ਵੀ ਹੋ ਸਕਦੀ ਏ ਇਸ ਕਰਕੇ ਪੀ ਜਦੋਂ ਵੀ ਕਿਸੇ ਨਾਲ ਮਾਰੀ ਇਦਾਂ ਦੀ ਘਟਨਾ ਹੁੰਦੀ ਕੋਈ ਵੀ ਹੋਵੇ ਉਹ ਤੂੰ ਸਾਥ ਦਿਆ ਕਰੋ ਤੇ ਹੈਸ਼ਟੈਗ ਚਲਾਓ ਟਵਿੱਟਰ ਤੇ ਫੋਲੋ ਕਰ ਦਿਓ ਜਿਹਨੇ ਨਹੀਂ ਕੀਤਾ ਤੁਸੀਂ ਉਹ ਤੇ ਹੈਸ਼ਟੈਗ ਚਲਾਓ ਟਵਿੱਟਰ ਤੇ ਬੜਾ ਐਕਟਿਵ ਰਹਿੰਦੇ ਨਾ ਤੁਸੀਂ ਵਾਦ ਤੂੰ ਤੁਸੀਂ ਟਵਿੱਟਰ ਤੇ ਬੜਾ ਐਕਟਿਵ ਰਹਿੰਦੇ ਨਾ ਨਹੀਂ ਯਾਰ ਆਵਾਜ਼ ਠਾਣੀ ਚਾਹੀਦੀ ਆਵਾਜ਼ ਠਾਣੀ ਚਾਹੀਦੀ ਹੈ ਕਿਉਂਕਿ ਇਹ 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 ਇਹੀ ਇੱਕ ਜ਼ਰੀਆ ਵੇ ਨਾ ਆਪਣੀ ਆਵਾਜ਼ ਪਛਾਣਨ ਦਾ ਉਦਾਂ ਭਾਵੇਂ ਵੀਡੀਓ ਤੁਸੀਂ ਬੜਾਈ ਜਾਓ ਜੋ ਮਰਜ਼ੀ ਕਰੀ ਜਾਓ ਕਿਸੇ ਦੇ ਕੰਨ ਤੇ ਕੋਈ ਜੂਨੀ ਸਰਕਾਰ ਦੀ ਜਦੋਂ ਤੁਸੀਂ ਟਵਿੱਟਰ ਤੇ ਟਵਿੱਟਰ ਦੀ ਤਾਕਤ ਵੜੀ ਨਾ ਜਦੋਂ ਅਫੀਸ਼ੀਅਲ ਲੋਕ ਜਾ ਕੇ ਟਵਿੱਟਰ ਯੂਜ਼ ਕਰਦੇ ਨੇ ਜ਼ਿਆਦਾ ਜੋ ਸਰਕਾਰਾਂ ਦੇ ਬੰਦੇ ਜਾਂ ਅਫੀਸ਼ੀਅਲ ਜੋ ਹੁੰਦਾ 인ਸਟਾਗ੍ਰਾਮ ਟਿਕਟੋਕ ਜਾਂ ਜੋ ਵੀ ਸਨੈਪਚੈਟਸ ਸਨਪਚਟ ਉਹहां ਉਹ ਪ੍ਰੋਮੋਸ਼ਨ ਲਈ ਜ਼ਰੂਰ ਯੂਜ਼ ਕਰਦੇ ਨੇ ਪਰ ਜ਼ਿਆਦਾਕਰ ਉਹ ਕੰਮ ਜਿਹੜਾ ਅਫੀਸ਼ੀਅਲ ਕੰਮ ਹੁੰਦਾ ਸਭ ਤੋਂ ਪਹਿਲਾਂ ਸਟੇਟਮੈਂਟ ਉਹ ਟਵਿੱਟਰ ਤੇ ਦਿੰਦੇ ਨੇ ਆ ਕੇ ਭਾਵੇਂ ਅਮਰੀਕਾ ਦਾ ਪ੍ਰੈਜ਼ੀਡੈਂਟ ਹੋਵੇ ਭਾਵੇਂ ਯੂਕਰੇਨ ਦਾ ਹੋਵੇ ਭਾਵੇਂ ਇੰਡੀਆ ਦਾ ਹੋਵੇ ਤੇ ਭਾਵੇਂ ਕਿਸੇ ਵੀ ਛੋਟੀ ਮੋਟੀ ਕੰਟਰੀ ਦਾ ਹੋਵੇ ਸਭ ਤੋਂ ਪਹਿਲਾਂ ਉਹ ਟਵਿੱਟਰ ਤੇ ਆ ਕੇ ਦੱਸ ਦਿੰਦੇ ਨੇ ਕਿ ਆਹ ਚੀ ਤੁਹਾਨੂੰ ਆਉਣਾ ਚਾਹੀਦਾ ਟਵਿੱਟਰ ਤੇ ਨਾਲੇ ਜਿਹੜੇ ਨਾ ਲੋਕੀ ਜਿਹੜੇ ਹਾਂ ਜਿਹੜੇ ਲੋਕੀ ਨਾ ਗੋਰੇ ਵੀ ਜਾਂ ਜਿਹੜੇ ਬਾਹਰ ਦੇ ਲੋਕ ਨੇ ਜਿਹੜੇ ਪੜ੍ਹੇ ਲਿਖੇ ਸੂਝਵਾਨ ਜਿਹਨਾਂ ਨੂੰ ਪਤਾ ਨਹੀਂ ਦੁਨੀਆ ਦਾ ਜਿਹੜੇ ਪ੍ਰੈਸ ਵਾਲੇ ਨੇ ਕੋਈ ਵੀ ਯਾਰ ਜਿਨ੍ਹਾਂ ਨੇ ਵੇਖ ਨਹੀਂ ਹੁੰਦਾ ਲੋਕਾਂ ਦੇ ਬਾਹਰ ਦੇ ਲੋਕਾਂ ਨੂੰ ਪਤਾ ਇਹ ਨਹੀਂ ਜਦੋਂ ਵੀ ਕੋਈ ਬਾਹਰ ਮਸਲਾ ਹੋ ਜੀ ਨਾ ਕਿਸੇ ਗੋਰੇ ਨਾਲ ਮੈ ਇਟਲੀ ਦੀ ਗੱਲ ਦੱਸਾਂ ਇਹ ਨਹੀਂ ਕਦੀ ਵੀ ਇਟਲੀ ਨਾਲ ਮੰਨ ਲਓ ਕੋਈ ਦੁਕਾਨਾ ਲੈ ਅਸੀਂ ਉਹ ਤੇ ਨਾਲ ਕੋਈ ਵਾਦਾ ਘਾਟਾ ਕਰਦੀ ਹੈ ਨਾ ਲੜਾਈ ਕਰਦੀ ਤੇ ਉਹਨੂੰ ਧਮਕੀ ਦੇਈ ਹੈ ਨਾ ਵੀ ਹੈਸ਼ਟੈਗ ਚਲਾ ਦਿੰਨਾ ਜੇ ਕਰਨਾ ਉਹ ਬੜੇ ਡਰਦੇ ਨੇ ਕਿਉਂਕਿ ਇਹਦੇ ਨਾਲ ਦੇਸ਼ ਦੀ ਇਮੇਜ ਬੜੀ ਬੜਾ ਫਰਕ ਪੈਂਦਾ ਕਿਉਂਕਿ ਜਦੋਂ ਹੈਸ਼ਟੈਗ ਚਲਾ ਦਿੰਨਾ ਨਾ ਤੁਸੀਂ ਤੇ ਕਿਸੇ ਬੰਦੇ ਨੇ ਐਂਟਰ ਹੋਣਾ ਨਾ ਉਹ ਜੇ ਉਹਨੂੰ ਪਹਿਲੇ ਨੰਬਰ ਤੇ ਤੋਂ ਹੈਸ਼ਟੈਗ ਦਿਸਿਆ ਨਾ ਉਹਨੇ ਕਲਿੱਕ ਕਰਨਾ ਉਹਨੇ ਵੇਖਣਾ ਹੈ ਜਦ ਇਹਨਾਂ ਦੇ ਦੇਸ਼ ਚਾਹ ਹੋ ਰਿਹਾ ਅਸ਼ਾਅ ਆਵਦੀ ਕਿਉਂ ਹੋ ਰਹੀਆਂ ਨਾਲ ਅਸ਼ਾਅ ਹੋਇਆ ਇਹਨਾਂ ਦਾ ਫਿਰ ਪਤਾ ਲੱਗਦਾ ਜਾਗਰੂਕ ਆਂਦੀ ਤੇ ਫਿਰ ਜਿਹੜੇ ਤਾਂ ਹੀ ਇਹ ਮਨਿਸਟਰ ਕਾਰਵਾਈਆਂ ਕਰਦੇ ਨੇ ਨਾ ਜਦੋਂ ਕੋਈ ਟ੍ਰੈਂਡਿੰਗ ਫਿਰ ਪਤਾ ਸਰਕਾਰ ਚਲਦੀ ਫਿਰ ਸਰਕਾਰ ਬਹੁਤ ਤੇਜ਼ੀ ਨਾਲ ਕੰਮ ਕਰਦੀ ਜੀ ਤੁਨਾ ਕੋਈ ਟ੍ਰੈਂਡਿੰਗ ਚ ਜਾਵੇ ਖਬਰ ਕਿਉਂਕਿ ਉੱਤੇ ਦੇਸ਼ ਦੀ ਇਮੇਜ ਦਾ ਬਹੁਤ ਅਸਰ ਪੈਂਦਾ ਸਰਕਾਰਾਂ ਨੂੰ ਲੱਗਦਾ ਸਾਡੀ ਨਾ ਇਮੇਜ ਗਲਤ ਨਾ ਚੱਲ ਜੇ ਇਹ ਨਾ ਲੱਗੇ ਵੀ ਇੱਥੇ ਇਨਸਾਫ ਨਹੀਂ ਮਿਲ ਰਿਹਾ ਫਿਰ ਉਹ ਕੇਸ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਦੇ ਨੇ ਇਸੇ ਕਰਕੇ ਕਹਿੰਦੇ ਹੋਣੇ ਵੀ ਜਲਦੀ ਤੋਂ ਜਲਦੀ ਹੈਸ਼ਟੈਗ ਪਾਇਆ ਕਰੋ ਤਾਂ ਹੀ ਕਹਿੰਦੇ ਸਿੱਧੂ ਮੂਸੇਵਾਲੇ ਦਾ ਹੈਸ਼ਟੈਗ ਪਾਓ ਜਿਹੜਾ ਬਾਕੀ ਇਹਨਾਂ ਨੂੰ ਪਤਾ ਲੱਗੇ ਜਦੋਂ ਹੈਸ਼ਟੈਗ ਉੱਪਰ ਸੜਾਏਗਾ ਨਾ ਤੇ ਮੋਦੀ ਹੋਰਾਂ ਨੇ ਵੀ ਸੋਚਣਾ ਯਾਰ ਸਾਡੇ ਦੇਸ਼ ਦੀ ਬਦਨਾਮੀ ਨਾ ਹੋਵੇ ਲੋਕੀ ਵੀ ਕਹੇ ਨਵੀ ਆ ਕਹਦਾ ਹੈਸ਼ਟੈਗ ਚਲਾਉਂਦੇ ਪੇ ਫਿਰਦੇ ਨੇ ਯਾਰ ਮੁੰਡੇ ਲੋਕੀ ਕਹਦਾ ਹੈਸ਼ਟੈਗ ਚਲਾਉਂਦੇ ਪੇ ਖੋਲ ਕੇ ਤੇ ਵੇਖੀ ਜਿਹਨੂੰ ਵੇਖਣਗੇ ਨਾ ਮੈਂ ਚਮੋਦੀ ਨੂੰ ਟੈਗ ਹੋਇਆ ਹੈ ਭਾਰਤ ਸਰਕਾਰ ਨੂੰ ਟੈਗ ਹੋਇਆ ਹੈ ਯਾਰ ਤੁਹਾਡੇ ਦੇਸ਼ ਚ ਇਦਾਂ ਸਿੰਗਰਾਂ ਨੂੰ ਮਾਰ ਦਿੰਦੇ ਨੇ ਫਿਰ ਇਵੇਂ ਜਿੱਦਾਂ ਫਰਕ ਪੈਂਦਾ ਨਾ ਤਾਂ ਸਰਕਾਰਾਂ ਕੰਮਕ ਤਾਂ ਹੀ ਕਹਿੰਦੇ ਨੇ ਟਵਿੱਟਰ ਤੇ ਆਓ ਕੋਈ ਵੀ ਹੈ ਟਵਿੱਟਰ ਤੇ ਕਰੋ ਇਹਦਾ ਫਰਕ ਪੈਂਦਾ ਭਾਜੀ ਜਦੋਂ ਮੈਂ ਇੱਕ ਗੱਲ ਦੇਖਦਾ ਹਾਂ ਨਾ ਕਿ ਚਲੋ ਆਪਣੇ ਬਾਲੀਵੁੱਡ ਵਾਲੇ ਜਿੰਨੇ ਵੀ ਹੈਗੇ ਨੇ ਜਿੰਦੇ ਵੀ ਜਦੋਂ ਪਿੱਛੇ ਜੇ ਬਲੈਕ ਲਾਈ ਮੈਟਰ ਹੋਇਆ ਸੀ ਜਦੋਂ ਅਮਰੀਕਾ ਚ ਉਹ ਕਾਲੇ ਨੂੰ ਤੇ ਸਾਰਿਆਂ ਨੇ ਚੱਕ ਚੱਕ ਕੇ ਟਵੀਟ ਪਾਏ ਬਲੈਕ ਲਾਈਫਸ ਮੈਟਰ ਬਲੈਕ ਲਾਈਫ ਮੈਟਰ ਤੇ ਆਪਣੇ ਬੰਦਿਆਂ ਲਈ ਇਹਨੇ ਕੋ ਪਿੰਦਾ ਨਹੀਂ ਕਿਸੇ ਕੋਲ ਵੀ ਆਪਣੇ ਇੰਡੀਅਨ ਹੀ ਨੇ ਚਲੋ ਮੰਨ ਲਓ ਪੰਜਾਬੀ ਆ ਜਾਂ ਗੁਜਰਾਤੀ ਆ ਜਾਂ ਕੋਈ ਵੀ ਧਰਮ ਕੋਈ ਵੀ ਆਪਣਾ ਹੈਗਾ ਆਪਣੇ ਇੰਡੀਆ ਚ ਗੁਜਰਾਤੀ ਪੰਜਾਬੀ ਜੋਨੇ ਵੀ ਨੇ ਭਾਵੇਂ ਉਹ ਬੰਦਾ ਬਿਹਾਰ ਦਾ ਹੈ ਭਾਵੇਂ ਹੈਗਾ ਤਾਂ ਇੰਡੀਅਨ ਹੀ ਹੈ ਤੇ ਉਹਨਾਂ ਲਈ ਕਦੇ ਟਵੀਟ ਨਹੀਂ ਪਿੰਦਾ ਇਹਨਾਂ ਕੋਲ ਉਹਨਾਂ ਕੋਲ ਕਦੇ ਹੀ ਨਹੀਂ ਕਿਸ ਨੇ ਕਿਹਾ ਕਿ ਸਿਕਸ ਲਾਈਫ ਮੈਟਰ ਯਾਰ ਆਹ ਲਾਈਫਸ ਮੈਟਰ ਸਾਰਿਆਂ ਦੀ ਜ਼ਿੰਦਗੀ ਮੈਟਰ ਕਰਦੀ ਹੈ ਇਥੇ ਇਹ ਨਹੀਂ ਕਿ ਕਿਸੇ ਇੱਕ ਧਰਮ ਦੀ ਜਾਂ ਕਿਸੇ ਇੱਕ ਰਿਲੀਜੀਅਨ ਦੀ ਜਾਂ ਕਿਸੇ ਇੱਕ ਜੋ ਨਾ ਕਹਿੰਦੇ ਕਿ origin ਦੇ ਬੰਦੇ ਦੀ ਮੈਟਰ ਕਰਦੀ ਹੈ ਹਰ ਇੱਕ ਦੀ ਮੈਟਰ ਕਰਦੀ ਹੈ ਲਾਈਫ ਤੇ ਜਿਹੜੇ ਹਸਾਬ ਨਾਲ ਉਹ ਵਿਚਾਰੀ ਬੱਚੀ ਦਾ ਕੀ ਕਸੂਰ ਸੀ ਯਾਰ ਉਹ ਜਿਹੜੀ ਬੱਚੀ ਦਾ ਕੀ ਕਸੂਰ ਸੀ ਉਹ ਤਾਂ ਕਹਿੰਦੇ ਮੈਂ ਇੱਕ ਭੁੱਖਣ ਵਾਲੀ ਮਰ ਗਈ ਕਹਿੰਦੇ ਉਹਦਾ ਭੁੱਖਣ ਵਾਲੀ ਮਰ ਗਈ ਆਹੋ ਬਿਲਕੁਲ 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 ਪਤਾ ਨਹੀਂ ਲੋਕੀ ਇੱਦਾਂ ਸਹੀ ਕਿ ਸੁਣਿਆ ਤੂੰ ਕਹਿੰਦੇ ਉਹਨੂੰ ਤਿੰਨਾਂ ਜਣਿਆਂ ਨੂੰ ਮਾਰਕ ਨਾ ਇਹ ਜਿਹੜਾ ਮੈਕਸੀਕਨ ਗੋਰਾ ਸੀ ਇਹਨੇ ਤਿੰਨਾਂ ਨੂੰ ਮਾਰਕ ਹੀ ਨਾ ਤੇ ਸਾਟ ਦਿੱਤਾ ਖਿਤਾ ਚ ਤੇ ਕੁੜੀ ਜਿੰਦੀ ਸੀ ਤੇ ਉਹਨੂੰ ਵੀ ਸਾੜ ਦਿੱਤਾ ਤੇ ਕੁੜੀ ਵਿਚਾਰੀ ਬਿਲਕ ਬਿਲਕ ਕੇ ਉਹੋ ਯਾਰ ਕਿੰਨੀ ਫ੍ਰੈਸ਼ੀ ਭੈਣ ਚੋਰੀ ਯਾਰ ਗਾਲ ਨਹੀਂ ਬਾਈ ਗਾਲ ਨਹੀਂ ਇੱਥੇ ਤਾਂ ਜੇ ਬੰਦਾ ਉਹ ਨਾ ਜਿਦਾਂ ਇੱਕ ਮਲਕੀ ਛੱਡੋ ਯਾਰ ਮੈਂ ਗਾਲ ਹੀ ਨਹੀਂ ਕਰਨੀ ਮਲਕੀ ਉਹ ਦੇਖ ਕੇ ਹੋਰ ਸੋਚ ਸੋਚ ਕੇ ਹੋਰ ਤਰ੍ਹਾਂ ਹੋ ਜਾਂਦਾ ਮਨ ਨੂੰ ਕਿ ਯਾਰ ਕੋਈ ਇਦਾਂ ਦਾ ਵੀ ਕਿਦਾਂ ਹੋ ਸਕਦਾ ਹੈ ਕਿ ਉਹ 6 ਸਾਲ ਦੀ ਬੱਚੀ ਦਾ ਚਲ ਉਹਦੇ ਤੇਰੇ ਉਹਦੇ ਬਾਪੂ ਨਾਲ ਤੇਰਾ ਚੱਕਰ ਸੀ ਜਾਂ ਕਿਸੇ ਨਾਲ ਚੱਕਰ ਸੀ ਉਹ 6 ਸਾਲ ਦੀ ਬੱਚੀ ਦਾ ਕੀ ਕਸੂਰ ਸੀ ਉਹਦੇ ਚ ਹਣਾਂ ਜਾ ਉਹਨੇ ਤਾਂ ਜੀਵਨ ਜਿੰਦਗੀ ਵੀ ਨਹੀਂ ਦੇਖੀ ਉਹਨੇ ਤਾਂ ਉਹਨੂੰ ਤਾਂ ਮਿਲਦਾ ਕੁਝ ਅਜੀਬ ਨਹੀਂ ਪਤਾ ਹੋਣਾ ਕਿ ਮੇਰੇ ਬਾਪੂ ਦੇ ਮੇਰੇ ਬਾਪੂ ਦਾ ਕਾਰੋਬਾਰ ਕੀ ਹੈ ਜਾਂ ਮੇਰੇ ਬਾਪੂ ਕਿੱਦਾਂ ਦਾ ਉਹਨੂੰ ਤਾਂ ਕੁਝ ਵੀ ਨਹੀਂ ਪਤਾ ਹੋਣਾ ਯਾਰ ਤੇ ਉਹਦੀ ਤਾਂ ਕੀ ਕਸੂਰ ਸੀ ਤੇ ਨਹੀਂ ਨਹੀਂ ਆਹ ਗੱਲ ਗਲਤ ਹੈ ਕਸੂਰ ਤਾਂ ਕੋਈ ਨਹੀਂ ਐਸੇ ਕਰਕੇ ਟਵਿੱਟਰ ਤੇ ਨਾ ਹੈਸ਼ਟੈਗ ਪੰਜਾਬੀ ਲਾਈਵਸ ਮੈਟਰ ਹੈਸ਼ਟੈਗ ਚਲਾਓ ਹੈਸ਼ਟੈਗ ਪੰਜਾਬੀ ਲਾਈਵਸ ਮੈਟਰ ਤੇ ਫਰੈਸ਼ੀ ਤੈਨੂੰ ਪਤਾ ਚੰਨ ਤੇ ਬੰਦੇ ਚੱਲੇ ਨੇ ਚੰਨ ਤੇ ਚੰਨ ਤੇ ਬੰਦੇ ਚੱਲੇ ਨੇ ਉਹ ਤਾਂ ਜਿਹੜੇ ਪਹਿਲਾਂ ਗਏ ਨੇ ਨਾ ਵੈਸੇ ਅਪੋਲੋ 11 ਚ ਉਹ ਨਹੀਂ ਕੋਈ ਮੰਨਦਾ ਹਜੇ ਤੱਕ ਕਿ ਉਹ ਗਏ ਵੀ ਸੀ ਕਿ ਨਹੀਂ ਮੰਨਦੇ ਉਹ ਨਹੀਂ ਮੰਨਦਾ ਉਹਨਾਂ ਤਰ੍ਹਾਂ ਉਹਨੂੰ ਲੈ ਕੇ ਬੜੇ ਕੰਟਰੋਵਰਸੀਆਂ ਚੱਲਦੀਆਂ ਨੇ ਪਰ 2024 ਚ ਨਾ ਇੱਕ ਜਨਾਨੀ ਚੱਲੀ 2024 ਚ ਇੱਕ ਨਾਸਾ ਨੇ ਨਾ ਮਿਸ਼ਨ ਤਿਆਰ ਕੀਤਾ ਹਾਂ ਕੱਲ ਹੀ ਮੈਂ ਦਰੂਵਰ ਰਾਠੀ ਦੀ ਨਾ ਵੀਡੀਓ ਵੇਖੀ ਏ ਤੇ ਉਹਦੇ ਵਿੱਚ ਉਹਨੇ ਦੱਸਿਆ ਇੱਕ ਨਾ ਨਾਸਾ ਨੇ ਮਿਸ਼ਨ ਸ਼ੁਰੂ ਕੀਤਾ ਵੇ ਉਹ ਮਿਸ਼ਨ ਦਾ ਨਾਮ ਹੈ ਆਰ ਮੈਂ ਟਾਲੀਅਨ ਜ ਮੇਰੀ ਮਿਕਸ ਜੀ ਹੋਈ ਨਹੀਂ ਆਟੇ ਮੀਸ ਕੀ ਅੰਗਰੇਜ਼ੀ ਚਿੱਤੇ ਕਹਿੰਦੇ ਯਾਰ ਆਟੇ ਮੀਸ ਚਲੋ ਆਰਤੇ ਮੀਸ ਹਾਂ ਇਹਦਾ ਨਾਮ ਏ ਆਹੋ ਆਰਤੇ ਮੀਸ ਉਹਦਾ ਨਾਮ ਆਟੇ ਮੀਸ ਤੇ ਉਹਨਾਂ ਨੇ ਜਨਾਨੀ ਭੇਜਣੀ 2024 ਜਨਾ ਪਹਿਲਾ ਇੱਕ ਜਨਾਨੀ ਜਾਣੀ ਏ ਤੇ ਉਸ ਤੋਂ ਫਿਰ ਬੰਦਾ ਜਨਾਨੀ ਭੇਜਣਗੇ ਤੇ ਜਾਨੀ ਕਿ ਹੁਣ ਨਾ ਬੰਦੇ ਕਿਉਂਕਿ ਬੜੇ ਲੋਕ ਕਹਿੰਦੇ ਮੇਰੇ ਵੀ ਦਿਮਾਗ 'ਚ ਸਵਾਲ ਆਉਂਦਾ ਸੀ ਮੈਂ ਕਿਹਾ ਯਾਰ 1970 'ਚ ਕਿੱਥੇ ਭੇਜੇ ਹਨ ਇਹਨਾਂ ਨੇ ਕਿਦੋਂ ਭੇਜੇ ਇਹ ਬੰਦਾ ਚੰਨ ਤੇ 1970 ਦੇ ਲਾਗੇ ਸ਼ਾਕੇ ਭੇਜਿਆ ਸੀ ਹਨਾ 9069 ਚ ਆਹੋ ਆ ਉਦੋਂ ਦਾ ਭੇਜਿਆ ਤੇ ਹੁਣ ਕਿੰਨੇ ਸਾਲ ਹੋ ਗਏ ਨੇ 50 60 ਸਾਲ ਹੋ ਗਏ ਨੇ ਤੇ ਹੁਣ ਤੇ ਕਿੰਨੀ ਟੈਕਨੋਲੋਜੀ ਹੋ ਗਈ ਡਿਵੈਲਪ ਤੇ ਉਦੋਂ ਤੇ ਟੈਕਨੋਲੋਜੀ ਵੀ ਨਹੀਂ ਸੀ ਐਨੀ ਹਨਾ ਜਦੋਂ ਬੰਦੇ ਗਏ ਇਸ ਚੰਨ ਤੇ ਤੇ ਮੇਰੇ ਵੀ ਮਨ 'ਚ ਸਵਾਲ ਆਂਦੇ ਹੁੰਦਾ ਸੀ ਵੀ ਹੁਣ ਕਿਉਂ ਨਹੀਂ ਭੇਜਦੇ ਤੇ ਇਹ ਤਾਂ 2017 ਦਾ ਇਹਨਾਂ ਨੇ ਨਾ ਸ਼ੁਰੂ ਕਰ ਛੱਡਿਆ ਵੇ ਜੋ ਵੀ ਬਣਾ ਰਹੇ ਨੇ ਰੋਕਟ ਸ਼ੌਕਟ ਜੇ ਵੋ ਲਲੇ ਪੱਬੇ ਇਹਦੇ ਵੀ ਮੰਗਲ ਕਰਿਆ ਤੇ ਬਾਅਦ ਚ ਜਾਵਾਂਗੇ ਪਹਿਲਾਂ ਚੰਨ ਤੇ ਚਲੀਏ ਤੇ ਇਹਨਾਂ ਨੇ ਜਾਣਾ ਪਹਿਲਾਂ ਕਿ ਜਨਾਨੀ ਭੇਜਣੀ ਹੈ ਠੀਕ ਹੈ ਤੇ ਫਿਰ ਕ ਸ਼ੁਰੂ ਹੋਵੇਗਾ ਹੌਲੀ ਹੌਲੀ ਤੇ ਮਜੇ ਆ ਬਾਕੀ ਕੋਈ ਉਹ ਗੱਲ ਹੈ ਨਾ ਤੈਨੂੰ ਐਕਸਾਈਟਮੈਂਟ ਹੈ ਵੇ ਪ੍ਰਿਥਵੀ ਨੂੰ ਪ੍ਰਿਥਵੀ ਨੂੰ ਵੇਖਣ ਦੀ ਚੰਨ ਤੇ ਖਲੋ ਕੇ ਇਧਰ ਧਰਤੀ ਵੱਲ ਸਭ ਕੁਝ ਲੈ ਲਓ ਬਸ ਉਹ ਦ੍ਰਿਸ਼ ਦਿਖਾ ਦਿਓ ਹੈਨਾ ਤੇ ਦੇਖਿਆ ਜਾ ਆਪਾਂ ਮੰਨਦਾ ਕਿ ਆਪਾਂ ਹੁਣ ਉੱਥੇ ਬੈਠ ਚਲੋ ਕਈ ਜਿਹੜੇ ਬੰਦੇ ਕਹਿੰਦੇ ਕਿ ਪਿਲੀ ਵਾਰ ਹਨਾ ਚੰਤੇ ਗਏ ਸੀਗਾ ਅਪੋਲੋ 11 ਚ ਉਹਨਾਂ ਲਈ ਕਿੱਡੀ ਵੱਡੀ ਫੀਲਿੰਗ ਹੋਊਗੀ ਮੈਂ ਸੋਚਦਾ ਸੀ ਅਜੇ ਖਾਤੀ ਮੈਂ ਵੀਡੀਓ ਦੇਖ ਰਿਆ ਸੀ ਮੈਂ ਸੋਚਦਾ ਯਾਰ ਉਹਨਾਂ ਦੀ ਕਿੱਡੀ ਵੱਡੀ ਫੀਲਿੰਗ ਹੋਊਗੀ ਨਾ ਕਿ ਆਪਾਂ ਜਿੰਨੂੰ ਦੂਰ ਦੇਖਦੇ ਸੀ ਅਜਾ ਉੱਥੇ ਖਲੋਤਿਆਂ ਤੇ ਉਹ ਸਾਡੀ ਧਰਤੀ ਹੈ ਉਹਨਾਂ ਦੇ ਮਨ ਚ ਇਹ ਵੀ ਡਰ ਹੋਣਾ ਹੈ ਕਿ ਸ਼ਾਇਦ ਆਪਾਂ ਸੇਫਲੀ ਵਾਪਸ ਨਾ ਪਹੁੰਚ ਸਕੀਏ ਹਨਾ ਕਿ ਜਿੱਥੇ ਆ ਗਏ ਕਿਉਂਕਿ ਮੈਂ ਰੱਤੀ ਉਹ ਦਰੂਦੀ ਵੀਡੀਓ ਦੇਖੀ ਸੀ ਕਹਿੰਦੇ ਕਿ ਉਹਨਾਂ ਨੇ ਨਾ ਦੋ ਸਪੀਚਾਂ ਤਿਆਰ ਕੀਤੀਆਂ ਉਹਦੇ ਵਾਸਤੇ ਵੀ ਸਪੀਚ ਸੀਗੀ ਕਿ ਅਰੇਸਟ ਇਨ ਪੀਸ ਉੱਥੇ ਮੂਨ ਤੇ ਹੋ ਗਏ ਨੇ ਤੇ ਜੇ ਵਾਪਸ ਆ ਗਏ ਤੇ ਉਹਦੇ ਵਾਸਤੇ ਵੱਖਰੀ ਸਪੀਚ ਸੀਗੀ ਤੇ ਉਹ ਕਿੱਡੀ ਵੱਡੀ ਚੀਜ਼ ਆ ਯਾਰ ਕਿ ਬੰਦਾ ਚੰਦਰਮਾ ਤੇ ਬੈਠਾ ਤੇ ਦੇਖ ਰਿਹਾ ਧਰਤੀ ਨੂੰ ਤੇ 21 ਘੰਟੇ ਰਹਿ ਨੇ ਸ਼ਾਇਦ ਉੱਥੇ 21 ਘੰਟੇ ਤੇ ਆਪਾਂ ਜਿੱਦਾਂ ਕਿਹਦੇ ਨਾ ਕਿ ਏਲੀਅਨਸ ਸੱਚੀ ਦੁਨੀਆ ਤੇ ਹੈਗੇ ਨੇ ਤੇ ਤੁਸੀਂ ਆਪ ਉਸ ਚੀਜ਼ ਨੂੰ ਲਾਓ ਕਿ ਜਦੋਂ ਚੰਦਰਮਾ ਤੇ ਗਏ ਵੀ ਨੇ ਤੇ ਇੱਕ ਪਲੇਟ ਛੱਡ ਕੇ ਆਏ ਸੀ ਉਹਦੇ ਤੇ ਲਿਖਿਆ ਹੈ ਕਿ ਅਸੀਂ ਮੈਨ ਕਾਈਂਡ ਦੀ ਪੀਸਫੁਲ ਟ੍ਰੀਟੀ ਲੈ ਕੇ ਇੱਥੇ ਪਹੁੰਚੇ ਆਂ ਕਿ ਇਹ ਜੇ ਕੱਲ ਨੂੰ ਕਿਸੇ ਨੂੰ ਪਲੇਟ ਦਿਖੇ ਤਾਂ ਇਹ ਨਹੀਂ ਕਿ ਆਪਾਂ ਮੂਨ ਤੇ ਕਬਜ਼ਾ ਕਰਨ ਆਏ ਆ ਇਹ ਮੂਨ ਤੇ ਸਿਰਫ ਆਪਾਂ ਪੀਸਫੁਲੀ ਰਿਸਰਚ ਕਰਨ ਆਏ ਆ ਉਹਨਾਂ ਨੇ ਇਹ ਲਿਖ ਕੇ ਤੇ ਉਹ ਪਤਾ ਨਹੀਂ ਪਈ ਵਰਲਡ ਦੇ ਕਿੰਨੇ 11 ਜਾਂ 12 ਵੱਡੇ ਵੱਡੇ ਲੀਡਰਸ ਉਹਨਾਂ ਦੀ ਵਿੱਚ ਰਿਕਾਰਡਡ ਟੇਪ ਪਈ ਸੀ ਜਿਹੜੇ ਮੇਨ ਮੀ ਲੀਡਰਸ ਸੀ ਉਸ ਟਾਈਮ ਉਹ ਬੋਲ ਕੇ ਕਿ ਹਾਂ ਆਪ ਪੀਸਫੁਲੀ ਇੱਥੇ ਆਏ ਆ ਪਤਾ ਨਹੀਂ ਹੁਣ ਏਲੀਅਨਸ ਕਿਹੜੀ ਲੈਂਗੁਏਜ ਬੋਲਦੇ ਹੋਣਗੇ ਵਿਚਾਰੇ ਜਿਹੜੇ ਪਹੁੰਚਣਗੇ ਉੱਥੇ ਘਰੇ ਤੇ ਉਹ ਚੀਜ਼ ਵੀ ਉਹਨਾਂ ਨੇ ਲਿਖ ਕੇ ਭਜੀ ਸੀ ਸੋ ਉਹਨਾਂ ਨੂੰ ਵੀ ਵਿਚੇਸ਼ ਕਰਕੇ ਪਤਾ ਹੈ ਕਿ ਸ਼ਾਇਦ ਸਾਡੇ ਤੋਂ ਬੜਾ ਵੀ ਕੋਈ ਹੋਰ ਸੱਭੇਤਾ ਦੁਨੀਆ ਤੇ ਹੈਗੀ ਹੈ ਤੇ ਜਿਹੜੀ ਸ਼ਾਇਦ ਅੱਜ ਤੱਕ ਪਹੁੰਚ ਸਕਦੀ ਹੋਵੇ ਤੇ ਆਲਰੇਡੀ ਪਹੁੰਚੀ ਵੀ ਹੋਵੇ ਤੇ ਉਹ ਤਾਂ ਬਹੁਤ ਵੱਡੀ ਫੀਲਿੰਗ ਹੈ ਯਾਰ ਇੱਕ 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 ਮਿੰਟ ਵੀ ਬਹੁਤ ਜ਼ਿਆਦਾ ਉਸ ਦ੍ਰਿਸ਼ ਨੂੰ ਦੇਖਣ ਲਈ ਉਹ ਤਾਂ 21 ਘੰਟੇ ਕੱਟ ਕੇ ਆਏ ਤੇ ਇੱਕ ਗੱਲ ਹੋਰ ਤੁਸੀਂ ਕਹਿੰਦੇ ਸੀ ਪਾਜੀ ਕਿ ਯਾਰ ਸਾਰਾ ਕੁਝ ਇੱਕ ਗੱਲ ਹੋਰ ਕਹਿੰਦੇ ਸੀ ਕਿ ਉਸ ਤੋਂ ਬਾਅਦ ਕੱਤ ਨਹੀਂ ਗਏ ਹਨ ਇਸ ਚੀਜ਼ ਦਾ ਵੀ ਰਾਤੀ ਮਰ ਕਿ ਪਹਿਲਾਂ ਵੀ ਪਤਾ ਸੀ ਵੈਸੇ ਪਰ ਰਾਤੀ ਉਹਦੀ ਵੀਡੀਓ ਦੇਖਣ ਤੋਂ ਬਾਅਦ ਬਹੁਤ ਜ਼ਿਆਦਾ ਸਰਚ ਕੀਤੀ ਕਿ ਨਾਸਾ ਨੇ ਬਾਧੂ ਪੈਸੇ ਖਰਚਤੇ ਸੀ ਇਸ ਮਿਸ਼ਨ ਤੇ ਅਪੋਲੋ 11 ਤੋਂ ਬਾਅਦ ਉਹਨਾਂ ਨੇ 6 ਤੋਂ 5 ਮਿਸ਼ਨ ਹੋਰ ਕੀਤੇ ਜਿੱਚੋ ਗਏ ਉੱਥੇ ਚੰਦਰਮਾ ਤੇ ਉਹਨਾਂ ਨੇ ਹੋਰ ਨੰ ਬੰਦੇ ਵੀ ਭੇਜੇ ਤੇ ਬਟ ਬਾਅਦ ਵਿੱਚ ਅਮਰੀਕਾ ਦੇ ਜਿਹੜੇ ਪਬਲਿਕ ਸੀਗੀ ਹਾ ਪੋਪੂਲੇਸ਼ਨ ਉਹ ਕਹਿਣ ਲੱਗ ਪਈ ਕਿ ਇੰਨਾ ਖਰਚਾ ਕਰੀ ਜਾਂਦੇ ਬਟ ਇਨਾ ਵਰਥਲੈਸ ਵਰਥਫੁਲ ਹੀ ਹੈ ਨਹੀਂਗਾ ਉੱਥੇ ਖਰਚਣਾ ਉਸ ਤੋਂ ਬਾਅਦ ਤਾਂ ਕਰਕੇ ਉਹਨਾਂ ਨੇ ਉਸ ਟਾਈਮ ਖਰਚਾ ਘਟਾ ਲਿਆ ਉਸ ਤੋਂ ਬਾਅਦ ਮਿਸ਼ਨ ਕੋਈ ਕੀਤਾ ਨਹੀਂ ਉਹ ਜਿਆ ਤੇ ਅੱਜ ਵੀ ਤਾਂ ਨਹੀਂ ਜਾ ਰਹੇ ਸੀ ਹੁਣ ਤੁਸੀਂ ਦੱਸਿਆ ਚਲੋ ਮੈਨੂੰ ਇਸ ਚੀਜ਼ ਬਾਰੇ ਪੜ੍ਹੂੰਗਾ ਮੈਨੂੰ ਪਤਾ ਨਹੀਂ ਕਿ ਚੱਲੇ ਹੁਣ ਦੁਬਾਰਾ ਚੰਦਰਮਾ ਤੇ ਪਰ ਇਹ ਦੱਸਿਆ ਜਾਂਦਾ ਹੈ ਕਿ ਚੰਦਰਮਾ ਇੰਨਾ ਵਰਥੀ ਹੈ ਨਹੀਂਗਾ ਕਿਉਂਕਿ ਨਾ ਉਹਦੇ ਚ ਵਗਦੇ ਜੀਵਨ ਦਾ ਕੋਈ ਸਰੋਤ ਹੈ ਨਹੀਂਗਾ ਕਿ ਚੰਦਰਮਾ ਤੇ ਬੀ ਜੀਵਨ ਬਸਾ ਸਕਦੇ ਆ ਪਰ ਜੇ ਚੱਲੇ ਆ ਤੇ ਮੇਬੀ ਸ਼ਾਇਦ ਉਹਨਾਂ ਨੂੰ ਕੋਈ ਨਵੀਂ ਚੀਜ਼ ਲੱਭੀ ਹੋਵੇ ਕਿਉਂਕਿ ਪਾਣੀ ਦੀ ਖੋਜ ਵੈਸੇ ਇੱਕ ਗੱਲ ਆਪਣੇ ਇੰਡੀਆ ਨੂੰ ਪ੍ਰਾਊਡ ਕਰਨਾ ਚਾਹੀਦਾ ਹੈ ਚੰਦਰਮਾ ਤੇ ਪਾਣੀ ਦੀ ਖੋਜ ਕਰਨੀ ਵਾਟਰ ਬੋਡੀਜ਼ ਉੱਥੇ ਹੈਗੀਆਂ ਨੇ ਉਹ ਆਪਣੇ ਇ ਚੰਦਰਮਾ ਤੇ ਪਾਣੀ ਦੀ ਖੋਜ ਆਪਣੀ ਇੰਡੀਆ ਨੇ ਕੀਤੀ ਹੈ ਹਾਂ ਨਾਸਾ ਨੇ ਨਹੀਂ ਕੀਤੀ ਇਹਨਾਂ ਨੇ ਪਹਿਲਾਂ ਚੰ드ਰੀਆਨ ਭੇਜਿਆ ਸੀ ਉਦੋਂ ਪਤਾ ਲੱਗਾ ਕਿ ਵਾਟਰ ਬੋਡੀਜ਼ ਹੈਗੀਆਂ ਨੇ ਇੱਥੇ ਨਹੀਂ ਯਾਰ ਮੈਂ ਨਾ ਟੈਲੀਸਕੋਪ ਨਾਲ ਚੰਨ ਵੇਖਦਾ ਹਾਂ ਨਾ ਕਦੇ-ਕਦੇ ਤੇ ਬੜਾ ਮਜ਼ਾ ਆਉਂਦਾ ਯਾਰ ਬੜਾ ਦਿਲ ਇਥੋਂ ਨਾਲੇ ਪਹਿਲੀ ਵਾਰੀ ਜਦ ਤੂੰ ਵੇਖਿਆ ਸੀ ਨਾ ਇਹਨੇ ਬੜੀ ਹਿਸਟਰੀ ਆ ਇਟਲੀ ਦੀ ਗਲੇ ਲਿਓ ਗਲੀ ਲਿਏ ਨਾ ਇੱਥੇ ਨਾ ਗਲੀਆਂ ਨੇ ਉਦੇ ਉਸ ਬੰਦੇ ਦੇ ਨਾਮ ਦੇ ਨਾ ਗਲੀ ਲਿਓ ਗਲੀ ਲਿਈ ਪਹਿਲੀ ਵਾਰੀ ਟੈਲੀਸਕੋਪ ਉਹਨੇ ਵੇਖਿਆ ਸੀ ਨਾ ਕਿਹੜੇ ਗ੍ਰਹਿ ਨੂੰ ਸੈਟਰਨ ਨੂੰ ਸੈਟਰਨ ਨੂੰ ਅਰੇ ਵੇਖਿਆ ਸੀ ਜਿਹੜਾ ਰਿੰਗ ਨੇ ਜਿਹੜਾ ਸੁਚਾਰ ਦੇ ਅਰੇ ਉਹ ਵੇਖਿਆ ਸੀ ਬੜੇ ਨੇ ਯਾਰ ਇੱਥੇ ਬਹੁਤ ਬੜੀ ਹਿਸਟਰੀ ਸੁਣਾਵਾਂਗੇ ਕਦੀ ਮੈਂ ਤੇ ਸਭ ਅੱਜ ਨਾ ਸੁਣਾਣੀ ਸੀ ਇੱਕ ਕਹਾਣੀ ਆਪਣੇ ਜਿਹੜੇ ਨਾ ਉਥੇ ਇੰਡੀਆ ਦੇ ਕੋਲ ਨਾ ਇੱਕ ਪੈਂਦਾ ਆਈਸਲੈਂਡ ਨਾ ਉੱਥੇ ਅਜੇ ਵੀ ਲੋਕ ਰਹਿੰਦੇ ਨੇ ਜਿਹੜਾ ਇਸ ਵਾਲੀ ਗੱਲ ਤੋਂ ਇੱਕ ਗੱਲ ਕਰ ਲਾਂ ਫਿਰ ਆਪਣੀ ਗੱਲ ਟੋਕੀ ਹੋ ਜਾਣੀ ਖਤਮ ਹੋ ਜਾਣੀ ਦੂਜੀ ਗੱਲ ਕਿ ਇੱਕ ਐਪ ਹੁੰਦੀ ਹੈ ਮੈਂ ਤੁਹਾਨੂੰ ਇਹ ਸੁਜੈਸਟ ਕਰਨੀ ਸੀ ਹੋਇਆ ਪਰਸਨਲ 'ਚ ਪਰ ਹੁਣ ਆਪਾਂ ਇਹ ਪੋਡਕਾਸਟ ਤੇ ਗੱਲ ਕਰ ਲਈਏ ਤੇ ਮੈਂ ਇੱਥੇ ਹੀ ਸੁਜੈਸਟ ਕਰ ਦਣਾ ਆਈਫੋਨ ਦੀ ਆਈਫੋਨ 'ਚ ਇੱਕ ਫ੍ਰੀ ਦੀ ਐਪ ਹੈ ਨਾਈਟ ਸਕਾਈ ਸ਼ਾਇਦ ਤੁਸੀਂ ਭਰੀ ਜਾਓ ਆਪਣੇ ਫੋਨ 'ਚ ਠੀਕ ਆ ਉਹਦੇ 'ਚ ਤੁਸੀਂ ਆਪਣਾ ਰਾਤ ਨੂੰ ਉਹ ਐਪ ਖੋਲ ਕੇ ਤਾਂ ਤੁਸੀਂ ਕਿੰਨੇ ਵੀ ਤਾਰੇ ਨੇ ਉੱਤੇ ਉਹ ਦੇਖ ਸਕਦੇ ਹੋ ਮਲਕੀ ਤੁਹਾਡੇ ਕੋਲ ਟੈਲੀਸਕੋਪ ਹੈਗਾ ਤੇ ਤੁਸੀਂ ਕਿਹਦੀ ਲੋਕੇਸ਼ਨ ਜਾਣਨੀ ਕਿੱਥੇ ਹੈ ਪਹਿਲਾਂ ਉਸ ਐਪ ਥਰੂ ਦੇਖ ਲਓ ਮਲਕੀ ਏ ਆਰ ਐਚ ਏ ਆਰ ਚ ਚੱਲਦੀ ਐਪ ਸਾਰੇ ਪਾਸੇ ਜਿੱਦੋਂ ਨੂੰ ਘੁਮਾਓਗੇ ਤੁਹਾਨੂੰ ਉਹ ਤਾਰੇ ਦਾ ਨਾਮ ਆਜੂਗਾ ਕੀ ਕੀ ਤਾਰਾ ਹੈ ਸੋ ਉੱਥੇ ਤੁਸੀਂ ਸਰਚ ਕਰ ਸਕਦੇ ਨਾਲ ਆਪਣੇ ਟੈਲੀਸਕੋਪ ਤੋਂ ਫਿਰ ਉਸ ਨੂੰ ਐਗਜ਼ੈਕਟ ਲੋਕੇਸ਼ਨ ਤੇ ਦੇਖ ਵੀ ਸਕਦੇ ਹੋ ਪੂਰਾ ਕਲੀਅਰ ਨਾਈਟਸ ਕਾਇ ਦਿਖਦਾ ਹੈ ਉਸ ਐਪ ਚ ਹਮਮ ਤੇ ਆ ਵੀ ਵੈਬਸਾਈਟ ਭਰ ਕੇ ਵੇਖਿਓ ਵਿੱਚ ਮਿਸ਼ਨ ਡਾਟ ਤੇ ਵੇਖੋ ਤੁਹਾਡੀ ਸਕਰੀਨ ਦਾ ਟੇਢੀ ਜਾਣੀ ਫਿਰ ਪੜਿਓ ਸਾਰਾ ਵੀ ਨਾਲੇ ਵੇਖਿਓ ਫੁਟੇਜ ਲਾਈਵ ਫੁਟੇਜ ਵੀ ਵੇਖਿਓ ਜਿੱਦੋਂ ਉਹਨਾਂ ਨੇ ਮਾਰਿਆ ਨਾ ਜਾ ਕੇ ਜਿਹੜਾ ਜੰਤਰ ਜੇ ਮਤਲਬ ਓਕੇ ਇਹ ਵਜਾਣਾ ਵੱਟੇ ਦੇ ਵਿੱਚ ਜਾ ਕੇ ਲਾਈਵ ਫੁਟੇਜ ਸਾਰੀ ਪਈ ਤੇ ਆਪਾਂ ਕਰੀਏ ਅੱਜ ਖਤਮ ਹੁਣ ਫਿਰ ਜਰੂਰ ਉਹ ਆਇਲੈਂਡ ਵਾਲੀ ਗੱਲ ਮੈਂ ਕਹਿੰਨਾ ਅਗਲੇ ਅਰਚ ਕਰ ਲਾਂਗੇ 1 ਘੰਟੇ ਦਾ ਐਪੀਸੋਡ ਹੋ ਗਿਆ ਅਸੀਂ ਵਾਲੀ ਇਹ ਕਾਣੀ ਜਿਹੜਾ ਉਹ ਅੰਡੋਮਾਨ ਨਿਕੁਬਾਰ ਦੇ ਲਾਗੇ ਹੈਗਾ ਉਹਦੀ ਅਗਲੀ ਗੱਲ ਕਰਦੇ ਆ ਆਹੋ ਬਿਲਕੁਲ ਬਿਲਕੁਲ ਕਿਉਂਕਿ ਉਹ ਬੜੀ ਲੰਬੀ ਹੈ ਅੱਜ ਵੀ ਕੁਰਸੀ ਦਾ ਯਾਰ ਪਤਾ ਨਹੀਂ ਅਗਲੇ ਅਗਲੇ ਪੋਡਕਾਸਟ ਸੀ ਮੈਂ ਨਾ ਬਹਿਣਾ ਹੈ ਏ ਕੁਰਸੀ ਤੇ ਥੋੜੀ ਜਿਹਾ ਬਾਅਦ ਸਲਾਈਡ ਜੀ ਥੱਲੇ ਨੂੰ ਹੋ ਜਾਂਦੀ ਐ ਮੈਂ ਬੈਠਾ ਹਾਂ ਥੋੜੀ ਜਿਹਾ ਨੂੰ ਐ ਹੋ ਜਾਂਦੀ ਆ ਬੰਦ ਜਨਤਾ ਦੇਖ ਰਹੀ ਹੈ ਕਿ ਜਿਦੋਂ ਨਾ ਅਸੀਂ ਹੁਣ ਕਈ ਨਾ ਹਾਂ ਨਾ ਕਈ ਭੈਣ ਭਰਾ ਕਹਿਣਗੇ ਵੀ ਤੁਸੀਂ ਵਲੌਗਰਾਂ ਦੀ ਗੱਲਾਂ ਮੈਂ ਜਿੱਦਾਂ ਪਾ ਪੋਡਕਾਸਟ ਦੀ ਸਟਾਰਟਿੰਗ 'ਚ ਕਿਹਾ ਨਾ ਵੀ ਕਿਉਂ ਅਸੀਂ ਗੱਲਾਂ ਕਰੀ ਦੀਆਂ ਵਲੌਗਰਾਂ ਦੀਆਂ ਐਸੇ ਕਰਕੇ ਜਾਂ ਟਿਕਟੋਕਰਾਂ ਦੀਆਂ ਜਾਂ ਇੰਸਟਾਗ੍ਰਾਮਰਾਂ ਦੀਆਂ ਜਨਤਾ ਆਜੇ ਕਈ ਵਾਰੀ ਨਾ ਕੱਲਾ ਗਿਆਨ ਵੀ ਨਹੀਂ ਲੈਂਦੇ ਪਰ ਕੱਲੀ ਹੁਣ ਸੈਂਸ ਦੀ ਗੱਲਾਂ ਸ਼ੁਰੂ ਕਰ ਦਿੰਦੇ ਨਾ ਤੇ ਮੈਨੂੰ ਪਤਾ ਲੋਕੀ ਨਹੀਂ ਚੱਲ ਜਾਂਦੇ ਨੇ ਯਾਰ ਵੇਖਦੇ ਨਹੀਂ ਭਾਜੀ ਮਜ਼ਾ ਨਹੀਂ ਆਇਆ ਜੇ ਨਹੀਂ ਆਇਆ ਇਸ ਕਰਕੇ ਵੀ ਸਾਰਾ ਕੁਝ ਦੇ ਦਿੰਦੀ ਬਿਲਕੁਲ ਕੁਝ ਨਹੀਂ ਕਰੀ ਨੋਰਮਲ ਨੋਰਮਲ ਗੱਲਾਂ ਕਰਕੇ ਸਾਰਾ ਗੱਲ ਪੋਲਿਟਿਕਸ ਦੀ ਵੀ ਗੱਲ ਹੋਵੇ ਹੈਨਾ ਹਾਂ ਫਿਲਮਾਂ ਬਾਰੇ ਵੀ ਗੱਲ ਹੋਵੇ ਆਦੀ ਪੁਰਸ਼ ਇੱਕ ਫਿਲਮ ਆ ਲਗੀ ਉਹਦੇ ਬਾਰੇ ਗੱਲ ਕਰਨੀ ਸੀ ਆਦੀ ਪੁਰਸ਼ ਆ ਲਗੀ ਫਿਲਮ ਅੱਛਾ ਤਾਂ ਟ੍ਰੋਲ ਹੀ ਬਹੁਤ ਹੋ ਗਿਆ ਯਾਰ ਇੰਟਰਨੈਟ ਤੇ ਉਹਦੇ ਡਾਇਰੈਕਟਰ ਨੇ ਡਾਇਰੈਕਟਰ ਨੇ ਬੋਲਤਾ ਆ ਕੇ ਕਮੈਂਟ ਕਰਤਾ ਕਿ ਜਿਹੜੀ ਫਿਲਮਾਂ ਬਣਾਈਆਂ ਆ ਤੁਹਾਡੇ ਸੈਲਫੋਨਸ ਵਾਸਤੇ ਨਹੀਂ ਬਣਾਈਆਂ ਕਹਿੰਦੇ ਫਿਲਮਾਂ ਤੁਸੀਂ ਜਦੋਂ ਥੀਏਟਰ 'ਚ ਦੇਖੋਗੇ ਉਹ ਵੱਖਰਾ ਐਕਸਪੀਰੀਅੰਸ ਮਿਲੂਗਾ ਤੁਹਾਨੂੰ ਤੇ ਇੱਕ ਉਹਨਾਂ ਨੇ ਆਪਣਾ ਉਹ ਜਿਹੜੇ ਆਪਣੇ ਕੈਰੇਕਟਰ ਬਣਾਏ ਨੇ ਉਹਨਾਂ ਦੇ ਜਿਹੜੇ ਗੈਟਅੱਪਸ ਕੀਤੇ ਨੇ ਲੁੱਕਅੱਪ ਕੀਤੇ ਨੇ ਉਹਨਾਂ 'ਚ ਲੋਕਾਂ ਨੂੰ ਬੜੀ ਪ੍ਰੋਬਲਮ ਆ ਰਹੀ ਹੈ ਕੀ ਰਾਮ ਦੇ ਮੁੱਛਾਂ ਲਾਤੀਆਂ ਜੋ ਕਿ ਕਦੇ ਵੀ ਕਿਸੇ ਸੀਰੀਅਲ 'ਚ ਦਿਖਾਈ ਨਹੀਂ ਜਾਂਦਾ ਪਹਿਲਾਂ ਤੇ ਰਾਵਣ ਜਿਹੜਾ ਬਣਾਇਆ ਉਹ ਉਹਨਾਂ ਨੇ ਧਮਣਾਤਾ ਜਿਹਾ ਖਿਲਜੀ ਹੁੰਦਾ ਖਿਲਜੀ ਨਹੀਂ ਤੇ ਅ ਅੱਛਾ ਤੇ ਉਹਦੇ ਉਹਦੀ ਮੈਂ ਸਟੇਟਮੈਂਟ ਵੇਖੀ ਉਹ ਡਾਇਰੈਕਟਰ ਦੀ ਨਾ ਖਿਲਜੀ ਦੇ ਉੱਤੇ ਉਹ ਕਹਿੰਦੇ ਕਹਿੰਦੇ ਜਿਹੜਾ ਤੁਹਾਡਾ ਰਾਵਣ ਹੈ ਉਹਨੂੰ ਰਿਪੋਰਟਰ ਪੁੱਛਦੀ ਡਾਇਰੈਕਟਰ ਨੂੰ ਕਹਿੰਦੇ ਜਿਹੜਾ ਤੁਹਾਡਾ ਰਾਵਣ ਹੈ ਸੈਫਲੀ ਖੰਡ ਬਣਾਇਆ ਜਿਹੜਾ ਤੁਸੀਂ ਕਹਿੰਦੇ ਉਹ ਤੇ ਰਾਵਣ ਘਟ ਤੇ ਖਿਲਜੀ ਜ਼ਿਆਦਾ ਲੱਗਦਾ ਪਿਆ ਤੇ ਕਹਿੰਦਾ ਖਿਲਜੀ ਕਿਹੜਾ ਕਹਿੰਦਾ ਖਿਲਜੀ ਕਿਹੜਾ ਮਹਾਨ ਬੰਦਾ ਸੀ ਉਹ ਵੀ ਤੇ ਭੜਾ ਹੀ ਬੰਦਾ ਸੀ ਉਹ ਮਾਮਾ ਤੂੰ ਸਟੇਟਮੈਂਟ ਦੇ ਕੋਈ ਸਹੀ ਵੀ ਚੱਲ ਅਸੀਂ ਸੁਧਾਰ ਦਿੰਨੇ ਜਾਂ VFX ਅਜੇ ਟਾਈਮ ਪਿਆ ਬੰਦਾ ਖਾਂ ਛੱਡਦਾ ਹਨਾ ਜੇ ਨਹੀਂ ਜਨਤਾ ਨੂੰ ਪਸੰਦ ਆ ਰਿਹਾ ਵਾਕੇ ਕੁਛਕ ਹੈ ਨੇ ਰਾਵਣ ਵੀ ਤਾਂ ਭਜੀ ਵੈਸੇ ਹਿੰਦੂਆਂ ਲਈ ਜੇ ਦੇਖਿਆ ਜਾਵੇ ਅਗਲਾ ਪੱਕਾ ਹਿੰਦੂ ਸੀਗਾ ਰਾਵਣ ਬਹੁਤ ਜ਼ਿਆਦਾ ਗਿਆਨੀ ਬੰਦਾ ਸੀਗਾ ਉਹਨੂੰ ਇਦਾਂ ਥੋੜੀ ਸ਼ੋਅ ਕਰ ਸਕਦੇ ਤੁਸੀਂ ਬਰਾਬਰ ਦਾ ਸੀਗਾ ਉਹ ਬਟ ਉਹ ਕੋਈ ਇੱਕ ਗਲਤੀ ਹੋ ਗਈ ਪਰ ਜੇ ਤੁਸੀਂ ਪੂਰੀ ਉਹ ਪੜੋ ਨਾ ਕੁਝ ਵੀ ਉਹਦੇ ਚ ਉਹ ਦੇਖਿਆ ਜਾਂਦਾ ਕਿ ਉਹ ਜ਼ਿਆਦਾ ਵੱਡਾ ਭਗਤ ਸੀਗਾ ਰਾਵਣ ਬਸ ਕੋਈ ਕੋਈ ਗਲਤੀ ਹੋ ਗਈ ਜਿਹਦੇ ਕਰਕੇ ਉਹ ਮਤਲਬ ਕਿਉਂ ਉਹਨੂੰ ਇੱਕ ਬੈਡ ਦਿਖਾਇਆ ਜਾਂਦਾ ਈਵਲ ਦਿਖਾਇਆ ਜਾਂਦਾ ਬਟ ਅਸਲ 'ਚ ਉਹਨੇ ਭਗਤੀ ਬਹੁਤ ਕੀਤੀ ਹੈ ਤੇ ਉਹ ਅਸਲ ਜੀ ਪੱਕਾ ਹਿੰਦੂ ਸੀ ਉਹਨੂੰ ਤੁਸੀਂ ਖਿਲਜੀ ਨਹੀਂ ਦਿਖਾ ਸਕਦੇ ਕਿਸੇ ਤਰੀਕੇ ਨਾਲ ਉਹਨੂੰ ਇਸ ਤਰ੍ਹਾਂ ਦਾ ਨਹੀਂ ਦਿਖਾ ਸਕਦੇ ਜਿਦਾਂ ਉਹਨਾਂ ਨੇ ਦਿਖਾਇਆ ਫਿਲਮ 'ਚ ਤੇ ਹੁਣ ਤਾਂ ਵੀਫਐਕਸ ਚੇਂਜ ਨਹੀਂ ਹੋਣੇ ਫਿਲਮ ਦੇ ਕਿਉਂਕਿ ਹੁਣ ਤਾਂ ਰਿਲੀਜ਼ ਮੇ ਵੀ ਅਗਲੇ ਈਅਰ ਹੈ ਤੇ ਇੰਨੇ ਚਿਰ ਤਾਂ ਲੱਗਦੇ ਨੇ ਵੀਫਐਕਸ ਨੂੰ ਹੁਣ ਤਾਂ ਚੇਂਜ ਨਹੀਂ ਹੋ ਸਕਦਾ ਕਿਉਂਕਿ ਲੁੱਕ ਨਹੀਂ ਚੇਂਜ ਕਰ ਸਕਦੇ ਹੁਣ ਤਾਂ ਉਹ ਤੇ ਸ਼ਾਇਦ ਮੇਬੀ ਨਾਲੇ ਨਾ ਬੜਾ ਵੀ ਵੀਫਐਕਸ ਨਾ ਬੜਾ ਕਾਪੀ ਪੇਸਟ ਕੀਤਾ ਜਿਦਾਂ ਮੰਨ ਲਓ ਪਿੱਛੇ ਬਾਂਦਰ ਨੇ ਹਨਾ ਬਾਂਦਰਾਂ ਦੀ ਸ਼ੈਣਾਵੇਂ ਤੇ ਹੁਣ ਜਿੱਦਾਂ ਤੁਸੀਂ ਜੇ ਤੂੰ ਵੀ VFX ਬਣਾਵੇਂ ਬੰਦੇ ਬਣਾਵੇਂ ਤੂੰ ਲੱਗ ਲੱਗ ਬਣਾਏਗਾ ਨਾ ਸਾਰੇ ਉਹਨਾਂ ਨੇ ਤਿੰਨ ਚਾਰ ਬਣਾ ਕੇ ਨਾ ਤੇ ਉਹਨਾਂ ਨੂੰ ਕਾਪੀ ਪੇਸਟ ਕੀਤਾ ਕੋਪੀ ਪੇਸਟ ਕੀਤਾ ਉਹ ਚਾਰ ਚਾਰ ਨਾ ਤੁਹਾਨੂੰ ਵੱਖਰੇ ਵੱਖਰੇ ਦੇ ਦਿੰਦੇ ਨੇ ਮਤਲਬ ਕਿ ਡਾ ਬੇਕਾਰ VFX ਇਸਤੇਮਾਲ ਕੀਤਾ ਫਿਰ ਹਨੂਮਾਨ ਜੀ ਦੀਆਂ ਤੁ ਮੁੱਛਾਂ ਪਤਾ ਉਹ ਕਿੰਨੀਆਂ ਬੇਕਾਰ ਦੀਆਂ ਵਾਕਿਆ ਗਲਤੀ ਹੈ ਕਿ ਚੀਜ਼ਾਂ ਗਲਤੀ ਹੈ ਨਾ ਦੀ ਨਾ ਮੈਂ ਕਈ ਚੀਜ਼ਾਂ ਚੱਕੀ ਕਿ ਉਹ ਕਹਿੰਦੇ ਬਜਟ ਆ ਪਰ 450 ਕਰੋੜ ਚੋਂ ਦੇਖਿਆ ਜਾਵੇ ਤਾਂ 250 ਕਰੋੜ ਤਾਂ ਐਕਟ੍ਰੈਸ ਦੀ ਫੀਸ ਹੀ ਆ ਜਿਹੜੇ ਖਲੇ ਨੇ ਉਹ ਖਰਚਾ ਹੀ ਬੜਾ ਉਹਨਾਂ ਨੇ ਆਪਣਾ ਉਹੀ ਬੜਾ ਰੱਖ ਲਿਆ ਇੱਕ ਫਿਲਮ ਕਰਨ ਦਾ ਰੇਟ ਹੀ ਬਹੁਤ ਰੱਖ ਲਿਆ ਅਕਸ਼ੇ ਕੁਮਾਰ 100 ਕਰੋੜ ਤੋਂ ਤੇ ਲੈ ਲੈਂਦਾ ਇੱਕ ਫਿਲਮ ਕਰਨ ਦਾ ਸੈਫਲੀ ਖਾਨ ਦਾ ਸੇਮ ਰੇਟ ਹੈ ਪ੍ਰਭਾਸ ਦਾ ਸੇਮ ਰੇਟ ਹੈ ਉਹ ਫਿਲਮ ਦੇ ਬਜਟ ਤਾਂ ਅੱਧੇ ਉਹੀ ਹੀ ਜਾਂਦੇ ਨੇ ਉੱਥੇ ਹੀ ਨਾਲੇ ਪ੍ਰਭਾਸ ਦਾ ਪ੍ਰਭਾਸ ਦਾ ਵੀ ਢਿੱਡ ਕਿੰਨਾ ਲੱਗਦਾ ਪਿਆ ਕਹਿੰਦੇ ਵਿੱਚ ਵੀ ਇਹ ਕੋਈ ਫਿਟਨੈਸ ਹੈ ਉਹ ਵੀ ਉਹ ਵੀ VFX ਹੈ ਬਾਈਓ ਜਿਹੜੇ ਐਟ ਪੈਕਸ ਕੀਤੇ ਹਨ ਉਹ ਵੀ VFX ਨਾਲ ਕੀਤੇ ਨੇ ਉਹਨਾਂ ਨੇ ਤੇ ਕੋਈ ਨਾ ਬਾਕੀ ਦੇਖੋ ਆ ਜਾਣੀ ਜਨਵਰੀ ਚ ਨਹੀਂ ਇੱਕ ਜਗ੍ਹਾ ਨਹੀਂ ਉਹ ਆਹੋ ਇੱਕ ਜਗ੍ਹਾ ਦੇਖ ਇੱਕ ਜਗ੍ਹਾ ਤੇ ਸੀਨ ਆਂਦਾ ਕਿ ਉਹਦੀ ਤਾਂ ਤੁੰਦ ਜੀ ਨਿਕਲੀ ਮਿਲ ਢਿੱਡ ਜਿਆ ਉਹਨੇ ਵੀ ਲੱਗਦੇ ਨਹੀਂ ਪੈਕ 6 ਪੈਕ ਨਹੀਂ ਲੱਗਦੇ ਤੇ ਇਹ ਬਾਅਦ ਚ ਇੱਕ ਸ਼ੋਟ ਆਂਦਾ ਜਿੱਦੇ ਚ ਨੋਦੇ 6 ਪੈਕ ਦਿਖਾਏ ਨੇ ਮਤਲਬ ਸਾਫ ਹੀ ਬਹੁਤ ਜ਼ਿਆਦਾ ਕੰਪਿਊਟਰ ਯੂਜ਼ ਕੀਤਾ ਉਹਨਾਂ ਨੇ ਨਾ ਤੇ ਪਤਾ ਨਹੀਂ ਉਹਨਾਂ ਨੂੰ ਸਿੱਧਾ ਗਿਆਸਾ ਦਿਆ ਆਪਾਂ ਪਰ ਹਜੇ ਭਾਈ ਜੇ ਉਹਨੇ ਇਹ ਸਟੇਟਮੈਂਟ ਦਿੱਤੀ ਹੈ ਕਿ ਸੈਲਫੋਨ ਆਸਤੇ ਮੈਂ ਨਹੀਂ ਬਣਾਈ ਤਾਂ ਆਪਾਂ ਇੱਕ ਕਰ ਲੈਨੇ ਵੇਟ ਜਦੋਂ ਰਿਲੀਜ਼ ਹੋਊਗੀ ਕਈ ਤਾਂ ਇਹ ਵੀ ਕਹਿ ਰਹੇ ਨੇ ਰਿਲੀਜ਼ ਹੋਣੀ ਨਹੀਂ ਦੇਣੀ ਆਪਾਂ ਕਈ ਤਾਂ ਇਹ ਨਹੀਂ ਇਹ ਵੀ ਕਹਿ ਰਹੇ ਨੇ ਕਿ ਪਰ ਰਿਲੀਜ਼ ਨਹੀਂ ਹੁੰਦੇ ਨਹੀਂ ਕਿਉਂਕਿ ਇਹ ਸਾਡੇ ਧਰਮ ਨਾਲ ਖਿਲਵਾੜ ਕੀਤਾ ਜਿਹੜੇ ਆਪਾਂ ਸੋਚਿਆ ਸੀ ਜਿਸ ਸਾਡੇ ਨੇ ਪੇਸ਼ ਕਰਨਗੇ ਇਹਨਾਂ ਨੇ ਮਜ਼ਾਕ ਬਣਾਤਾ ਉਸ ਚੀਜ਼ ਦਾ ਬਾਕੀ ਦੇਖੋ ਕੀ ਹੁੰਦਾ ਤੇ ਮੈਂ ਕਹਿੰਦਾ ਕਰੀਏ ਐਂਡ ਪੋਡਕਾਸਟ ਅੱਜ ਦਾ ਪੋਡਕਾਸਟ ਐਂਡ ਕਰੀਏ ਆਹੋ ਕਰੀਏ ਐਂਡ ਕਰੀਏ ਐਂਡ ਬਿਲਕੁਲ ਬਿਲਕੁਲ ਤੇ ਬਾਕੀ ਇਹ ਜਿਹੜੀਆਂ ਗੱਲਾਂ ਨਹੀਂ ਹੈ ਇਹ ਬਲੌਗਰਾਂ ਦੀਆਂ ਇਹਨਾਂ ਨੂੰ ਇਹ ਜੋ ਕੱਢਦੇ ਤੇ ਜਿਹੜੀਆਂ ਚੰਗੀਆਂ ਗੱਲਾਂ ਨੇ ਸਾਇੰਸ ਦੇ ਬਾਰੇ ਉਹ ਰੱਖ ਲਿਓ ਤੇ ਜਿਹੜੀਆਂ ਸੀ ਇਹਨਾਂ ਬਾਰੇ ਕਿੰਨਾ ਬਾਰੇ ਪੜੇ ਇਹ ਹੈਸ਼ਟੈਗ ਚਲਾਉਣ ਬਾਰੇ ਹਨਾ ਕਿ ਪੰਜਾਬੀਆਂ ਪੰਜਾਬੀ ਲਾਈਵ ਮੈਟਰ ਜਿਹੜੇ ਅਮਰੀਕਾ 'ਚ ਹੋਇਆ ਪੰਜਾਬੀ ਆਪਣੀ ਕਮਿਊਨਿਟੀ ਤੇ ਆ ਕੇ ਖੜੋ ਉਹ ਚੀਜ਼ਾਂ ਪੱਲੇ ਬੰਨ ਲਿਓ ਬਾਕੀ ਛੱਡ ਦਿਓ ਤੇ ਇਹ ਸੀ ਅੱਜ ਦਾ ਪੋਡਕਾਸਟ ਪੋਡਕਾਸਟ ਨੰਬਰ 6 ਸ੍ਰੀਸ਼ੀ ਸਾਹਿਬ ਬਲਾਉ ਸਸਰੀਕਰ ਨਾਲ ਪਿਆਰ ਭਰੀ ਮੇਰਾ ਉਹਨਾਂ ਦਾ ਟਿਊ ਨਿਕਲ ਗਈ ਪਿਆਰ ਭਰੀ ਟੀਮ ਹੈ ਨਾ ਰਤੀ ਉਹਨਾਂ ਦੇ ਵਲੌਗ ਦੇਖਦੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਚੇਤਾ ਕੰਨ ਦੀ ਗੱਲ ਕਰ ਰਹੇ ਆ ਆਹੋ ਆਹੋ ਮੈਂ ਪੰਜਾਬੀ ਵਲੌਗਰ ਦੀ ਮਾਤਾ ਬੋਲਦੀ ਹਿੰਦੀ ਦਾ ਭਾਬੀ ਵੀ ਤੇ ਬਾਕੀ ਫੋਲੋ ਕਰ ਲਿਓ ਹੈ ਨਾ ਸਪੋਟੀਫਾਈ ਕਿੱਥੇ ਪੋਡਕਾਸਟ ਸਾਰਿਆਂ ਦੇ ਐਪਲ ਪੋਡਕਾਸਟ ਸਪੋਟੀਫਾਈ ਤੇ ਤੇ ਗੂਗਲ ਪੋਡਕਾਸਟ ਤੇ ਜਿੰਨੇ ਇੱਥੇ ਨਹੀਂ ਸੁਣਨਾ ਜਿੰਨੇ ਇੱਥੇ ਨਹੀਂ ਦੇਖਣਾ ਉਥੇ ਸੁਣ ਸਕਦੇ ਤੇ ਚਲੋ ਜੀ ਮਿਲਦੇ ਹਾਂ ਕਿਸੇ ਅਗਲੇ ਪੋਡਕਾਸਟ ਚ ਬਾਏ ਬਾਏ ਟੇਕ ਕੇਅਰ